ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰ ਬੇਕਾਮ ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰ ਬੇਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਨਾਮ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਫਰੀਦਾ ਵੇਖ ਕਪਾਹ ਜੇਥੀਆ ਜੇ ਸਿਰ ਥੀਆ ਤਿਲਹਾ ਕੰਮਾ ਦੈ ਅਰ ਕਾਗਦੈ ਕੁੰਨੇ ਕੋਇਲਿਆ ਫਰੀਦਾ ਵੇਖ ਕਪਾਹ ਜੇਥੀਆ ਜੇ ਸਿਰ ਥੀਆ ਤਿਲਹਾ ਕੰਮਾ ਦੈ ਅਰ ਕਾਗਦੈ ਕੁੰਨੇ ਕੋਇਲਿਆ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾਹਾਂ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾਹਾਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਚਰਨਾਂ ਵਿੱਚ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਬਾਬਾ ਫਰੀਦ ਜੀ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਉਹਨਾਂ ਲੋਕਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੇਵਲ ਮੰਦੇ ਕਰਮ ਹੀ ਕੀਤੇ, ਮੰਦੇ ਅਮਲ ਹੀ ਜ਼ਿੰਦਗੀ ਵਿੱਚ ਕਰਦੇ ਰਹੇ ਤੇ ਮੰਦੇ ਕਰਮ ਕਰਨ ਤੋਂ ਬਾਅਦ ਉਹਨਾਂ ਨੂੰ ਸਜ਼ਾ ਕੀ ਮਿਲੇਗੀ? ਬਾਬਾ ਜੀ ਨੇ ਸਾਡੇ ਦ੍ਰਿਸ਼ਟਮਾਨ ਸੰਸਾਰ ਵਿੱਚ ਦਿਸਦੀਆਂ ਹੋਈਆਂ ਕੁਝ ਵਸਤੂਆਂ ਨੂੰ ਆਧਾਰ ਬਣਾ ਕੇ ਉਦਾਹਰਣ ਵਜੋਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਜਿਵੇਂ ਕਪਾਹ ਦੇ ਉੱਪਰ ਅਸੀਂ ਅਨੇਕਾਂ ਆਈਆਂ ਹੋਏ ਦੁੱਖਾਂ ਮੁਸੀਬਤਾਂ ਨੂੰ ਦੇਖਦੇ ਹਾਂ, ਕਮਾਦ ਨੂੰ ਪੀੜਿਆ ਜਾਂਦਾ ਹੈ, ਤਿਲਾਂ ਦੀ ਕਹਾਣੀ ਬਣਾ ਉਹਨਾਂ ਨੂੰ ਪੀੜਿਆ ਜਾਂਦਾ, ਮਿੱਟੀ ਦਾ ਭਾਂਡਾ ਕੁੰਨਾ ਹਰ ਵਕਤ ਅੱਗ ਉੱਤੇ ਤਪਦਾ ਹੈ, ਕੋਇਲੇ ਪਹਿਲਾਂ ਲੱਕੜਾਂ ਫੂਕ ਕੇ ਬਣਾਏ ਜਾਂਦੇ ਨੇ, ਪਰਤ ਕੇ ਫਿਰ ਉਹਨਾਂ ਨੂੰ ਅੱਗ ਵਿੱਚ ਸਾੜਿਆ ਜਾਂਦਾ, ਕਾਗਜ਼ ਬਣਾਉਣ ਲੱਗਿਆਂ ਸਣ ਨੂੰ ਗਾਲ ਕੇ ਕੁੱਟ ਕੇ ਜਾਂ ਤਾੜੀ ਦੇ ਰੁੱਖ ਦਾ ਬੁਰਾਦਾ ਬਣਾ ਉਹਦਾ ਕਾਗਜ਼ ਬਣਾਇਆ ਜਾਂਦਾ ਤੇ ਬਾਬਾ ਜੀ ਨੇ ਇਹ ਦ੍ਰਿਸ਼ਟਮਾਨ ਸੰਸਾਰ ਦੀਆਂ ਉਦਾਹਰਨਾਂ ਲੈ ਕੇ ਸਾਨੂੰ ਅਦ੍ਰਿਸ਼ਟ ਸੰਬੰਧੀ ਇੱਕ ਜਾਣਕਾਰੀ ਦਿੱਤੀ ਕਿ ਜਿਹੋ ਜਿਹਾ ਮਨੁੱਖ ਕਰਮ ਕਰਦਾ ਹੈ, ਅਮਲ ਕਰਦਾ ਹੈ, ਉਸ ਦਾ ਉਹੋ ਜਿਹਾ ਫਲ ਉਹਨੂੰ ਜ਼ਰੂਰ ਪ੍ਰਾਪਤ ਹੋਵੇਗਾ। ਆਰੰਭ ਵਿੱਚ ਇੱਕ ਅਰਜ਼ ਜ਼ਰੂਰ ਕਰਾਂਗਾ, ਕਿਉਂਕਿ ਅੱਜ ਸਿੱਖ ਸਮਾਜ ਦਾ ਇੱਕ ਪੜ੍ਹਿਆ ਲਿਖਿਆ ਹੋਇਆ ਵਰਗ ਇਸ ਗੱਲ ਨੂੰ ਸਵੀਕਾਰ ਕਰਨ ਲਈ ਮੰਨਣ ਨੂੰ ਹੀ ਤਿਆਰ ਨਹੀਂ ਕਿ ਕੋਈ ਹੋਰ ਲੇਖਾ ਵੀ ਹੈ, ਕਿਤੇ ਜੀਵ ਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਵੀ ਹੈ, ਕਿਤੇ ਇਹਨੂੰ ਕੋਈ ਸਜ਼ਾ ਦੇਣ ਵਾਲਾ ਵੀ ਹੈ। ਉਹ ਸਿਰਫ ਇੱਕੋ ਸ਼ਬਦ ਆਪਣੀ ਜ਼ਬਾਨ ਤੇ ਰੱਖੀ ਬੈਠੇ ਨੇ, ਇਹ ਜੱਗ ਮਿੱਠਾ ਅੱਗਾ ਕਿੰਨੇ ਡਿੱਠਾ, ਕਿ ਜੋ ਕੁਝ ਹੈ ਇੱਥੇ ਹੀ ਹੈ।
ਆਓ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਰਸ਼ਨ ਕਰਨੇ ਨੇ। ਕੇਵਲ ਇੱਥੇ ਹੀ ਨਹੀਂ, ਕੋਈ ਉੱਥੇ ਵੀ ਜਗ੍ਹਾ ਹੈ ਵੇ। ਕੇਵਲ ਇਹਾਂ ਹੀ ਨਹੀਂ, ਬਾਣੀ ਵਿੱਚ ਕੋਈ ਉਹਾਂ ਵੱਲ ਵੀ ਇਸ਼ਾਰਾ ਹੈ। ਕੇਵਲ ਖਲਤ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖਲਤ ਤੋਂ ਅੱਗੇ ਪਲਤ ਦੀ ਗੱਲ ਵੀ ਕਰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਬਾਬਾ ਨਾਨਕ ਜੀ ਦੇ ਅੰਮ੍ਰਿਤ ਬਚਨ ਪੜ੍ਹਨੇ। ਇਸ ਨੂੰ ਆਪਾਂ ਜ਼ਮੀਨ ਕਹਿੰਦੇ ਹਾਂ, ਜਿੱਥੇ ਵਸੇਬਾ ਕੀਤਾ ਇਹਨੂੰ ਧਰਤੀ ਕਹਿੰਦੇ ਹਾਂ। ਪਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅੰਮ੍ਰਿਤ ਬੋਲ ਨੇ ਕਹਿੰਦੇ ਨੇ, ਕੇਵਲ ਇਹ ਜ਼ਮੀਨ ਹੀ ਨਹੀਂ, ਇਹ ਧਰਤੀ ਹੀ ਨਹੀਂ, ਇੱਕ ਸ਼ਬਦ ਹੈ ਇਹ ਤੇਰੀ ਕਰਮ ਭੂਮੀ ਹੈ, ਤੇ ਦੂਸਰਾ ਸ਼ਬਦ ਹਜ਼ੂਰ ਨੇ ਕਿਹਾ ਇਹ ਤੇਰੀ ਧਰਮਸ਼ਾਲਾ ਹੈ। ਕਰਮ ਭੂਮੀ ਕਿ ਜਿਸ ਜ਼ਮੀਨ ਉੱਪਰ ਤੂੰ ਕਰਮ ਕਰਨਾ ਪਿਆ, ਤੂੰ ਕੁਝ ਨਾ ਕੁਛ ਕਰਨ ਆਇਆ ਹੈ। ਤੇ ਕਹਿਣ ਲੱਗੇ ਇਹ ਕਰਮ ਭੂਮੀ ਕੇਵਲ ਸੰਸਾਰ ਦੇ ਧੰਦੇ ਕਰਨ ਵਾਸਤੇ, ਕਰਮ ਕਰਨ ਵਾਸਤੇ ਹੀ ਨਹੀਂ, ਯਾਦ ਰੱਖੀ ਇਹ ਕਰਮ ਭੂਮੀ ਧਰਮਸ਼ਾਲਾ ਹੈ, ਇੱਥੇ ਬੈਠ ਕੇ ਤੂੰ ਧਰਮ ਨੂੰ ਕਮਾਉਣ ਆਇਆ ਹੈ। ਅਸੀਂ ਜਪਜੀ ਸਾਹਿਬ ਦੇ ਅੰਮ੍ਰਿਤ ਬਚਨ ਜਦੋਂ ਪੜ੍ਹਦੇ ਹਾਂ ਕਿ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਇਹ ਕਰਮ ਭੂਮੀ ਹੈ। ਪਹਿਲਾਂ ਸ਼ਬਦ ਕਿਹਾ ਧਰਮਸ਼ਾਲਾ, ਪਰਮਾਤਮਾ ਨੇ ਤੈਨੂੰ ਰਾਤ ਦਿੱਤੀ, ਰੁੱਤ ਦਿੱਤੀ, ਦਿਨ ਦਿੱਤੇ, ਵਾਰਾਂ ਦਿੱਤੀਆਂ, ਸਮਾਂ ਦਿੱਤਾ, ਤੈਨੂੰ ਇਸ ਧਰਮਸ਼ਾਲਾ ਵਿੱਚ ਰਹਿਣ ਲਈ ਪਾਣੀ ਦਿੱਤਾ, ਸਵਾਸ ਲੈਣ ਲਈ ਪੌਣ ਦਿੱਤੀ, ਇੰਨੇ ਸੁੱਖ ਸਹੂਲਤਾਂ ਤੈਨੂੰ ਦਿੱਤੇ, ਤੇ ਕੇਵਲ ਤੂੰ ਹੀ ਨਹੀਂ, ਪਤਾ ਨਹੀਂ ਅਨੇਕਾਂ ਜੀਵ ਰੱਬ ਨੇ ਵੱਖ ਵੱਖ ਢੰਗਾਂ ਦੇ ਪੈਦਾ ਕੀਤੇ, ਤੇ ਜਿਨ੍ਹਾਂ ਵਿੱਚ ਉਸ ਇੱਕ ਪਰਮਾਤਮਾ ਦੀ ਆਪਣੀ ਸੱਤਿਆ ਕੰਮ ਕਰਦੀ ਹੈ। ਕਿਉਂਕਿ ਮੈਂ ਤਾਂ ਬੇਨਤੀ ਆਰੰਭ ਵਿੱਚ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਦਾ ਜੇ ਸ਼ਬਦ ਮੰਨਣੇ ਆ ਨਾ, ਪੜ੍ਹਨੇ ਆ, ਇਹਨੂੰ ਮੁਹਾਵਰੇ ਕਹਿ ਕੇ, ਇਹਨੂੰ ਡਰਾਵਾ ਕਹਿ ਕੇ, ਇਹਨੂੰ ਮਥਿਓਲੋਜੀ ਕਹਿ ਕੇ, ਮਿਥ ਕਹਿ ਕੇ, ਆਪਾਂ ਗੁਰੂ ਦੀ ਸੱਚੀ ਬਾਣੀ ਤੋਂ ਮੁੱਖ ਨਾ ਫੇਰੀਏ। ਇਹ ਵੀ ਇੱਕ ਬੇਮੁਖਤਾਈ ਹੈ ਕਿ ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਮਿਥ ਕਹਿ ਦੇਣਾ, ਉਹਨੂੰ ਝੂਠ ਕਹਿ ਦੇਣਾ, ਪੁਰਾਣੀਆਂ ਕਹਾਵਤਾਂ ਕਹਿ ਦੇਣਾ। ਨਹੀਂ, ਮੇਰੇ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉਹ ਇੱਕ ਇੱਕ ਬਚਨ ਸੱਚ ਹੈ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਅਗਲਾ ਬਚਨ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਅਨੇਕਾਂ ਜੀਵ ਨੇ ਉਹਨਾਂ ਦੇ ਜਿਉਣ ਦੀ ਜੁਗਤ ਵੀ ਵੱਖਰੀ ਵੱਖਰੀ ਹੈ, ਕਿਸੇ ਦੇ ਕੋਈ ਜੀਣ ਦਾ ਢੰਗ, ਕਿਸੇ ਦਾ ਕੋਈ, ਉਹ ਕਿਵੇਂ ਹੈ, ਕਿਸੇ ਦੀ ਖੁਰਾਕ ਪਰਮਾਤਮਾ ਨੇ ਕੇਵਲ ਪਾਣੀ 'ਚ ਪੈਦਾ ਕੀਤੀ, ਕਿਸੇ ਦੀ ਖੁਰਾਕ ਪਰਮਾਤਮਾ ਨੇ ਇਸ ਪੁਲਾੜ ਵਿੱਚ ਖਵਾ ਪਿਤ ਪੈਦਾ ਕਰ ਦਿੱਤੀ, ਕਿਸੇ ਦੀ ਖੁਰਾਕ ਪਰਮਾਤਮਾ ਨੇ ਕੇਵਲ ਮਾਸ ਬਣਾ ਦਿੱਤੀ, ਕਿਸੇ ਦੀ ਖੁਰਾਕ ਪਰਮਾਤਮਾ ਨੇ ਕੇਵਲ ਕੱਖ ਪਰਾਲੀ ਪੱਠਾ ਦਾਣਾ ਬਣਾ ਦਿੱਤਾ,
ਕਿਸੇ ਦੀ ਖੁਰਾਕ ਪਰਮਾਤਮਾ ਨੇ ਬਣੇ ਹੋਏ ਪੱਥਰ ਦੇ ਵਿੱਚ, ਪੱਥਰ ਚ ਕੀੜਾ ਪੈਦਾ ਕਰਕੇ ਉਹਦੀ ਖੁਰਾਕ ਇਹਦੇ ਵਿੱਚ ਰੱਖ ਦਿੱਤੀ, ਉਹਨਾਂ ਦੇ ਜੀਣ ਦੇ ਢੰਗ ਵੀ ਵੱਖਰੇ ਵੱਖਰੇ ਰੱਬ ਨੇ ਬਣਾ ਦਿੱਤੇ। ਫਿਰ ਬੇਨਤੀ ਸਮਝਿਓ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਪਰ ਇੱਕ ਗੱਲ ਸਭ ਤੇ ਢੁਕਦੀ ਹੈ, ਕਰਮੀ ਕਰਮੀ ਹੋਏ ਵਿਚਾਰ, ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਜੋ ਕੁਛ ਇਹ ਕਰ ਰਿਹਾ ਹੈ, ਇਹਦੇ ਕਰਮਾਂ ਅਨੁਸਾਰ ਉੱਥੇ ਵਿਚਾਰ ਹੋਵੇਗੀ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਦੋ ਸ਼ਬਦ ਨੇ। ਹੁਣ ਭਾਵੇਂ ਅਸੀਂ ਇਹ ਕਹਿੰਦੇ ਹਾਂ ਕਿ ਸਿੱਖ ਧਰਮ ਰਾਜ ਨੂੰ ਨਹੀਂ ਮੰਨਦਾ, ਸਿੱਖ ਚਿੱਤਰ ਗੁਪਤ ਨੂੰ ਨਹੀਂ ਮੰਨਦਾ, ਸਿੱਖ ਕਿਸੇ ਜਮਦੂਤ ਨੂੰ ਨਹੀਂ ਮੰਨਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਨ੍ਹਾਂ ਗੁਰਮੁਖਾਂ ਨੇ ਸ਼ਬਦ ਕਹਿ, ਇਹਦੇ ਵਿੱਚ ਕੋਈ ਸੱਚਾਈ ਸੀ, ਉਹ ਧਰਮ ਰਾਜ ਨੂੰ ਕਿਉਂ ਮੰਨੇਗਾ ਜਿਹਦਾ ਸੰਬੰਧ ਵਾਹਿਗੁਰੂ ਜੀ ਦੇ ਚਰਨਾਂ ਨਾਲ ਬਣ ਗਿਆ ਹੈ। ਉਹ ਜਮਦੂਤ ਦੀ ਕੀ ਪਰਵਾਹ ਕਰੇਗਾ ਕਿ ਜਿਹਦਾ ਸੰਬੰਧ ਜਮਦੂਤ ਪੈਦਾ ਕਰਨ ਵਾਲੇ ਰੱਬ ਜੀ ਨਾਲ ਬਣ ਗਿਆ ਹੈ। ਉਹ ਚਿੱਤਰਗੁਪਤ ਦਾ ਕੀ ਭੈ ਖਾਏਗਾ ਜਿਹੜਾ ਚਿੱਤਰਗੁਪਤ ਪੈਦਾ ਕਰਨ ਵਾਲੇ ਕਰੋੜਾਂ ਚਿੱਤਰਗੁਪਤਾਂ ਦੇ ਮਾਲਕ ਰੱਬ ਦੇ ਚਰਨਾਂ ਨਾਲ ਜੁੜ ਗਿਆ ਹੈ। ਆਹ ਜਿਹੜੀ ਸੋਦਰ ਦੀ ਪੌੜੀ ਹੈ ਨਾ, ਦੇਖੋ ਇਸ ਪੌੜੀ ਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਇਸ ਨੂੰ ਕਿਉਂ ਨਹੀਂ ਆਪਾਂ ਸਮਝਦੇ? ਜਿਸ ਬੰਦੇ ਨੇ ਸ਼ਬਦ ਨਹੀਂ ਕਮਾਇਆ ਉਹਦੇ ਲਈ ਧਰਮ ਰਾਜ ਹੈ, ਉਹਦੇ ਲਈ ਜਮਦੂਤ ਹੈ, ਉਹਦੇ ਲਈ ਚਿੱਤਰਗੁਪਤ ਹੈ, ਉਹਦੇ ਲਈ ਲੇਖਾ ਹੈ। ਪਰ ਜਿਹੜਾ ਗੁਰਮੁਖੋ ਸ਼ਬਦ ਨਾਲ, ਨਾਮ ਨਾਲ, ਸਿਮਰਨ ਨਾਲ, ਵਾਹਿਗੁਰੂ ਜੀ ਦੇ ਨਾਲ ਜੁੜ ਗਿਆ, ਉਸ ਵਾਸਤੇ ਇਹਨਾਂ ਦੀ ਕੋਈ ਹੈਸੀਅਤ ਨਹੀਂ। ਉਹਨਾਂ ਨੇ ਬਾਣੀ ਵਿੱਚ ਬੋਲ ਕੇ ਕਿਹਾ ਕਿ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਮੇਰੀ ਅਕਲ ਨੂੰ ਮੇਰੀ ਬੁੱਧੀ ਨੂੰ ਜਮਦੂਤ ਕਦੀ ਤਿਰਸਕਾਰੇਗਾ ਨਹੀਂ, ਕਿਉਂਕਿ ਜਿਨ ਇਹ ਜਮਵਾਂ ਸਿਰਜਿਆ ਸੋ ਜਪਿਆ ਪਰਵਦਗਾਹ। ਜਿਹਨੇ ਜਮਦੂਤ ਨੂੰ ਪੈਦਾ ਕੀਤਾ ਮੈਂ ਉਹਦੇ ਨਾਲ ਸਾਂਝ ਪਾਈ ਬੈਠਾ। ਪਰ ਯਾਦ ਰੱਖੋ ਜਿਹੜੀ ਬੇਨਤੀ ਮੈਂ ਕਰ ਰਿਹਾ ਅੱਗੇ ਵਿਸਤਾਰ ਕਰਨਾ ਕਿ ਕਰਮੀ ਕਰਮੀ ਹੋਏ ਵਿਚਾਰ, ਇੱਕ ਤਾਂ ਪਰਮਾਤਮਾ ਆਪ ਸੱਚਾ ਤੇ ਦੂਜਾ ਉਹਦਾ ਦਰਬਾਰ ਸੱਚਾ ਹੈ। ਕਿਵੇਂ? ਉਹ ਆਪ ਸੱਚਾ, ਉਹਦਾ ਦਰਬਾਰ ਸੱਚਾ। ਦਰਬਾਰ ਵਿੱਚ ਅਨੇਕਾਂ ਉਹਦੇ ਅਹਿਲਕਾਰ ਨੇ, ਅਨੇਕਾਂ ਉਹਦੇ ਚਾਕਰ ਨੇ, ਉਹਦੇ ਸੇਵਕ ਨੇ ਜਿਹੜੇ ਉਹਦੇ ਦਰ ਦੇ ਉੱਤੇ ਖਲੋ ਕੇ ਉਹਦੀਆਂ ਸਿਫਤਾਂ ਕਰਦੇ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਇਸ ਮੁਲਕ ਦਾ ਬਾਦਸ਼ਾਹ, ਇਸ ਮੁਲਕ ਦਾ ਰਾਜਾ ਤਾਂ ਬਿਲਕੁਲ ਇਨਸਾਫ ਪਸੰਦ ਤੇ ਸੱਚਾਈ ਤੇ ਪਹਿਰਾ ਦੇਣ ਵਾਲਾ ਹੈ, ਪਰ ਜਿਹੜੇ ਅੱਗੇ ਅਹਿਲਕਾਰ ਦਰਬਾਰੀ ਨੇ ਉਹ ਬੇਈਮਾਨ ਤੇ ਝੂਠੇ ਨੇ। ਉਸ ਵਿਚਾਰੇ ਦੀ ਪੇਸ਼ ਕੋਈ ਨਹੀਂ ਜਾਂਦੀ, ਕਿਉਂਕਿ ਉਹਦੇ ਅਫੀਸਰ, ਉਹਦੇ ਅਹਿਲਕਾਰ ਉਹਦੀ ਦਾਲ ਨਹੀਂ ਗਲਣ ਦਿੰਦੇ, ਉਹਨਾਂ ਦੀ ਰਗ ਰਗ ਵਿੱਚ ਝੂਠ ਰਚਿਆ ਹੈ। ਪਰ ਮੇਰੇ ਬਾਬਾ ਨਾਨਕ ਜੀ ਨੇ ਕਿਹਾ, ਦੁਨੀਆਂ ਦਾ ਬਾਦਸ਼ਾਹ ਕਈ ਵਾਰੀ ਸੱਚਾ ਮਿਲਦਾ ਹੈ, ਅੱਗੇ ਦਰਬਾਰੀ ਕਰਪਟ ਤੇ ਝੂਠੇ ਮਿਲਦੇ ਨੇ। ਮੇਰਾ ਰੱਬ ਆਪ ਵੀ ਸੱਚਾ ਹੈ ਤੇ ਉਹਦੇ ਦਰਬਾਰ ਵਿੱਚ ਵੀ ਸੱਚਾਈ ਹੈ, ਝੂਠਾ ਹੈ ਹੀ ਨਹੀਂ। ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਜਿਨ੍ਹਾਂ ਉੱਤੇ ਉਹਦੀ ਨਦਰੇ ਕਰਮ ਹੋਵੇ, ਉਹਦੀ ਬਖਸ਼ੀਸ਼ ਹੋਵੇ, ਉਹਨਾਂ ਦੇ ਮਸਤਕ ਤੇ ਪਰਮਾਤਮਾ ਦਾ ਨਿਸ਼ਾਨ ਪੈ ਜਾਂਦਾ, ਬਖਸ਼ੀਸ਼ ਦਾ ਨਿਸ਼ਾਨ ਪੈਂਦਾ। ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ। ਇਹ ਤੁਕ ਨੂੰ ਫਿਰ ਬੇਨਤੀ ਸਮਝਿਓ, ਕਿਉਂਕਿ ਅੱਜ ਇਹ ਬਹੁਤ ਸਾਡੇ ਅੰਦਰ ਗੱਲ ਕਰ ਚੁੱਕੀ ਹੈ।
ਕਿ ਨਹੀਂ ਅੱਗੇ ਕਿਸੇ ਨੇ ਪੁੱਛਣਾ ਨਹੀਂ। ਇਹ ਕਥਾ ਕਰਦਿਆਂ, ਇਹ ਬਾਣੀ ਪੜ੍ਹਦਿਆਂ ਐਵੇਂ ਡਰਾਵਾ ਦੇਈ ਜਾ ਰਹੇ ਨੇ। ਨਹੀਂ ਗੁਰਮੁਖੋ, ਮੈਂ ਕੁਛ ਬਾਣੀ ਵਿੱਚੋਂ ਪ੍ਰਮਾਣ ਲਏ ਨੇ ਜਿਹੜੇ ਤੁਸੀਂ ਰੋਜ਼ ਬਾਣੀ ਸੁਣਦੇ ਹੋ। ਕੱਚ ਪਕਾਈ ਉਥੇ ਪਾਏ, ਹੁਣ ਉਥੇ ਦਾ ਅਰਥ ਇੱਥੇ ਕਦੀ ਨਹੀਂ ਕਰ ਸਕਾਂਗੇ, ਉਥੇ ਦਾ ਅਰਥ ਇਸ ਤੋਂ ਕੋਈ ਹੋਰ ਵੀ ਥਾਂ ਹੈ। ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਹੇ। ਅਸੀਂ ਇੱਕ ਬਚਨ ਪੜ੍ਹਨੇ ਹਾਂ, ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਪੁੰਨੀ ਪਾਪੀ ਆਖਣ ਨਾਹੇ। ਜਿਹੜੇ ਕਹਿੰਦੇ ਨੇ ਇਹ ਅਖਾਣ ਨੇ, ਮੁਹਾਵਰੇ ਨੇ, ਗੁਰੂ ਜੀ ਨੇ ਮੁਹਾਵਰੇ ਵਰਤ ਕੇ ਸਮਝਾਇਆ। ਬਾਬਾ ਜੀ ਨੇ ਕਿਹਾ ਆਖਣ ਨਾਹੇ, ਇਹਨੂੰ ਅਖਾਣ ਨਾ ਸਮਝੀ, ਇਹਨੂੰ ਮੁਹਾਵਰਾ ਨਾ ਸਮਝੀ, ਜੋ ਮੈਂ ਤੈਨੂੰ ਕਹਿ ਰਿਹਾ ਇਹ ਹਕੀਕਤ ਵਿੱਚ ਕਹਿ ਵੇ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਏ। ਇਹਦਾ ਮਤਲਬ ਕਰ ਕਰ ਕਰਨਾ ਲਿਖ ਲੈ ਜਾਏ, ਜੋ ਕੁਝ ਅਸੀਂ ਕਰਨੇ ਪਏ ਹਾਂ ਉਹ ਲਿਖਿਆ ਜਾ ਰਿਹਾ, ਤੇ ਜੋ ਕੁਝ ਲਿਖਿਆ ਜਾ ਰਿਹਾ ਉਹ ਜੀਵ ਨਾਲ ਲੈ ਕੇ ਜਾਏਗਾ। ਅੱਗੇ ਬੇਨਤੀ ਕਰਾਂਗਾ ਕਿਹੜਾ ਜੀਵ ਜਾਏਗਾ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਏ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵੋ ਜਾਹੋ। ਕਹਿੰਦੇ ਨੇ ਜੋ ਕੁਝ ਤੂੰ ਬੀਜਿਆ ਹੈ ਇਹ ਤੂੰ ਖਾਏਗਾ ਨਹੀਂ। ਹਜ਼ੂਰ ਦੀ ਬਾਣੀ ਚ ਇੱਕ ਬਚਨ ਖੋਰ ਹੁੰਦਾ ਹੈ, ਬਾਬਾ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਆਸਾ ਦੀਵਾਰ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ। ਆਸਾ ਦੀਵਾਰ ਦੀਆਂ ਇਹ ਪਵਿੱਤਰ ਦੋ ਤੁਕਾਂ ਨੇ, ਇਹਦੇ ਅਰਥ ਕੀ ਨੇ? ਜੇ ਅਸੀਂ ਕਹੀਏ ਵੀ ਰੱਬ ਜਿਹੜਾ ਉਹਦੀ ਕਲਮ ਹਿੰਦੂ ਲਈ ਖੋਰ ਏ, ਮੁਸਲਮਾਨ ਲਈ ਖੋਰ ਏ, ਈਸਾਈ ਲਈ ਖੋਰ ਏ, ਨਹੀਂ ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਨਹੀਂ, ਦੀਵਾਨ ਏਕੋ ਕਲਮ ਏਕਾ ਖਮਾ ਤੁਮਾ ਮੇਲ, ਉਹਦਾ ਦਰਬਾਰ ਵੀ ਲੇਖੇ ਵਾਲਾ ਇੱਕ ਹੈ, ਤੇ ਜਿਹੜੇ ਉਹਨੇ ਲੇਖ ਲਿਖੇ ਨੇ ਜੀਵ ਦੇ ਚੇਤੇ ਰੱਖੀ, ਕਲਮਾਂ ਦੋ ਨਹੀਂ, ਸਾਰੀ ਮਾਨਵਤਾ ਦੇ ਲੇਖ ਵੀ ਉਹਨੇ ਇੱਕੋ ਕਲਮ ਨਾਲ ਲਿਖੇ। ਦੀਵਾਨ ਏਕੋ ਕਲਮ ਏਕਾ ਖਮਾ ਤੁਮਾ ਮੇਲ, ਮੇਰਾ ਤੇ ਤੁਹਾਡਾ, ਆਪਣਾ ਤੇ ਸਾਡਾ ਉੱਥੇ ਮੇਲ ਹੋਵੇਗਾ, ਕੋਈ ਬੰਦਾ ਨਹੀਂ ਐਸਾ ਜਿਹਦਾ ਉੱਥੇ ਮੇਲ ਨਹੀਂ ਹੋਣਾ। ਖਮਾ ਤੁਮਾ ਮੇਲ, ਦਰ ਲੈ ਲੇਖਾ, ਉਹਦੇ ਦਰਬਾਰ ਵਿੱਚ ਲੇਖਾ ਲਿਆ ਜਾਏਗਾ। ਦਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ। ਜੇ ਮਾੜੇ ਕੁਕਰਮ ਕੀਤੇ ਨੇ, ਮੰਦੇ ਕਰਮ ਕੀਤੇ ਨੇ, ਤੇ ਇਸ ਤਰ੍ਹਾਂ ਲੇਖਾ ਲਿਆ ਜਾਏਗਾ ਜਿਵੇਂ ਤਿਲਾਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਹੈ, ਜਿਵੇਂ ਸਰੋਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਹੈ। ਹਜ਼ੂਰ ਨੇ ਇਸ ਬਚਨ ਨੂੰ ਸਵੀਕਾਰ ਕੀਤਾ ਹੈ, ਤੇ ਬਾਬਾ ਫਰੀਦ ਸਾਹਿਬ ਜਿਨ੍ਹਾਂ ਦੇ ਅਸੀਂ ਪਿਛਲੇ ਦਿਨਾਂ ਤੋਂ ਪਵਿੱਤਰ ਸ਼ਲੋਕ ਵਿਚਾਰਨੇ ਪਏ ਹਾਂ, ਉਹਨਾਂ ਤੇ ਇੰਨੀ ਕਿਰਪਾਲਤਾ ਕੀਤੀ, ਬਾਣੀ ਵਿੱਚ ਕਈ ਥਾਵਾਂ ਤੇ ਉਹਨਾਂ ਅਮਲਾਂ ਦੀ ਗੱਲ ਕੀਤੀ ਜਿਵੇਂ ਅਸੀਂ ਪਿੱਛੇ ਪੜ੍ਹ ਕੇ ਆਏ। ਕਹਿਣ ਲੱਗੇ ਫਰੀਦਾ ਮੋਤੈ ਦਾ ਬੰਨਾ ਐਵੇਂ ਦਿਸੈ ਜਿਉਂ ਦਰਿਆ ਵੈ ਢਾਹਾ, ਅੱਗੇ ਦੋਜਕ ਸਭ ਤਪਿਆ ਸੁਣੀਐ, ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾ, ਇਕਨਾਂ ਨੂੰ ਸਭ ਸੋਝੀ ਆਈ। ਜਿਨ੍ਹਾਂ ਨੂੰ ਸੋਝੀ ਉਹ ਸਮਝਦੇ ਨੇ ਕਿ ਕਰਮਾਂ ਦਾ ਲੇਖਾ ਹੈ, ਤੇ ਜਿਨ੍ਹਾਂ ਨੂੰ ਰੱਬ ਜੀ ਤੂੰ ਸੋਝੀ ਨਹੀਂ ਦਿੱਤੀ ਉਹ ਸਮਝਦੀ ਕੋਈ ਨਹੀਂ ਪਈ ਵੀ ਕਿਤੇ ਲੇਖਾ ਵੀ ਖੂਣਾ ਹੈ। ਫਰੀਦਾ ਮੋਤੈ ਦਾ ਬੰਨਾ ਐਵੇਂ ਦਿਸੈ ਜਿਉਂ ਦਰਿਆਵੈ ਢਾਹਾ, ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੈ ਕਾਹਾ, ਇਕਨਾਂ ਨੂੰ ਸਭ ਸੋਝੀ ਆਈ। ਇੱਕ ਫਿਰਦੇ ਬੇਪਰਵਾਹ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰ ਗਏ ਹੋਗਾ, ਦੁਨੀ ਵਿੱਚ ਸੇ ਦਰ ਗਏ। ਇਹਦਾ ਮਤਲਬ ਦੁਨੀ ਤੇ ਦਰਗਾਹ ਦੋ ਚੀਜ਼ਾਂ ਨੇ।
ਅਮਲ ਜੇ ਕੀਤੇ ਆ ਦੁਨੀ ਵਿੱਚ ਸੇ ਦਰਗਹਿ ਉਹ ਗਾ, ਜਿਹੜੇ ਅਮਲ ਕੀਤੇ ਨੀ ਚੰਗੇ ਜੇ ਤੇ ਤੇਰੀ ਉੱਥੇ ਗਵਾਹੀ ਦੇਣਗੇ। ਅਸੀਂ ਇੱਕ ਬਚਨ ਹੋਰ ਪੜ੍ਹਨੇ ਆ ਕਿ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹਿ ਆਏ ਕੰਮ। ਧਿਆਨ ਦਿਆ ਜੇ, ਇੱਕ ਸ਼ਬਦ ਅਸੀਂ ਸਲੋਕ ਪੜ੍ਹ ਕੇ ਆਏ ਸਾਂ ਪ੍ਰਮਾਣ ਵਜੋਂ ਕਿ ਚਾਰ ਗਵਾਇਆ ਖੰਡ ਕਹਿ, ਚਾਰ ਗਵਾਇਆ ਸਮ, ਚਾਰ ਪੈਰ ਦਿਨ ਖੰਡ ਕਹਿ ਦਰ ਤੇ ਭੱਜ ਕੇ ਨੱਠ ਕੇ ਕੰਮ ਧੰਦਿਆਂ ਚ ਨਿਕਲ ਗਈ, ਥੱਕਾ ਆਇਆ ਤੇ ਆ ਕੇ ਸੌ ਗਿਆ। ਕੀ ਜ਼ਿੰਦਗੀ ਦਾ ਮਨੋਰਥ ਕੇਵਲ ਕੰਮ ਕਰਨਾ, ਖਾਣਾ ਸੌਣਾ ਤੇ ਬੱਚੇ ਪਾਲਣਾ ਹੀ ਹੈ? ਨਹੀਂ, ਬਾਬਾ ਜੀ ਨੇ ਕਿਹਾ ਤੇਰੇ ਨਾਲੋਂ ਤਾਂ ਪਸ਼ੂ ਚੰਗਾ ਹੈ ਜਿਹੜਾ ਵਿਚਾਰਾ ਸੁੱਕੇ ਕੱਖ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ। ਤੂੰ 36 ਪ੍ਰਕਾਰ ਦੇ ਭੋਜਨ ਛੱਕ ਕੇ ਵੀ 24 ਘੰਟਿਆਂ ਵਿੱਚੋਂ ਕਦੀ ਰੱਬ ਦਾ ਸ਼ੁਕਰ ਕਰਨਾ? ਤੂੰ ਪਸ਼ੂ ਘਰ ਚ ਰੱਖਿਆ, ਪਸ਼ੂ ਤੇਰਾ ਸਵਾਮੀ ਭਗਤ ਸੇਵਕ ਹੈ, ਜੋ ਕੁਝ ਤੂੰ ਦਿੱਤਾ ਉਹਨੇ ਪਸ਼ੂ ਮਿਲਿਆ, ਚੰਗਿਆਈਆਂ ਖੜ ਖਾਵੇ। ਜਿਹਨੂੰ ਅਕਲ ਕੋਈ ਨੀ ਉਹਨੂੰ ਸੁੱਕੇ ਕੱਖ ਦਿੱਤੇ, ਉਹਨੇ ਤੈਨੂੰ ਅੰਮ੍ਰਿਤ ਵਰਗਾ ਦੁੱਧ ਦੇ ਦਿੱਤਾ, ਤੈਨੂੰ ਤਾਂ ਅਕਲ ਦਾ ਕੋਟ ਕਿਹਾ ਗਿਆ, ਅਕਲ ਦਾ ਕਿਲਾ ਕਿਹਾ ਗਿਆ। ਤੂੰ ਇੰਨਾ ਕੁਝ ਲੈ ਕੇ ਰੱਬ ਦਾ ਕਿੰਨਾ ਕੁ ਸ਼ੁਕਰ ਕਰਨਾ? ਪਸ਼ੂ ਮਿਲੇ, ਚੰਗਿਆਈਆਂ ਖੜ ਖਾਵੇ, ਖੜ ਖਾਵੇ ਅੰਮ੍ਰਿਤ ਦੇ। ਸਤਿਗੁਰੂ ਦੇ ਬਚਨਾਂ ਵੱਲ ਆਵਾਂ, ਚਾਰ ਗਵਾਇਆ ਖੰਡ ਕਹਿ, ਚਾਰ ਗਵਾਇਆ ਸਮ, ਚਾਰ ਪੈਰ ਸੌਂ ਕੇ ਨਿਕਲ ਗਿਆ ਗੁਰਮੁਖੋ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਲੇਖਾ ਰੱਬ ਮੰਗੇਸੀਆ। ਇਹਦਾ ਮਤਲਬ ਕੋਈ ਲੇਖਾ ਪੁੱਛਦਾ ਹੈ? ਮੈਂ ਸਿਰਫ ਇੰਨੇ ਕੁ ਪ੍ਰਮਾਣ ਕਿ ਇਸ ਗੱਲ ਨੂੰ ਹਕੀਕਤ ਜਾਣੀਏ ਜੋ ਗੁਰੂ ਜੀ ਕਹਿੰਦੇ ਨੇ ਕਿ ਅੱਗੇ ਕੋਈ ਲੇਖਾ ਪੁੱਛਣ ਵਾਲਾ ਹੈ। ਜਿਹੜੇ ਅਸੀਂ ਕਰਮ ਕਰਨੇ ਆ, ਦੇਖੋ ਇਹ ਕਰਮ ਕਰਕੇ ਅਸੀਂ ਕਹਿੰਦੇ ਚਲੋ ਕੱਲ ਗਲਤੀ ਕੀਤੀ ਸੀ, ਉਹ ਤੇ ਦਿਨ ਨਿਕਲ ਗਿਆ, ਦਿਨ ਜ਼ਰੂਰ ਨਿਕਲ ਗਿਆ ਪਰ ਜਿੱਥੇ ਲਿਖਿਆ ਗਿਆ ਉੱਥੋਂ ਡਿਲੀਟ ਨਹੀਂ ਹੋਇਆ। ਕੋਈ ਥਾਂ ਹੈ ਜਿੱਥੇ ਲਿਖਿਆ ਜਾਂਦਾ? ਕੌਣ ਹੈ ਜਿਹਦਾ ਅੱਗੇ ਲੇਖਾ ਪੁੱਛਿਆ ਜਾਏਗਾ? ਆ ਸਰੀਰ ਤਾਂ ਪਰਿਵਾਰ ਨੇ ਸਾਂਭ ਲੈਣਾ, ਘਰ ਦੇ ਜੀਆਂ ਨੇ ਸਾਂਭ ਲੈਣਾ, ਕੌਣ ਹੈ ਅੱਗੇ ਜਿਹਦੇ ਗੱਲ ਚ ਸੰਗਲ ਪਾਇਆ ਜਾਏਗਾ, ਕੌਣ ਹੈ ਜਿਹਦੇ ਅੱਗੇ ਲੇਖਾ ਪੁੱਛਿਆ ਜਾਏਗਾ? ਗੁਰਮੁਖੋ, ਦੋ ਸਰੀਰ ਨੇ। ਵੈਸੇ ਪੁਰਾਣੇ ਰਿਸ਼ੀ ਮਹਾਤਮਾ ਇੱਕ ਗੱਲ ਕਹਿੰਦੇ ਸਨ, ਬੰਦੇ ਦੇ ਤਿੰਨ ਸਰੀਰ ਨੇ, ਸਥੂਲ ਹੈ, ਸੂਖਸ਼ਮ ਹੈ, ਇਸ ਤੋਂ ਅੱਗੇ ਤੀਸਰਾ ਕਾਰਨ ਸਰੀਰ ਹੈ। ਲੇਖਾ ਕਿਸ ਦਾ ਪੁੱਛਿਆ ਜਾਂਦਾ ਹੈ? ਆ ਸਥੂਲ ਸਰੀਰ ਤਾਂ ਸੂਖਸ਼ਮ ਦੇ ਉੱਪਰ ਖੋਲ ਹੈ, ਇਸ ਦੇ ਅੰਦਰ ਕੋਈ ਹੋਰ ਹੈ ਜਿਹਦੇ ਕਰਕੇ ਬਾਹਰ ਵਾਲਾ ਚੱਲਦਾ ਹੈ। ਕਈ ਵਾਰੀ ਅਸੀਂ ਕਹਾਂਗੇ ਉਹ ਅਦ੍ਰਿਸ਼ਟ ਦਿਸਦਾ ਨਹੀਂ। ਜ਼ਮੀਨ ਵਿੱਚ ਆਪਾਂ ਬੀਜ ਪਾਉਂਦੇ ਹਾਂ, ਕਣਕ ਦਾ ਪਾਈਏ, ਚਣਿਆਂ ਦਾ ਪਾਈਏ, ਜੌਆਂ ਦਾ ਪਾਈਏ, ਕਦੀ ਦੇਖੋ ਉਹ ਬੀਜ ਬਾਹਰੋਂ ਅੱਤ ਦਾ ਕਰੜਾ ਹੈ। ਕੀ ਹੈ ਸੂਖਸ਼ਮ? ਜਿਹਨੂੰ ਗੁਰੂ ਜੀ ਨੇ ਕਿਹਾ ਨਮੋ ਬੀਜ ਬੀਜੇ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਆਪਾਂ ਬੀਜ ਬੀਜਨੇ, ਸੂਖਸ਼ਮ ਕੀ ਹੈ? ਉਸ ਬੀਜ ਦਾ ਉੱਪਰ ਵਾਲਾ ਖੋਲ ਬੜਾ ਕਰੜਾ, ਕਠੋਰ ਤੇ ਪੱਕਾ ਪੱਥਰ ਦੀ ਤਰ੍ਹਾਂ ਲੱਗਦਾ ਹੈ, ਪਰ ਯਾਦ ਰੱਖੋ ਉਸ ਕਠੋਰ ਦੇ ਥੱਲੇ ਕੋਈ ਕੋਮਲ ਵੀ ਹੈ। ਚਣੇ ਦਾ ਬੀਜ ਅੱਤ ਦਾ ਕਠੋਰ ਜਦੋਂ ਵਾਹੀ ਹੋਈ ਜ਼ਮੀਨ ਦੇ ਵਿੱਚ ਆਪਾਂ ਬੀਜਿਆ, ਖੋਲ ਵਿੱਚੋਂ ਇੱਕ ਪਤਲਾ ਜਿਹਾ ਬਰੀਕ ਕੋਮਲ ਅੰਕੁਰ ਨਿਕਲਿਆ ਪੇਡੇ ਦਾ। ਕਦੀ ਸੋਚਿਆ ਸੀ ਵੀ ਇੰਨੇ ਵੱਡੇ ਕਠੋਰ ਬੀਜ ਦੇ ਥੱਲੇ ਕੋਈ ਅੰਕੁਰ ਬਰੀਕ ਕੋਮਲ ਹੈ? ਕੋਈ
ਜਿਹੜਾ ਦਿਸਦਾ ਨਹੀਂ। ਸਾਨੂੰ ਕੇਵਲ ਬਾਹਰ ਵਾਲਾ ਖੋਲ ਦਿਸਦਾ ਹੈ, ਪਰ ਜਦੋਂ ਬੀਜਿਆ ਜਾਂਦਾ ਯਾਦ ਰੱਖੋ ਉਹਦੇ ਵਿੱਚੋਂ ਸੂਖਸ਼ਮ ਇੱਕ ਕੋਮਲ ਜੀ ਅੰਕੁਰ ਨਿਕਲਦਾ ਹੈ। ਯਾਦ ਰੱਖੋ ਗੁਰਮੁਖੋ, ਆ ਬਾਹਰ ਦੀ ਖੋਲ ਨੂੰ ਹੀ ਬੰਦਾ ਪਾਲੀ ਜਾਂਦਾ, ਅੰਦਰ ਵਾਲੇ ਤਾਂ ਕਦੀ ਝਾਤੀ ਮਾਰੀ ਹੋਈ ਨਹੀਂ। ਸੱਚ ਹੈ ਕਦੀ ਤੁਰੇ ਤਾਂ ਸਹੀ ਬੰਦਾ, ਸਿਰਫ ਅਸੀਂ ਬਾਹਰ ਦੇ ਖੋਲ ਨੂੰ ਸੰਭਾਲੀ ਬੈਠੇ ਹਾਂ, ਅੰਦਰ ਵਾਲੇ ਨੂੰ ਕੌਣ ਸੰਭਾਲੇਗਾ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਸੂਖਸ਼ਮ ਉਹ ਦਿਸਦਾ ਨਹੀਂ, ਪਰ ਜੋ ਕੁਝ ਸਾਡੇ ਅੰਦਰ ਹੁਣ ਚੱਲ ਵੀ ਰਿਹਾ ਇਸ ਸਥੂਲ ਵਿੱਚ, ਇਹਨੂੰ ਚਲਾ ਕੌਣ ਰਿਹਾ ਹੈ? ਇਹ ਸੂਖਸ਼ਮ ਰਾਹੀਂ ਕੁਛ ਮਿਲ ਰਿਹਾ ਹੈ। ਰੁੱਖ ਉਹਦੇ ਪੱਤਿਆਂ ਨੂੰ ਪੁੱਛੋ ਕਿ ਆ ਤੇਰੀ ਹਰਿਆਵਲ, ਉਹਦੇ ਫਲਾਂ ਨੂੰ ਪੁੱਛੋ ਤੇਰਾ ਰਸ, ਬ੍ਰਿਕਸ਼ ਦੇ ਪੱਤਿਆਂ ਨੂੰ ਪੁੱਛੋ ਤੇਰੇ ਫੁੱਲਾਂ ਵਿੱਚ ਸੁਗੰਧੀ, ਇਹ ਬਾਹਰੋਂ ਆ ਰਹੀ ਹੈ? ਉਹ ਕਹਿੰਦਾ ਨਹੀਂ, ਬਾਹਰੋਂ ਕੁਝ ਸਹਾਇਤਾ ਜ਼ਰੂਰ ਹੋ ਰਹੀ ਹੈ, ਪਰ ਇਹ ਆ ਉੱਥੋਂ ਰਹੀ ਹੈ ਜਿਹੜਾ ਆਪਣੇ ਆਪ ਨੂੰ ਦਿਖਾਉਂਦਾ ਨਹੀਂ, ਮੈਨੂੰ ਸਿਰਫ ਵਿਖਾਵੇ ਮਾਤਰ ਬਾਹਰ ਰੱਖਿਆ, ਆਉਂਦੀ ਉਸ ਜੜ ਤੋਂ ਪਈ ਹੈ ਜਿਹੜੀ ਅਜੇ ਤੱਕ ਕਿਸੇ ਨੇ ਛੇਤੀ ਦੇਖੀ ਨਹੀਂ। ਰੁੱਖ ਦੀਆਂ ਜੜ੍ਹਾਂ ਕਦੀ ਦਿਸੀਆਂ ਨੇ? ਰੁੱਖ ਜ਼ਮੀਨ 'ਚ ਹੈ, ਉਹਦੀਆਂ ਜੜ੍ਹਾਂ ਜ਼ਮੀਨ 'ਚ ਗੱਡੀਆਂ ਨੇ, ਪਰ ਅਦ੍ਰਿਸ਼ਟ ਜਿਹੜਾ ਹੈ ਉਹ ਦ੍ਰਿਸ਼ਟ ਮਾਨ ਨੂੰ ਸ਼ਕਤੀ ਦੇ ਰਿਹਾ ਹੈ, ਤਾਕਤ ਦੇ ਰਿਹਾ ਹੈ, ਐਨਰਜੀ ਦੇ ਰਿਹਾ ਹੈ। ਪਰ ਜੇਕਰ ਕੋਈ ਬੰਦਾ ਰੁੱਖ ਕੋਲ ਖਲੋ ਕੇ ਇਹ ਕਹੀ ਜਾਏ, ਮੈਂ ਤੇਰੇ ਪੱਤਿਆਂ ਨੂੰ ਮੰਨਣਾ, ਮੈਂ ਤੇਰੀਆਂ ਟਾਹਣੀਆਂ ਨੂੰ ਮੰਨਣਾ, ਤੇਰੇ ਫੁੱਲਾਂ ਨੂੰ ਮੰਨਣਾ, ਮੈਂ ਜੜ੍ਹਾਂ ਨੂੰ ਮੰਨਣ ਦੀ ਤਿਆਰ ਨਹੀਂ, ਉਹ ਕਹੇਗਾ ਤੂੰ ਅਗਿਆਨੀ ਏ, ਤੇਰੀਆਂ ਅੱਖਾਂ ਕੇਵਲ ਦ੍ਰਿਸ਼ਟ ਮਾਨ ਨੂੰ ਦੇਖਣ ਵਾਲੀਆਂ ਨੇ, ਕੱਲੀਆਂ ਮੇਰੀਆਂ ਜੜ੍ਹਾਂ ਨਹੀਂ। ਰੌਲਾ ਪਾਉਣ ਵਾਲਿਆ, ਤੂੰ ਝਾਤੀ ਮਾਰ, ਤੇਰੇ ਸਰੀਰ ਦੇ ਵਿੱਚ ਸੂਖਸ਼ਮ ਸਰੀਰ ਦੀਆਂ ਜੜ੍ਹਾਂ, ਤੇਰੇ ਇਸ ਖੋਲ ਦੇ ਅੰਦਰ ਕੋਈ ਹੋਰ ਹੈ। ਫਿਰ ਪਿਆਰਿਓ, ਜਿਹੜੇ ਅਸੀਂ ਕਰਮ ਕਰਨੇ ਆ, ਕਈ ਵਾਰੀ ਸਿਆਣੇ ਪੁਰਸ਼ ਕਹਿੰਦੇ ਆ ਕਰਮ ਨਾ ਬਣੇ ਤੇ ਲੇਖਾ ਨਹੀਂ ਜੇ ਲਿਖਿਆ ਜਾਂਦਾ, ਕਰਮ ਬਣ ਜਾਏ ਤੇ ਲੇਖਾ ਜ਼ਰੂਰ ਲਿਖਿਆ ਜਾਂਦਾ। ਸੁਬਹਾ ਤੋਂ ਸ਼ਾਮ ਤੱਕ ਕਿਤਨੇ ਫੁਰਨੇ ਪੈਦਾ ਹੁੰਦੇ ਨੇ ਕਿਸੇ ਬੰਦੇ ਨੂੰ ਦੇਖ ਕੇ, ਕਿਤਨੇ ਮਲੀਨ, ਕਿਤਨੇ ਭੱਦੇ, ਕਿਤਨੇ ਨੀਚ, ਕਿਤਨੇ ਚੰਗੇ। ਸੁਬਹਾ ਤੋਂ ਸ਼ਾਮ ਤੱਕ ਕਿਤਨੇ ਲੋਕਾਂ ਨੂੰ ਦੇਖ ਕੇ ਸਾਡੇ ਅੰਦਰ ਵਿਚਾਰਾਂ ਦੀ ਨਿਰੰਤਰ ਪ੍ਰਵਾਹ ਵੱਖ ਵੱਖ ਰੰਗ ਬਦਲਦਾ, ਪਰ ਜਦੋਂ ਉਹ ਫੁਰਨਾ ਜੇ ਕਿਤੇ ਕਰਮ ਬਣ ਜਾਏ, ਉਹ ਲਿਖਿਆ ਜਾਂਦਾ ਹੈ ਤੇ ਲਿਖੇ ਹੋਏ ਸੰਸਕਾਰ ਫਿਰ ਅੱਗੇ ਨੂੰ ਤੁਰਦੇ ਨੇ। ਜੋ ਕੁਝ ਅਸੀਂ ਚਿਤਵਨੇ ਆ, ਜੋ ਕੁਝ ਅਸੀਂ ਸੋਚਨੇ ਪਏ ਆ, ਉਹ ਕਰਮ ਬਣਦਾ, ਤੇ ਫਿਰ ਜਿਹੋ ਜਿਹਾ ਕਰਮ ਨੇ ਉਹੋ ਜਿਹਾ ਲੇਖਾ ਹੈ। ਮੇਰੇ ਸਤਿਗੁਰੂ ਦੀ ਬਾਣੀ ਵਿੱਚੋਂ ਸਾਨੂੰ ਬੇਅੰਤ ਸ਼ਬਦ ਐਸੇ ਮਿਲਦੇ ਨੇ ਜਿਹਦੇ ਵਿੱਚ ਹਜ਼ੂਰ ਨੇ ਲੇਖਾ ਮੰਨਿਆ। ਇਹ ਕਾਰਨ ਕਿਉਂ ਕਿਹਾ ਜਾਂਦਾ ਹੈ ਵੀ ਹਰ ਵਕਤ ਪਰਮਾਤਮਾ ਨੂੰ ਚੇਤੇ ਕਰੋ? ਕਿਉਂ? ਹੋ ਸਕਦਾ ਤੂੰ ਚੇਤੇ ਕਰਨੇ, ਚੇਤੇ ਕਰਦਿਆਂ ਕਰਦਿਆਂ ਤੇ ਜਿਹੜੇ ਸਵਾਸ ਲੈ ਰਿਹਾ ਉਹ ਅੰਤਲੇ ਸਵਾਸ ਹੋਣ, ਤੇ ਤੇਰੇ ਚਿੰਤਨ ਵਿੱਚ ਕਿਤੇ ਵਾਹਿਗੁਰੂ ਜੀ ਦਾ ਨਾਮ ਹੋਵੇ, ਤੇ ਵਾਹਿਗੁਰੂ ਨੂੰ ਚੇਤੇ ਕਰਦਿਆਂ ਸਵਾਸ ਨਿਕਲ ਜਾਣ, ਤੇ ਕਈ ਵਾਰੀ ਕੀਤੇ ਹੋਏ ਕਰਮ ਵੀ ਕੱਟੇ ਜਾਂਦੇ ਨੇ। ਦੇਖੋ ਬਾਣੀ ਵਿੱਚੋਂ ਪ੍ਰਮਾਣ ਨੇ, ਭਾਈ ਗੁਰਦਾਸ ਜੀ ਨੇ ਬਚਨ ਕਿਹਾ, ਅਸੀਂ ਘਰ ਬਦਲ ਕੇ ਬੜੇ ਆਏ ਹਾਂ, ਆਪਾਂ ਜਿਤਨੇ ਵੀ ਬੈਠੇ ਹਾਂ ਅੱਜ ਦੇ ਨਹੀਂ, ਪਤਾ ਨਹੀਂ ਬੰਦਾ ਕਿੰਨੀ ਕੁ ਦੇਰ ਦਾ ਸਫ਼ਰ ਕਰਦਾ ਪਿਆ। ਜੇ ਭਗਤ ਰਵਿਦਾਸ ਜੀ ਜੈਸਾ ਮਹਾਂਪੁਰਸ਼ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਕਹਿ ਰਿਹਾ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਦੀ ਗੱਲ ਕੀਤੀ, ਇੱਕ ਅੱਧੇ ਦੀ ਨਹੀਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੂ ਚਿਰ ਭਇਓ,
ਦਰਸ਼ਨ ਦੇਖੇ। ਕਬੀਰ ਸਾਹਿਬ ਜੀ ਜੈਸਾ ਮਹਾਂਪੁਰਸ਼ ਕਹਿ ਰਿਹਾ, ਪੂਰਬ ਜਨਮ ਖੰਮ ਤੁਮਰੇ ਸੇਵਕ, ਮੇਰੀ ਤੇ ਤੇਰੀ ਆਪਸ ਵਿੱਚ ਸਾਂਝ ਅੱਜ ਦੀ ਨਹੀਂ, ਪੂਰਬ ਜਨਮ ਮੈਂ ਪੂਰਬਲੇ ਜਨਮਾਂ ਵਿੱਚ ਵੀ ਤੇਰਾ ਸੇਵਕ ਸਾਂ, ਪੂਰਬ ਜਨਮ ਖੰਮ ਤੁਮਰੇ ਸੇਵਕ, ਅੱਬ ਤੋਂ ਮਿਟਿਆ ਨਾ ਜਾਈ ਖੁਣ। ਇਸ ਸੇਵਕ ਨੂੰ, ਇਸ ਪ੍ਰੇਮੀ ਨੂੰ, ਇਸ ਪਿਆਰ ਕਰਨ ਵਾਲੇ ਨੂੰ ਕੋਈ ਤੇਰੇ ਤੋਂ ਦੂਰ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹ ਜ਼ਰੂਰ ਆਪ ਨਾਲ ਸਾਂਝਾ ਕਰਨੇ। ਕਹਿਣ ਲੱਗੇ, ਜੁਗ ਜੁਗ ਮੇਰ ਸਰੀਰ ਕਾ, ਇੱਕ ਕਹਿ ਸਰੀਰ ਤੇ ਦੂਜਾ ਮੇਰ। ਮੇਰ ਦਾ ਅਖਰੀ ਅਰਥ ਹੈ ਸੁਮੇਰ, ਉੱਚਾ, ਜਿਹਦਾ ਸਹਾਰਾ ਲਿਆ। ਜੁਗ ਜੁਗ ਮੇਰ ਸਰੀਰ ਕਾ, ਵਾਸਨਾ ਬੱਧਾ ਆਵੇ ਜਾਏ ਆਵੇ ਜਾਵੇ, ਫਿਰ ਵਟਾਈਏ, ਗਿਆਨੀ ਹੋਏ ਮਰਮ ਕੋ ਪਾਵੇ। ਇਹਦੇ ਅਰਥ ਕਰਾਂਗੇ, ਗਿਆਨੀ ਹੋਏ ਮਰਮ ਕੋ ਪਾਵੇ, ਕੋਈ ਅੰਦਰ ਦਾ ਗਿਆਨਵਾਨ ਬਣੇਗਾ ਤੇ ਉਹਨੂੰ ਇਸ ਭੇਦ ਦਾ, ਇਸ ਮਰਮ ਦਾ, ਇਸ ਅੰਦਰ ਦੀ ਖੇਡ ਦਾ ਪਤਾ ਲੱਗੇ। ਗਿਆਨੀ ਗਿਆਨੀ ਹੋਏ ਮਰਮ ਕੋ ਪਾਵੇ ਕੀ ਜੀ? ਕਹਿਣ ਲੱਗੇ, ਜੁਗ ਜੁਗ ਮੇਰ ਸਰੀਰ ਕਾ, ਐਸ ਮੇਰੇ ਸਰੀਰ ਦਾ ਆਤਮਾ ਜਿਹੜਾ ਮੇਰੂ ਹੈ, ਜਿਹੜਾ ਉੱਚਾ ਹੈ ਵੱਡਾ ਹੈ, ਵਾਸ਼ਨਾ ਬੱਧਾ ਆਵੇ ਜਾਵੇ, ਜਿਹੋ ਜਿਹਾ ਕਰਮ ਤੇ ਵਾਸ਼ਨਾਵਾਂ ਮੈਂ ਸੂਕਸ਼ਮ ਸਰੀਰ ਤੱਕ ਪਹੁੰਚਾਈਆਂ। ਕਹਿਣ ਲੱਗੇ, ਬਸ ਉਹ ਵਾਸ਼ਨਾਵਾਂ ਹੀ ਤਾਂ ਅੱਗਾ ਤਾਣਾ ਬਾਣਾ ਬਣਦੀਆਂ ਰਹੀਆਂ। ਹੁਣ ਅੱਜ ਅਸੀਂ ਇਹਨੂੰ ਮੰਨਣ ਨੂੰ ਤਿਆਰ ਨਹੀਂ, ਭਾਵਾਂ ਗੁਰੂ ਜੀ ਨੇ ਇਤਿਹਾਸ ਵਿੱਚ ਕਿਹਾ ਵੀ, ਜਿਸ ਦਿਨ ਹਜ਼ੂਰ ਦੁਨੀ ਚੰਦ ਕੋਲ ਗਏ, ਗੁਰੂ ਨਾਨਕ ਪ੍ਰਕਾਸ਼ ਵਿੱਚ ਕਥਾ ਆਉਂਦੀ ਹੈ, ਉਹਨੇ ਇਹ ਕਿਹਾ ਸੀ, ਮਹਾਰਾਜ ਪਿਓ ਦਾ ਸਰਾਧ ਕਰੀ ਬੈਠਾ, ਹੁਣ ਸ਼ਕਾ ਸ਼ਿਕਾਈ ਕਰਨ ਵਾਲੇ ਤਾਂ ਇਹਨੂੰ ਹਾਸੇ ਚਲੇ ਜਾਣਗੇ। ਬਾਬਾ ਜੀ ਨੇ ਕਿਹਾ, ਇਹ ਕਾਂਸ ਲਈ ਬਾਪ ਦਾ ਸਰਾਧ ਕਰਨਾ, ਉਹ ਤੇ ਕਈ ਦਿਨਾਂ ਦਾ ਭੁੱਖਾ ਬੈਠਾ। ਕਹਿਣ ਲੱਗੇ, ਮਹਾਰਾਜ ਉਹ ਭੁੱਖਾ? ਕਹਿਣ ਲੱਗੇ, ਝਾਤੀ ਮਾਰ ਕੇ ਆ, ਉਹ ਝਾੜ ਦੇ ਓਹਲੇ ਬਘਿਆੜ ਦੀ ਜੂਨ ਚ ਬੈਠਾ, ਕਈ ਦਿਨ ਹੋ ਗਏ ਨੇ ਵਿਚਾਰੇ ਨੂੰ ਖਾਣ ਨੂੰ ਮਾਸ ਨਹੀਂ ਮਿਲਿਆ। ਉਹਨੇ ਕਿਹਾ, ਉਹ ਤਾਂ ਧਰਮਾਤਮਾ ਸੀ, ਦਾਨ ਪੁੰਨ ਕਰਦਾ ਰਿਹਾ, ਉਹਨੇ ਤਾਂ ਧਰਮ ਕਰਮ ਬੜੇ ਕੀਤੇ। ਹਜ਼ੂਰ ਨੇ ਕਿਹਾ, ਯਾਦ ਰੱਖੀ, ਮਰਦਿਆਂ ਉਹਦੇ ਅੰਦਰ ਇੱਕ ਵਾਸ਼ਨਾ ਪਨਪੀ ਸੀ, ਕਿਤੇ ਨਾਸਕਾ ਵਿੱਚ ਸਿਰਫ ਗੰਧ ਗਈ, ਕਿਸੇ ਦੇ ਘਰ ਦੇ ਵਿੱਚ ਮਾਸ ਰਿੱਝਦੇ ਦੀ ਸਿਰਫ ਫੁਰਨਾ ਉੱਠਿਆ ਕਿ ਗੰਧ ਕਿਹੋ ਜਿਹੀ, ਇਹਨੇ ਨਾਲ ਮੌਤ ਹੋ ਗਈ, ਉਹ ਫੁਰਨਾ ਹੀ ਅਗਲਾ ਤਾਣਾ ਬਣ ਗਿਆ। ਹੁਣ ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹਦੀ ਤਸਦੀਕ ਕਰਾਈਏ, ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰੀਏ। ਭਗਤ ਤਰਲੋਚਨ ਜੀ ਦਾ ਸ਼ਬਦ ਹੈ, ਸ਼ਬਦ ਦੀ ਰਹਾਉ ਦੀ ਤੁਕ ਸਿਰਫ ਇੱਕੋ ਵੇ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ। ਅਰੀ ਬਾਈ, ਬਾਈ ਦਾ ਅਰਥ ਭੈਣੇ, ਅਰੀ ਬਾਈ ਹੇ ਮੇਰੀਏ ਭੈਣੇ, ਇੱਕ ਅਰਦਾਸ ਕਰ, ਰੱਬ ਕਦੀ ਭੁੱਲੇ ਨਾ, ਕਿਉਂ ਨਾ ਭੁੱਲੇ, ਵਾਸ਼ਨਾ ਬੱਧਾ ਆਵੇ ਜਾਵੇ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਤੇ ਇਹਦੀ ਸ਼ੁਰੂਆਤ ਹੁੰਦੀ ਏ, ਕਹਿਣ ਲੱਗੇ, ਅੰਤਕਾਲ ਜੋ ਲਕਸ਼ਮੀ ਸਿਮਰੈ ਵਾਸ਼ਨਾ ਬੱਧਾ ਆਵੇ ਜਾਵੇ। ਜਿਹੜਾ ਅੰਤਲੇ ਸਮੇਂ ਬੰਦਾ ਧਨ ਪਦਾਰਥ ਚੇਤੇ ਕਰਦਾ ਮਰ ਗਿਆ, ਤੇ ਕੀ ਉਹ ਸਿੱਧਾ ਰੱਬ ਦੇ ਘਰ ਨੂੰ ਜਾਏਗਾ ਜੀ? ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਲਕਸ਼ਮੀ ਨੂੰ, ਮਾਇਆ ਨੂੰ, ਧਨ ਨੂੰ ਚੇਤੇ ਦਾ ਕਰਦਿਆਂ ਅੰਤਲਾ ਸਾਹ ਨਿਕਲਿਆ, ਬਸ ਸਾਹ ਨਿਕਲਣ ਦੀ ਦੇਰ ਸੀ, ਅਗਲਾ ਜਨਮ ਜਿਹੜਾ ਸੀ ਉਹ ਸੱਪ ਦਾ ਬਣ ਗਿਆ, ਅਗਲੀ ਜੂਨ ਸੱਪ ਦੀ ਸੀ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਚਿੰਤਾ, ਚਿੰਤਾ ਦਾ ਸੰਬੰਧ ਚਿੰਤਨ ਨਾਲ ਹੈ, ਚਿਤਵਨ ਨਾਲ ਹੈ, ਫੁਰਨੇ ਨਾਲ ਹੈ।
ਅੰਤਲਾ ਸਮਾਂ ਇਸ ਚਿੰਤਾ 'ਚ ਨਿਕਲ ਗਿਆ, ਇੰਨਾ ਕੁਛ ਕਮਾਇਆ, ਇੰਨਾ ਇਕੱਠਾ ਕੀਤਾ, ਪਤਾ ਨੀ ਨਿਆਣੇ ਪਰਤ ਕੇ ਸਾਂਭਣ ਕੇ ਨਾ ਮੈਂ ਇਹਨਾਂ ਥਾਵਾਂ ਤੇ ਧਨ ਦੱਬਿਆ, ਇਸ ਚਿੰਤਾ 'ਚ ਖਵਾ ਨਿਕਲੀ, ਸਵਾਸ ਨਿਕਲਿਆ, ਅਗਲਾ ਜਨਮ ਮਿਲ ਗਿਆ, ਸੱਪ ਬਣ ਕੇ ਘਰ ਦੇ ਦੀਵਾਲੀ ਫੇਰੀਆਂ ਪਾਉਣ ਲੱਗ ਪਿਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ, ਕਹਿਣ ਲੱਗੇ ਸਰਪ ਜੋਨ ਵੱਲ ਵੱਲ ਆਉ ਤਰੈ। ਹੁਣ ਇੱਕ ਜੋਨ ਨਹੀਂ, ਵੱਲ ਵੱਲ, ਕਿਉਂਕਿ ਸੱਪ ਦੀ ਜੂਨੀ ਵਿੱਚ ਪਰਤ ਕੇ ਉਹ ਹੀ ਸੰਸਕਾਰ ਉਹ ਹੀ ਫੁਰਨੇ ਰਹੇ, ਪਰਤ ਕੇ ਫਿਰ ਅਗਲਾ ਜਨਮ ਸੱਪ ਦਾ। ਇੱਕ ਜਨਮ 'ਚ ਖਲਾਸੀ ਨਹੀਂ ਕਿਹਾ, ਸਰਪ ਜੋਨ ਵੱਲ ਵੱਲ ਔਤਰੈ ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਅੰਤਕਾਲ ਜੋ ਇਸਤਰੀ ਸਿਮਰੈ, ਅੰਤਲੇ ਸਮੇਂ ਕਿਤੇ ਵਾਸ਼ਨਾ ਵਾਲਾ ਫੁਰਨਾ ਬਣ ਗਿਆ, ਤੇ ਇਹਨੂੰ ਇਕੱਲੇ ਮਰਦ ਲਈ ਨਹੀਂ, ਇਹ ਇਸਤਰੀ ਲਈ ਵੀ ਹੈ। ਕਿਉਂ ਕਿਹਾ ਜਾਂਦਾ ਹੈ ਕਿ ਮੋਹ ਦੀਆਂ ਤੰਦਾਂ ਤੋਂ ਆਪਾਂ ਉੱਪਰ ਉੱਠੀਏ? ਨਹੀਂ ਪਿਆਰਿਓ, ਤੰਦਾਂ ਮੋਹ ਦੀਆਂ ਖਿੱਚਦੀਆਂ ਨੇ, ਤੰਤੂ ਖਿੱਚਦੇ ਨੇ ਸਾਨੂੰ। ਪੁੱਤਰਾਂ ਧੀਆਂ ਦਾ ਪਾਲਣਾ ਇਹ ਫਰਜ਼ ਹੈ, ਪਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ, ਮੈਨੂੰ ਪਤਾ ਮੈਂ ਪਿਛਲੇ ਸਾਲ ਇੱਕ ਬੇਨਤੀ ਕਰਕੇ ਗਿਆ ਸਾਂ, ਵੈਸੇ ਤਾਂ ਪਤਾ ਕੋਈ ਨੀ ਜ਼ਿੰਦਗੀ ਦਾ ਅੰਤ ਕਿੱਥੇ ਵੇ। ਬਾਬਾ ਜੀ ਨੇ ਕਿਹਾ ਕਹਾਂ ਵਿਸ਼ਾਸਾ ਇਸ ਭਾਂਡੇ ਕਾ ਇਤਨਾ ਕੁ ਲੱਗ ਹੈ ਠਣਕਾ। ਥੋੜੀ ਜੀ ਲੰਘਦਿਆਂ ਕਿਸੇ ਨੇ ਮਾਰੀ ਮਾਰੀ ਜੀ ਸਾਈਡ, ਬਸ ਉਹਦੇ 'ਚ ਸਾਰੇ ਪੁਰਜੇ ਖਿਲਰ ਜਾਣੇ, ਭਾਂਡਾ ਬਿਖਰ ਜਾਣਾ। ਕਹਾਂ ਵਿਸ਼ਾਸਾ ਇਸ ਭਾਂਡੇ ਕਾ ਇਤਨਾ ਕੁ ਲੱਗ ਹੈ ਠਣਕਾ। ਪਰ ਜੇ ਪਤਾ ਕੋਈ ਬੰਦਾ ਬਿਮਾਰ ਹੈ, ਡਾਕਟਰ ਨੇ ਕਹਿ ਦਿੱਤਾ ਇਹਦੇ ਬਚਨ ਦੀ ਕੋਈ ਆਸ ਨਹੀਂ, ਪਿਆਰਿਓ ਬਜਾਏ ਕਿ ਉਹਦੇ ਕੋਲ ਰੋ ਰੋ ਕੇ, ਜੇ ਬੱਚੇ ਛੋਟੇ ਨੇ, ਅਜੇ ਧੀਆਂ ਵਿਆਹਣ ਵਾਲੀਆਂ ਨੇ, ਅਸੀਂ ਇੱਥੇ ਬੈਠੇ ਹਾਂ, ਬਾਕੀ ਜੀ ਉੱਥੇ ਨੇ, ਉਹ ਵਿਚਾਰੇ ਦੇ ਆਹ ਦਿਨ ਤਾਂ ਰੋਗ 'ਚ ਨਿਕਲਦੇ ਪਏ ਨੇ, ਇੰਨੀ ਕੁ ਮਦਦ ਕਰ ਦਿਓ ਕਿਤੇ ਅੱਗਾ ਉਹਦਾ ਸੌਰ ਜਾਏ, ਉਹਦੇ ਅੰਤਲੇ ਸਮੇਂ ਉਹਦੇ ਕੰਨਾਂ ਵਿੱਚ ਗੁਰੂ ਦੀ ਆਵਾਜ਼ ਪਾਓ, ਮੋਹ ਦੀਆਂ ਤੰਦਾਂ ਤੋਂ ਉੱਪਰ ਉੱਠੇ, ਕਿਉਂਕਿ ਉਹਦੀ ਵਾਸ਼ਨਾ ਮਿੱਟੇ। ਜਿਤਨੀ ਅਸੀਂ ਵਾਸ਼ਨਾ ਉਹਦੀ ਪਰਿਵਾਰ ਵਿੱਚ ਖਿੱਚਾਂਗੇ, ਉਹਨਾਂ ਦੀ ਉਹਦਾ ਬੁਰਾ ਕਰਨੇ ਆ। ਇਹੀ ਕਾਰਨ ਕਿ ਜਿੰਨਾ ਕਿਸੇ ਗਏ ਨੂੰ ਰੋਇਆ ਜਾਂਦਾ ਹੈ, ਉਹਨਾਂ ਬੰਦਾ ਦੁਖੀ ਹੁੰਦਾ ਹੈ। ਕਿਉਂ ਕਿਹਾ ਗੁਰੂ ਜੀ ਨੇ ਕਿ ਰੋਣਾ ਨਹੀਂ, ਇਹ ਸ਼ਬਦ ਕਿਹਾ ਸੀ ਮੈਂ ਪਿੱਛੇ, ਕੀਰਤਨ ਕਰਿਓ ਨਿਰਵਾਣ ਜੀਓ, ਕੀਰਤਨ ਕਰਿਓ। ਕਹਿਣ ਲੱਗੇ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪੁਰਾਲ। ਹੁਣ ਇੱਕ ਬੰਦੇ ਦੀ ਹਾਲਤ ਕੀ ਹੋਵੇਗੀ ਜੀਵ ਦੀ, ਇੱਕ ਪਾਸੇ ਉਧਰ ਖਿੱਚਦੇ ਪਏ ਨੇ ਤੇ ਦੂਜੇ ਪਾਸੇ ਅਸੀਂ ਕੂਕਾਂ ਮਾਰ ਮਾਰ ਕੇ ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ, ਗੱਲਾਂ ਪਿੱਟਣ, ਸਿਰ ਖੋਹੇਨ, ਸਿਰ ਪੱਟ ਦੇ ਗੱਲਾਂ ਦੇ ਉੱਤੇ ਮਾਰ ਮਾਰ ਕੇ ਦੁਹਾਤਣਾ। ਇਹਦਾ ਮਤਲਬ ਅਸੀਂ ਉਹਦਾ ਭਲਾ ਨਹੀਂ ਮੰਗਦੇ ਪਏ, ਜਿੰਨਾ ਰੋਂਦੇ ਆ ਉਹਨਾਂ ਵਿਚਾਰਾ ਦੁਖੀ ਹੁੰਦਾ ਹੈ। ਜਿਤਨਾ ਉਹਦੇ ਲਈ ਸਿਮਰਨ ਕੀਤਾ ਜਾਏ, ਜਿਤਨੀ ਉਹਦੇ ਲਈ ਬੰਦਗੀ ਕੀਤੀ ਜਾਏ, ਜਿਹਦਾ ਉਹਦੇ ਲਈ ਚਿੰਤਨ ਕੀਤਾ ਜਾਏ, ਉਹਦਾ ਅਸੀਂ ਭਲਾ ਕਰ ਸਕਨੇ। ਸਤਿਗੁਰੂ ਨੇ ਬਾਣੀ 'ਚ ਕਿਹਾ ਸਿਮਰਨ ਕਰੋ, ਕੀਰਤਨ ਕਰੋ, ਬਾਣੀ ਪੜ੍ਹੋ। ਕੁਝ ਦਿਨ ਹੁੰਦੇ ਸਨ ਭੋਗ ਪਾਣ ਦੇ, ਹੁਣ ਤਾਂ ਆਪਾਂ ਇੱਥੋਂ ਤੱਕ ਚਲੇ ਗਏ। ਪੰਜਾਬ ਵਿੱਚ ਤਾਂ ਇਹ ਹੁਣ ਕਰਮ ਕਾਂਡ ਨਾ ਸਮਝਿਓ, ਅੱਜ ਪੂਰਾ ਹੁੰਦਾ, ਦੂਜੇ ਦਿਨ ਅੰਗੀਠਾ ਸਮੇਟ ਕੇ ਚੌਥੇ ਕੁ ਦਿਨ ਕਹਿੰਦੇ ਨੇ ਚਲੋ ਹੁਣ ਅੱਜ ਭੋਗ ਪਾ ਦਈਏ। ਪਿਆਰੇ, ਉਸ ਬੰਦੇ ਦਾ ਅਗਲਾ ਕੁਝ ਬੰਨਾ ਹੈ। ਠੀਕ ਹੈ, ਤੁਸੀਂ ਆਪਣੀਆਂ ਦੁਕਾਨਾਂ, ਅਸੀਂ ਲੋਕ ਆਪਣੇ ਕੰਮ ਕਾਰ ਦੀ ਖਾਤਰ ਕਹਿੰਦੇ ਆ ਖਹਿੜਾ ਛੁੱਟੇ, ਰੋਣ ਦਾ ਕੰਮ ਨਿਬੜੇ ਨਹੀਂ, ਉਹ ਵਿਚਾਰੇ ਦੇ ਲੇਖੇ ਹੋਣੇ ਨੇ। ਘੱਟੋ ਘੱਟ ਉਹਦੇ ਲਈ ਕੁਝ ਦਿਨ ਉਹਦੇ ਨਿਮਿਤ ਬੈਠ ਕੇ ਗੁਰੂ ਗੁਰੂ ਜਪਿਆ ਜਾਏ, ਇਹਦੇ ਨਾਲ ਉਹਦਾ ਭਲਾ ਹੈ। ਕਿਉਂ? ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਭੋਗ ਤੱਕ ਆਪ ਕਰ ਰਹੇ,
9-10 ਦਿਨ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਿਆ ਤੇ ਪਾਠ ਕਰਨ ਵਾਲੇ ਭਾਈ ਗੁਰਦਾਸ ਜੀ ਸਨ। ਜਦੋਂ ਪਾਠ ਬੰਦ ਹੋਣਾ ਤੇ ਕੀਰਤਨ ਹੋਣਾ, ਜਦੋਂ ਕੀਰਤਨ ਨਾ ਹੋਣਾ ਤੇ ਪਾਠ ਹੋਣਾ। ਕਿਉਂ? ਜੇ ਏਡੇ ਵੱਡੇ ਮਹਾਂਪੁਰਸ਼ ਦੇ ਜਾਣ ਤੋਂ ਬਾਅਦ ਇਹਨੇ ਜਪ ਤਪ ਦੀ ਲੋੜ ਹੈ, ਤੇ ਜਿਹੜਾ ਚੁੱਕ ਕੇ ਪਾਪਾਂ ਦੇ ਗੱਡੇ ਲੈ ਗਿਆ, ਪੰਡਾਂ ਲੈ ਗਿਆ, ਉਹਦਾ ਕੀ ਬਣੇਗਾ? ਉਹਦਾ ਭਲਾ ਹੋ ਸਕਦਾ ਹੈ? ਉਹਦੇ ਲਈ ਸਿਮਰਨ ਕੀਤਾ ਜਾਏ, ਉਹਦੀ ਸੁਰਤ ਨੂੰ ਦੁਨੀਆਂ ਵੱਲ ਨਾ ਖਿੱਚੀਏ, ਕਿਉਂਕਿ ਅਸੀਂ ਮੋਹ ਦੇ ਬੱਝੇ ਆ, ਖਿੱਚਣੇ ਆ। ਰਾਮਕਿਸ਼ਨ ਪਰਮਹੰਸ ਇੱਕ ਬਹੁਤ ਪਹੁੰਚੇ ਹੋਏ ਸੰਤ ਹੋਏ ਨੇ। ਥੋੜਾ ਜਿਹਾ ਸੰਕੀਰਨਤਾ ਤੋਂ ਉੱਪਰ ਉੱਠ ਕੇ ਮੇਰੀ ਬੇਨਤੀ ਸਮਝਿਓ, ਪਤਾ ਨਹੀਂ ਰੱਬ ਕਿਸ ਦੀ ਝੋਲੀ ਵਿੱਚ ਕਦੋਂ ਦਾਤ ਪਾ ਦਿੰਦਾ। ਮੰਦਿਰ ਦੇ ਪੁਜਾਰੀ ਸਨ, ਪਰਮਾਤਮਾ ਨੂੰ ਰੱਜ ਕੇ ਗਾਇਆ, ਪਰ ਇੱਕ ਕਰਦੇ ਸਨ ਬਹਿਣਾ ਉਹਨੇ ਮੰਜੀ ਤੇ ਉਹਨਾਂ ਨੇ, ਤੇ ਇਹਨਾਂ ਨੇ ਵਿਵੇਕਾਨੰਦ ਨੂੰ ਕਿਹਾ ਸੀ, ਇਹ ਵਿਵੇਕਾਨੰਦ ਸਵਾਮੀ, ਵਿਵੇਕਾਨੰਦ ਜੀ ਦਾ ਨਾਮ ਸੀ ਨਰਿੰਦਰ, ਸਾਇੰਸ ਦੇ ਬਹੁਤ ਪੜ੍ਹੇ ਲਿਖੇ ਸੱਜਣ ਸਨ। ਇਹਨੇ ਇੱਕ ਦਿਨ ਕਹਿ ਦਿੱਤਾ, ਧਰਮ ਤਾਂ ਅੰਧ ਵਿਸ਼ਵਾਸ ਹੈ, ਅੰਧ ਵਿਸ਼ਵਾਸ ਹੈ। ਉਹਨਾਂ ਨੇ ਇੱਕੋ ਗੱਲ ਕਹੀ ਸੀ, ਬੇਟਾ ਯਾਦ ਰੱਖੀ, ਧਰਮ ਹੁੰਦਾ ਹੀ ਅੰਧ ਵਿਸ਼ਵਾਸ ਹੈ, ਪਰ ਅੰਧੇ ਤੇ ਵਿਸ਼ਵਾਸ ਨਾ ਕਰ ਲਈ। ਹੁਣ ਅੱਜ ਵੀ ਅਸੀਂ ਕਹਿੰਦੇ ਹਾਂ ਅੰਧ ਵਿਸ਼ਵਾਸ, ਜੇ ਰੂਹਾਨੀਅਤ ਵੱਲ ਤੁਰਨਾ ਹੈ ਪਿਆਰਿਓ, ਸੱਚ ਜਾਣੋ, ਇੱਥੇ ਅੱਖਾਂ ਨਹੀਂ ਮੰਗੀਆਂ ਗਈਆਂ ਕਿ ਮੈਨੂੰ ਅੰਨੇ ਨੂੰ ਅੱਖਾਂ ਦੇ, ਇੱਥੇ ਇੱਕੋ ਗੱਲ ਕਹੀਏ, ਅੱਖਾਂ ਬੰਦ ਰਹਿਣ ਦੇ, ਸਜਾਖਿਆ ਆਪਣਾ ਪੱਲਾ ਪਕੜਾ, ਮੈਂ ਅੰਧ ਵਿਸ਼ਵਾਸ ਕਰਕੇ ਤੇਰੇ ਪਿੱਛੇ ਤੁਰਾਂਗਾ। ਅਸੀਂ ਪੜ੍ਹਦੇ ਹਾਂ ਖੰਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲ ਰਹੇ ਗੁਰ ਚਾਲੀ, ਅੱਖਾਂ ਨਹੀਂ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਖਮ ਲਾਵੇ, ਆਪਣ ਪਾਲੀਏ। ਥੋੜਾ ਕਿਹਾ ਵੀ ਮੈਨੂੰ ਅੱਖਾਂ ਦੇ ਦਿਓ, ਕਹਿਣ ਲੱਗੇ ਨਹੀਂ, ਮੈਂ ਜੀਣੇ ਇਸ ਤਰ੍ਹਾਂ ਚਾਹੁੰਦਾ ਵਾ, ਤੇਰਾ ਹੀ ਸਹਾਰਾ ਮਿਲੇ, ਅੱਖਾਂ ਮਿਲ ਗਈਆਂ ਤੇ ਚਲਾਕੀ ਆ ਜਾਏਗੀ। ਨਹੀਂ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਮੈਨੂੰ ਆਪਣਾ ਪੱਲਾ ਪਕੜਾ, ਮੈਂ ਤੇਰੇ ਭਰੋਸੇ ਤੇ ਜੀਣਾ ਚਾਹੁੰਦਾ। ਉਹਨਾਂ ਦਾ ਸੁਭਾਅ ਸੀ, ਲੋਕਾਂ ਨੇ ਉਹਨਾਂ ਕੋਲ ਆਉਣਾ ਤੇ ਬੈਠਿਆਂ ਪਰਮਾਤਮਾ ਦੀ ਗੱਲ ਚੱਲਣੀ। ਉਹਦੇ ਕੋਲ ਛੇਤੀ ਕੋਈ ਰਾਮ ਸ਼ਬਦ ਨਹੀਂ ਸੀ ਕਹਿੰਦਾ, ਜੇ ਰਾਮ ਸ਼ਬਦ ਕਹਿੰਦੇ ਸਨ ਸੰਭਲੇ ਨਹੀਂ ਸਨ ਜਾਂਦੇ, ਕਿਉਂਕਿ ਰਾਮ ਸ਼ਬਦ ਕਹਿਣ ਦੀ ਦੇਰ ਸੀ, ਉਹਨਾਂ ਦੇ ਅੰਦਰੋਂ ਰੋਮ ਰੋਮ ਵਿੱਚੋਂ ਰਾਮ ਦੀ ਧੁਨੀ ਪੁਕਾਰਦੀ ਸੀ, ਕਿਉਂਕਿ ਉਹਨਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀ। ਕਰਦੇ ਕੀ ਸਨ? ਇੱਕ ਹੱਥ 'ਚ ਟਕਾ ਪਕੜਨਾ, ਦੂਜੇ ਹੱਥ 'ਚ ਮਿੱਟੀ ਦਾ ਗੋਲਾ ਬਣਾ ਕੇ ਵੱਟ ਲੈਣਾ, ਮੈਂ ਥੋੜਾ ਜਿਹਾ ਜੇ ਨਿਕਲਿਆ ਮੈਨੂੰ ਬਖਸ਼ਿਆ ਜੇ, ਇੱਕ ਪਾਸੇ ਹੋਇਆ। ਪਰ ਇੱਕ ਰੱਬ ਦੀ ਬੰਦਗੀ ਕਰਨ ਵਾਲਾ, ਚਾਹੇ ਉਹਨੇ ਰਾਮ ਸ਼ਬਦ ਹੀ ਕਿਹਾ, ਇੱਕ ਹੱਥ 'ਚ ਟਕਾ ਪਕੜਨਾ, ਦੂਜੇ ਹੱਥ 'ਚ ਮਿੱਟੀ, ਘੰਟਿਆਂ ਬੱਧੀ ਦੇਖ ਕੇ ਕਹਿਣਾ ਟੱਕ ਟਕਾ, ਫਿਰ ਕਹਿਣਾ ਮਾਟੀ, ਟਕਾ ਮਾਟੀ, ਟਕਾ ਮਾਟੀ, ਘੰਟਾ ਪਰ ਕਰਕੇ ਦੋਵਾਂ ਨੂੰ ਸੱਟ ਕੇ ਕਹਿਣਾ ਦੋਨੋਂ ਮਾਟੀ। ਕਿਸੇ ਪੁੱਛਿਆ ਕਿਉਂ? ਕਹਿਣ ਲੱਗੇ ਮੈਂ ਸੋਚਣਾ ਚਾਹੁੰਦਾ ਵਾ, ਆਪਣੇ ਖੱਤ ਦੀ ਤਲੀ ਤੇ ਰੱਖ ਕੇ ਜਦੋਂ ਟਕਾ ਰੱਖਾਂ ਤੇ ਮੇਰੇ ਫੁਰਨੇ ਕੀ ਨੇ, ਤੇ ਜਦੋਂ ਮਿੱਟੀ ਰੱਖਾਂ ਤੇ ਫੁਰਨੇ ਕੀ ਨੇ, ਕੀ ਮੇਰੇ ਅੰਦਰ ਵਾਲੀ ਬਿਰਤੀ ਟਕੇ ਤੇ ਮਿੱਟੀ ਨੂੰ ਇੱਕ ਬਰਾਬਰ ਬਣ ਗਈ? ਟਕਾ ਮਾਟੀ ਇੱਕ ਬਰਾਬਰ ਹੋ ਗਿਆ? ਉਹਨਾਂ ਜਦੋਂ ਪਰਮਾਤਮਾ ਦੀ ਗੱਲ ਕਰਦੇ ਹੋਣਾ, ਵਾਸ਼ਨਾ ਕੀ ਚੀਜ਼ ਹੈ, ਪ੍ਰਭੂ ਦੀ ਬਾਤ ਕਰਨਾ, ਤੇ ਇੱਕ ਉਹਨਾਂ ਦੀ ਇਹ ਘਾਟ, ਸਿਆਣੇ ਘਾਟ ਨਹੀਂ ਕਹਾਂਗੇ, ਲੋਕ ਜਿਹੜੇ ਅਗਿਆਨੀ ਸਨ ਉਹ ਕਹਿੰਦੇ ਸਨ
ਕਿ ਸ਼ਾਇਦ ਇਹ ਘਾਟ ਹੈ, ਗੱਲਾਂ ਰੱਬ ਦੀਆਂ ਕਰਨੀਆਂ, ਇੱਕੋ ਦਮ ਵਿੱਚੋਂ ਉੱਠ ਕੇ ਕਿਚਨ ਚ ਚਲੇ ਜਾਣਾ, ਸ਼ਾਰਦਾ ਅੱਜ ਕਿਆ ਪਕਾਇਆ ਹੈ, ਘਰ ਵਾਲੀ ਨੂੰ ਪੁੱਛਣਾ ਅੱਜ ਬਣਾਇਆ ਕੀ ਹੈ, ਚੇਲਿਆਂ ਨੇ ਕਹਿਣਾ ਇੰਨਾ ਪਹੁੰਚਿਆ ਤੇ ਰੋਟੀ ਤੇ ਆ ਕੇ ਪਤਾ ਨੀ ਕੀ ਹੁੰਦਾ, ਇੱਕੋ ਦਮ ਸਾਰਿਆਂ ਨੂੰ ਛੱਡ ਕੇ ਵਿੱਚੋਂ ਅੱਜ ਕੀ ਪਕਾਇਆ। ਚੇਲੇ ਪਰੇਸ਼ਾਨ ਸਨ ਕਿ ਲੋਕ ਸ਼ੱਕ ਕਰਦੇ ਨੇ ਇਹ ਜੀਵ ਦੇ ਰਸ ਤੋਂ ਮੁਕਤ ਨਹੀਂ ਹੋਇਆ। ਇੱਕ ਦਿਨ ਕਿਤੇ ਪੁੱਛ ਲਿਆ ਸ਼ਾਰਦਾ ਨੇ, ਕਹਿਣ ਲੱਗੀ ਸਵਾਮੀ ਮੈਂ ਸਿਰਫ ਕਹਿ ਸਕਦੀ ਹਾਂ ਤੇਰੇ ਵਿਦਿਆਰਥੀ ਤੇਰੇ ਸ਼ਿਸ਼ ਨਹੀਂ, ਤੁਸੀਂ ਇੱਥੇ ਬ੍ਰਹਮ ਗਿਆਨ ਦੀ ਬਾਤ ਕਰਦਿਆਂ ਪਰਮ ਪਦ ਦੀ ਗੱਲ ਕਰਦਿਆਂ ਕਰਦਿਆਂ ਇੱਕੋ ਦਮ ਕਿ ਕਿਆ ਪਕਾਇਆ ਹੈ ਰਸੋਈ ਵਿੱਚ ਆ ਜਾਂਦੇ ਹੋ, ਦੇਖਣ ਵਾਲੇ ਲੋਕ ਜਿਹੜੇ ਨੇ ਉਹ ਬੁਰਾ ਮਨਾਉਂਦੇ ਨੇ। ਕਹਿਣ ਲੱਗੇ ਸ਼ਾਰਦਾ ਸਿਰਫ ਇੱਕ ਅੰਨ ਦੀ ਵਾਸ਼ਨਾ ਜੀਭ ਤੇ ਰਹਿ ਗਈ, ਬਾਕੀ ਸਭ ਕੁਝ ਮੁੱਕ ਗਿਆ, ਪਰ ਮੈਂ ਗੱਲ ਤੈਨੂੰ ਦੱਸ ਦਿਆਂ ਆਪਣੀ ਮੌਤ ਤੋਂ 3 ਦਿਨ ਪਹਿਲਾਂ ਮੈਂ ਇਹ ਵੀ ਛੱਡ ਦਿਆਂਗਾ, ਸਿਰਫ ਜੀਣ ਵਾਸਤੇ ਰੱਖੀ ਬੈਠਾ ਵਾਂ ਮੈਂ, ਇਸ ਕਰਕੇ ਨੀ ਅੰਨ ਦੀ ਵਾਸ਼ਨਾ ਰੱਖੀ, ਮੈਂ ਰਸ ਭੋਗਣਾ, ਕਿਉਂਕਿ ਜੇ ਮੈਂ ਇਹ ਵਾਸ਼ਨਾ ਛੱਡ ਦਿੱਤੀ ਸੂਕਸ਼ਮ ਸਰੀਰ ਦੀ ਮੌਤ ਹੈ, ਸਭ ਕੁਝ ਖਤਮ ਹੋ ਜਾਏਗਾ, ਮੈਂ ਸਿਰਫ ਇੱਕ ਨਿੱਕੀ ਜੀ ਆਸ ਤੇ। ਉਹਨੂੰ ਸਮਝ ਪੈ ਗਈ, ਕਹਿਣ ਲੱਗੇ ਜਿਸ ਦਿਨ ਮੇਰੀ ਮੌਤ ਆਵੇਗੀ 3 ਦਿਨ ਤੈਨੂੰ ਪਹਿਲਾਂ ਪਤਾ ਲੱਗ ਜਾਏਗਾ ਮੇਰੀ ਮੌਤ ਆਉਣ ਵਾਲੀ ਹੈ। ਸੱਚਮੁੱਚ ਜਦੋਂ ਅੰਤਲਾ ਸਮਾਂ ਆਇਆ, ਘਰ ਵਾਲੀ ਰੋਟੀ ਲੈ ਕੇ ਗਈ, ਭੋਜਨ ਲੈ ਕੇ ਗਈ, ਰਾਮਕਿਸ਼ਨ ਪਰਮਹੰਸ ਨੇ ਦੇਖਿਆ, ਕਹਿਣ ਲੱਗੀ ਸਵਾਮੀ ਭੋਜਨ ਅੱਜ ਸੁਬਹਾ ਦੇ ਨਹੀਂ ਆਏ ਰਸੋਈ ਚ। ਕਹਿਣ ਲੱਗੇ ਕਿਸ ਭੋਜਨ ਦੀ ਬਾਤ ਕਰਨੀ, ਨਹੀਂ ਅੱਜ ਭੋਜਨ ਦੀ ਅੰਨ ਦੀ ਵਾਸ਼ਨਾ ਵੀ ਚਲੀ ਗਈ। ਠੀਕ 3ਰੇ ਦਿਨ ਉਹਨਾਂ ਆਪਣੇ ਪ੍ਰਾਣ ਤਿਆਗ ਦਿੱਤੇ। ਗੁਰਮੁਖੋ ਅੰਦਰ ਤਾਂ ਹਨੇਰੀ ਆਈ ਪਈ ਹੈ, ਤਾਂ ਇੱਕ ਨਿੱਕੀ ਜੀ ਕਹਾਣੀ ਹੈ, ਜੇ ਅਸੀਂ ਆਪਣੇ ਵੱਲ ਝਾਤੀ ਮਾਰਨੇ ਆ, ਸੋਚੀਦਾ ਕਿ ਕਿਸੇ ਸਾਧੂ ਨੇ ਕੋਈ ਇੱਕ ਅੱਧੀ ਵਾਸ਼ਨਾ ਥੋੜੀ ਬਹੁਤ ਟਿਕਾਈ, ਉਹ ਵੀ ਖਤਮ ਕਰ ਗਿਆ ਜਾਣ ਤੋਂ ਪਹਿਲਾਂ ਇਸ ਸਰੀਰ ਦਾ ਕੀ ਬਣੇਗਾ ਜਿਹੜਾ ਮਰਦਿਆਂ ਹੋਇਆਂ ਵੀ ਪੁੱਤਰ ਪੋਤਰਿਆਂ ਨੂੰ ਆਵਾਜ਼ਾਂ ਮਾਰੀ ਜਾਂਦਾ ਹੈ, ਵਾਸ਼ਨਾ ਹੈ। ਭਾਈ ਸਾਹਿਬ ਨੇ ਕਿਹਾ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਸਵਾਰਥ ਸ਼ਬਦ ਬੜਾ ਕਮਾਲ ਦਾ, ਹਿੰਦੀ ਵਿੱਚ ਵਰਤਿਆ ਜਾਂਦਾ, ਇੱਕ ਸਵਾਰਥ ਤੇ ਇੱਕ ਸਵਸਥ। ਬੰਦਾ ਸਵਾਰਥੀ ਬਣਿਆ ਹੀ ਨਹੀਂ, ਜਿੱਦਣ ਸਵਾਰਥੀ ਬਣ ਜਾਏ ਸਵਾਰਥੀ ਦਰ ਤੇ ਸਵੈਮ ਅਰਥ ਆਪਣੇ ਲਈ, ਧਨ ਪੁੱਤਰਾਂ ਲਈ ਕਮਾ ਲੈਣਾ ਸਵਾਰਥ ਨਹੀਂ, ਸਵਾਰਥ ਤਾਂ ਉਦਣ ਬਣੇਗਾ ਜਿੱਦਣ ਆਪਣੀ ਆਤਮਾ ਲਈ ਕੁਝ ਕਮਾ ਕੇ ਚੱਲੇਗਾ, ਤੇਰੇ ਆਪਣੇ ਲਈ ਤਾਂ ਕੁਛ ਨਹੀਂ, ਸਵਾਰਥੀ ਨਹੀਂ ਤੂੰ। ਅਸੀਂ ਬੰਦੇ ਨੂੰ ਕਹਿੰਦੇ ਹਾਂ ਸਵਸਥ ਹੈ, ਸਵਸਥ ਦਾ ਅਰਥ ਅਰੋਗ ਨਹੀਂ, ਸਵਸਥ ਦਰ ਤੇ ਥਿਰ ਕਰ, ਸਵਸਥ ਸਵੈਮ ਸਥਿਤ ਨਹੀਂ, ਇਹ ਸਰੀਰਕ ਤੌਰ ਤੇ ਸਵਸਥ ਜ਼ਰੂਰ ਹੈ ਪਰ ਮਾਨਸਿਕ ਤੌਰ ਤੇ ਖਿਲ ਰਿਹਾ ਪਿਆ। ਸਵਸਥ ਬਣੇਗਾ ਉਦਣ ਜਿੱਦਣ ਇਹ ਸਵੈਮ ਵਿੱਚ ਸਥਿਤ ਹੋ ਜਾਏਗਾ, ਥਿਰ ਕਰ ਬੈਸੋ, ਜਿੱਦਣ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਉਦਣ ਸਵਸਥ ਸਵੈਮ ਸਥਿਤ ਹੋ ਜਾ, ਆਪਣੇ ਆਪੇ ਚ ਟਿਕ ਜਾ। ਮੇਰੇ ਸਤਿਗੁਰੂ ਦੇ ਸ਼ਬਦ ਵੱਲ ਆਵਾਂ, ਕਹਿਣ ਲੱਗੇ ਅੰਤ ਕਾਲ ਜੋ ਇਸਤਰੀ ਸਿਮਰ ਹੈ, ਇੱਥੇ ਕੱਲੇ ਮਰਦ ਲਈ ਨਹੀਂ, ਹਰ ਉਹ ਪ੍ਰਾਣੀ ਚਾਹੇ ਮੇਲ ਚਾਹੇ ਫੀਮੇਲ ਚਾਹੇ ਬੱਚਾ ਕੁਛ ਵੀ ਹੈ, ਜਿਹਦੇ ਮਰਨ ਲੱਗਿਆ ਕਿਤੇ ਇੰਦਰੀਆਂ ਦੀ ਵਾਸ਼ਨਾ ਜਾਗ ਪਈ, ਉਹ ਅਗਾਂਹ ਕੀ ਕਰੇਗੀ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਇਸੇ ਵਾਸ਼ਨਾ ਚ ਸਵਾਸ ਨਿਕਲ ਗਏ, ਬੇਸ਼ਵਾ ਜੋਨ ਵੱਲ ਵੱਲ ਉਤਰ ਹੈ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ,
ਸੂਕਰ ਜੋਨ ਵੱਲ ਵੱਲ ਉਹ ਤਰੇ। ਜੇ ਵਾਸ਼ਨਾ ਪੁੱਤਰ ਧੀਆਂ ਚ ਚਲੀ ਗਈ ਤੇ ਯਾਦ ਰੱਖੀ, ਸੂਕਰ ਦਾ ਅਰਥ ਆਪ ਸਮਝਦੇ ਹੋ ਸੂਰ ਦੀ ਜੂਨ, ਪਤਾ ਨੀ ਕਿੰਨੇ ਕੁ ਬੱਚੇ ਤੈਨੂੰ ਆਪਣੀ ਜ਼ਿੰਦਗੀ ਚ ਮਿਲ ਗਏ, ਮਹਿਸੂਸ ਨਾ ਕਰਿਓ। ਇਹ ਮੇਰੇ ਲਈ ਵੀ, ਆਪ ਜੀ ਲਈ ਵੀ, ਜਿੰਨੇ ਵੀ ਸੁਣਨੇ ਆ, ਇਹ ਸਭ ਨਾਲ ਵਾਪਰਨਾ ਹੈ। ਅੰਤਕਾਲ ਜੋ ਮੰਦਰ ਸਿਮਰੈ, ਅੰਤਲੇ ਸਮੇਂ ਮੰਦਰ ਦਾ ਅਰਥ ਧਰਮ ਸਥਾਨ ਨਹੀਂ, ਘਰ ਬੜਾ ਵੱਡਾ ਬਣਾਇਆ ਸੀ, ਰਹਿਣਾ ਨਸੀਬ ਨਹੀਂ ਹੋਇਆ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਬਾਬਾ ਜੀ ਨੇ ਕਿਹਾ ਪ੍ਰੇਤ ਜੋਨ ਵੱਲ ਵੱਲ ਉਤਰੈ। ਹੇ ਸੱਚੇ ਪਾਤਸ਼ਾਹ, ਇਹ ਤੁਸੀਂ ਦੱਸ ਦਿੱਤਾ ਜੇ ਲਕਸ਼ਮੀ ਹੈ ਤੇ ਸਰਪ ਹੈ, ਜੇ ਇਸਤਰੀ ਹੈ ਤੇ ਵੇਸ਼ਵਾ ਹੈ, ਜੇ ਪੁੱਤਰ ਨੇ ਤੇ ਸੂਕਰ ਹੈ, ਜੇ ਘਰ ਨੇ ਤੇ ਪ੍ਰੇਤ ਹੈ ਤੇ ਮੁਕਤ ਕਿਵੇਂ? ਕਹਿਣ ਲੱਗੇ ਅੰਤਕਾਲ ਜੋ ਨਾਰਾਇਣ ਸਿਮਰੈ, ਜਿਹਨੂੰ ਅੰਤਲੇ ਸਮੇਂ ਕਿਤੇ ਵਾਹਿਗੁਰੂ ਚੇਤੇ ਆ ਜਾਏ, ਰਾਮ ਚੇਤੇ ਆ ਜਾਏ, ਪ੍ਰਭੂ ਚੇਤੇ ਆ ਜਾਏ। ਤੇ ਵੇਖੋ ਸਤਿਗੁਰੂ ਨਾ, ਆਹ ਜਿਹੜੀ ਕੱਲ ਪ੍ਰਮਾਣ ਪਰਸੋਂ ਦਿੱਤਾ ਸੀ ਨਾ, ਦਿਓ ਸੱਜਣ ਅਸੀਸੜੀਆਂ, ਇਹਦਾ ਮਤਲਬ ਹੀ ਇਹ ਸੀ ਕਿ ਜੇ ਕੋਈ ਤੁਰਨ ਲੱਗਿਆ ਡੋਲੀ ਉੱਠਦਿਆਂ ਤੇ ਸਹੇਲੀਆਂ ਗੀਤ ਗਾ ਕੇ ਕਹਿੰਦੀਆਂ ਨੇ ਅੱਗੇ ਸੁਖੀ ਵਸੇ। ਤੇ ਗੁਰਮੁਖੋ, ਖੂਨ ਦੇ ਰਿਸ਼ਤੇ ਤੋਂ ਵੱਡਾ ਰਿਸ਼ਤਾ ਗੁਰੂ ਕੀ ਸੰਗਤ ਦਾ, ਗੁਰ ਭਾਈਆਂ ਦਾ। ਜੇ ਭਾਈ ਗੁਰਦਾਸ ਜੀ ਨੇ ਕਿਹਾ, ਕਹਿਣ ਲੱਗੇ ਗੁਰਮਤ ਦਾ ਰਿਸ਼ਤਾ ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਇੱਠਾ। ਪੁੱਤਰ ਨਾਲੋਂ ਮਿੱਤਰ ਨਾਲੋਂ ਖੂਨ ਦੇ ਰਿਸ਼ਤੇ ਤੋਂ ਵੱਧ ਉਹਨੂੰ ਪਿਆਰ ਕਰੇ ਜਿਹੜਾ ਗੁਰ ਭਾਈ ਹੈ, ਸਿਮਰਨ ਕਰਨ ਵਾਲਾ ਨਾਲ ਹੈ। ਇੱਕ ਬੱਚੀ ਨੂੰ ਤੋਰਦਿਆਂ ਅਸੀਸਾਂ ਦਿੰਦੇ ਹਨ ਸਾਰੇ, ਪਰ ਕਿਸੇ ਦੀ ਅਰਥੀ ਉੱਠਣ ਤੋਂ ਪਹਿਲਾਂ ਕਦੀ ਬਾਣੀ ਦੀਆਂ ਅਸੀਸਾਂ ਦਿਓ ਪਿਆਰਿਓ। ਕਿਸੇ ਨੂੰ ਅਸੀਸ ਦਿੰਦੇ ਪਏ ਅੰਤਲੇ ਸਮੇਂ, ਜੇ ਬੁਰੇ ਕਰਮ ਦਾ ਫਲ ਬੁਰਾ ਮਿਲਦਾ, ਕਿਸੇ ਨੂੰ ਤੁਰਦਿਆਂ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਨਾ ਪਿਆ, ਕਿਸੇ ਦਾ ਭਲਾ ਲੋਚਣਾ, ਤੇ ਯਾਦ ਰੱਖੀ ਅੰਤਲੇ ਸਮੇਂ ਤੁਰਦਿਆਂ ਕੋਈ ਤੇਰਾ ਭਲਾ ਲੋਚਣ ਵਾਲਾ ਆ ਜਾਏਗਾ। ਕਰਮ ਹੈ ਨਾ, ਜਿਹੋ ਜਿਹਾ ਕਰਾਂਗੇ ਉਹ ਫਲ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਅੰਤਕਾਲ ਜੋ ਨਾਰਾਇਣ ਸਿਮਰੈ। ਬਾਬੇ ਅਮਰਦਾਸ ਨੇ ਸਿਮਰਿਆ, ਕਹਿਣ ਲੱਗੇ ਆਇਆ ਹਕਾਰਾ, ਹਕਾਰਾ ਦਰ ਤੇ ਸੱਦਾ ਆ ਗਿਆ। ਹੁਣ ਸਮਰੱਥ ਗੁਰੂ ਨੇ ਪਿਆਰਿਓ, ਜੇ ਸਤਿਗੁਰੂ ਇੰਨੀਆਂ ਅਰਦਾਸਾਂ ਕਰਦੇ ਨੇ, ਆਪਣੇ ਲਈ ਅਰਦਾਸ ਕਰੀਏ, ਆਪਣਾ ਭਲਾ ਮੰਗੀਏ। ਆਇਆ ਹਕਾਰਾ ਚੱਲਣ ਵਾਰਾ, ਜਦੋਂ ਸਮਾਂ ਆਇਆ ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ, ਗੁਰ ਜਾਵੈ ਸਤਿਗੁਰ ਪਾ ਜੀਓ। ਅਗਲੀ ਤੁਕ ਹੈ, ਅੰਤਲੇ ਸਮੇਂ ਕੀ ਕਰੀਏ? ਹਰ ਭਾਣਾ ਸਤਿਗੁਰ ਪਾਇਆ, ਗੁਰ ਜਾਵੈ ਹਰ ਪ੍ਰਭ ਪਾ ਜੀਓ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਅਰ ਜਨੈ ਕੇਰੀ ਹਰ ਦੇਹੋ ਨਾਮ ਨਿਰੰਜਨੋ। ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ। ਆ ਜੇ ਅੰਤਲੇ ਸਮੇਂ ਨੂੰ ਸਾਂਭਣਾ, ਤਾਂ ਹੀ ਬਾਪੂ ਗੁਰੂ ਅਮਰਦਾਸ ਜੀ ਦਾ ਸ਼ਲੋਕ ਆਉਂਦਾ, ਕਿਆ ਜਾਣਾ। ਇਹ ਕਹਿਣ ਮਾਤਰ ਨਹੀਂ, ਇਹ ਵਾਸ਼ਨਾਵਾਂ ਮੁਕਤ ਕਰਨ ਵਾਲੇ ਸ਼ਬਦ ਨੇ। ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸੂਖਮ ਸਰੀਰ ਤੇ ਕੋਈ ਅਸਰ ਨਹੀਂ ਪਏਗਾ। ਸਤਿਗੁਰੂ ਕੀ ਬੇਨਤੀ ਪਾਈ, ਗੁਰੂ ਅਮਰਦਾਸ ਜੀ ਨੇ ਕਿਹਾ ਵਾਹਿਗੁਰੂ ਜੀ ਨਾਮ ਦਿਓ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧਨ ਧਨ ਕਹੇ ਸ਼ਾਬਾਸ਼ ਜੀ। ਉਹ ਪਰਮਾਤਮਾ ਨੇ ਨਾਮ ਦੀਆਂ ਦਾਤਾਂ ਦਿੱਤੀਆਂ। ਅੰਤਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਤੇ ਸਤਿਗੁਰੂ ਅਗਲਾ ਜਨਮ ਹੈ,
ਕਹਿਣ ਲੱਗੇ ਬਦ ਤਰਲੋਚਨ ਤੇ ਨਰ ਮੁਕਤਾ, ਉਹ ਬੰਦੇ ਦਾ ਸੂਖਸ਼ਮ ਸਰੀਰ ਵੀ ਮੁਕਤ ਹੋ ਗਿਆ। ਅਗਲਾ ਤਾਂ ਤਾਣਾ ਜੇ ਵਾਸ਼ਨਾ ਸੀ, ਵਾਸ਼ਨਾ ਨੂੰ ਭੋਗਣ ਵਾਸਤੇ ਸਰੀਰ ਹੈ, ਵਾਸ਼ਨਾ ਸਰੀਰ ਤੋਂ ਬਿਨਾਂ ਨਹੀਂ ਭੋਗੀ ਜਾਂਦੀ, ਇਹਨੂੰ ਕਰਮ ਕਾਂਡ ਨਾ ਸਮਝਿਓ। ਕੀ ਕਾਰਨ? ਕਈ ਵਾਰੀ ਵੱਧ ਰੂਹਾਂ, ਹੁਣ ਅਸੀਂ ਇਹ ਵੀ ਨਹੀਂ ਮੰਨਦੇ ਭੂਤ ਪ੍ਰੇਤ ਕਹਿੰਦੇ ਆ, ਐਵੇਂ ਭਰਮ ਹੈ, ਗੁਰੂ ਜੀ ਨੇ ਕਿਹਾ ਜੂਨ ਹੈ, ਬੰਦੇ ਨੂੰ ਦਿਨ ਕੱਟਣੇ ਪੈਂਦੇ ਨੇ, ਕੌਣ ਬਣਦਾ ਭੂਤ, ਕੌਣ ਬਣਦਾ ਪ੍ਰੇਤ? ਜਿਸ ਬੰਦੇ ਦੇ ਸੂਖਸ਼ਮ ਸਰੀਰ ਨੂੰ ਸਥੂਲ ਨਾ ਮਿਲੇ, ਯਾਦ ਰੱਖੋ ਭਟਕਦਾ ਹੈ, ਫਿਰ ਉਹ ਸਰੀਰ ਲੱਭਦਾ। ਕਈ ਵਾਰੀ ਤੁਸੀਂ ਦੇਖੇ ਹੋਣੇ ਨੇ ਕਈ ਬੰਦੇ ਉਹ ਕੀ ਕਰਦੇ ਨੇ, ਚੰਗੇ ਭਲੇ ਨੇ, ਉਂਝ ਕਦੀ ਕਿਸੇ ਨਸ਼ੇ ਨੂੰ ਹੱਥ ਨਾ ਲਾਇਆ ਹੋਵੇ, ਸ਼ਾਇਦ ਪਤਾ ਨਹੀਂ ਕਿਤਨੇ ਭਾਗ ਮਾੜੇ ਹੁੰਦੇ ਨੇ, ਜਦੋਂ ਕੋਈ ਉਹਦੇ ਵਿੱਚ ਰੂਹ ਪ੍ਰਵੇਸ਼ ਕਰਦੀ ਹੈ ਤੇ ਇੱਕੋ ਦਮ ਉਹ ਕਿੰਨਾ ਕਿੰਨਾ ਨਸ਼ਾ ਪਈ ਜਾਂਦੇ ਨੇ, ਕਿੰਨੀਆਂ ਕਿੰਨੀਆਂ ਰੋਟੀਆਂ ਖਾਈ ਜਾਂਦੇ ਨੇ। ਕਿਉਂ? ਕਿਉਂਕਿ ਉਹ ਭਟਕਦੀ ਹੋਈ ਵਾਸ਼ਨਾ ਪੂਰੀ ਕਰਨ ਵਾਸਤੇ ਰੂਹ ਨੂੰ ਕੋਈ ਸਰੀਰ ਚਾਹੀਦਾ ਹੈ, ਆਪਣਾ ਨਾ ਮਿਲੇ ਤੇ ਕਿਤੇ ਵੱਧ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਆ ਗੁਰਮੁਖ ਪਿਆਰੇ ਜਦੋਂ ਨਾਮ ਜਪਦੇ ਨੇ, ਕਮਾਈ ਵਾਲਿਆਂ ਦੀਆਂ ਸਵੱਛ ਰੂਹਾਂ ਸਾਥ ਦਿੰਦੀਆਂ ਨੇ, ਭਜਨ ਬੰਦਗੀ ਰੂਹ ਕਿਵੇਂ ਸਾਥ ਦਿੰਦੀ ਹੈ। ਕਈ ਵਾਰੀ ਆਪ ਜੀ ਨੇ ਦੇਖਿਆ ਦੇਵ ਰੂਹਾਂ ਬੇਅੰਤ ਥਾਵਾਂ ਤੇ ਮਿਲ ਗਈਆਂ, ਜਿੱਥੇ ਭਜਨ ਬੰਦਗੀ ਸਿਮਰਨ ਹੈ ਉੱਥੇ ਨੇ, ਪਰ ਉਹ ਦੇਵ ਰੂਹਾਂ ਭਟਕਦੀਆਂ ਨਹੀਂ, ਉਹਨਾਂ ਦੇ ਵਾਸੇ ਨੇ ਕਰਮ ਖੰਡ ਕੀ ਬਾਣੀ ਜ਼ੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ, ਜੋਧ ਮਾਂ ਬਲਸੂਰ ਤਿੰਨ ਮੈਂ ਰਾਮ ਰਿਹਾ ਪਰ ਪੂਰਵ। ਇੱਥੇ ਮੈਂ ਦੋ ਤਿੰਨ ਉਦਾਹਰਨਾਂ ਸਿਰਫ ਦੇਣੀਆਂ ਚਾਹੁੰਦਾ, ਪਿਛਲੇ ਸਮੇਂ ਬਹੁਤ ਕੁਝ ਵਾਪਰਿਆ। ਉਹ ਲੋਕ ਜਿਨ੍ਹਾਂ ਦਾ ਕਦੀ ਵੀ ਵਾਹ ਵਾਸਤਾ ਵੀ ਨਹੀਂ ਹੋਣਾ ਕਿਸੇ ਜਥੇਬੰਦੀ ਨਾਲ, ਕਦੀ ਨਾਂ ਵੀ ਨਾ ਸੁਣਿਆ ਪਹਿਲਾਂ, ਅਚਨਚੇਤ ਬੇਅੰਤ ਨੇ ਕਿਸੇ ਬੇਅੰਤ ਨੂੰ ਪ੍ਰੇਰਿਆ ਤੇ ਇੱਕੋ ਦਮ ਉਹ ਕੁਛ ਕਰ ਗਿਆ ਜੋ ਕਿ ਲੋਕ ਸੋਚ ਨਹੀਂ ਸਨ ਸਕਦੇ। ਉਹ ਕਿਹੜਾ ਸੀ ਜਿਹੜਾ ਪ੍ਰੇਰ ਕੇ ਉਹਨੂੰ ਉੱਥੋਂ ਤੱਕ ਲੈ ਗਿਆ? ਗੁਰਮੁਖੋ, ਅਸਲ ਵਿੱਚ ਇਹ ਉਹ ਪਵਿੱਤਰ ਰੂਹਾਂ ਨੇ ਜਿਹੜੀਆਂ ਸਿੱਖੀ ਦਾ ਥੰਮ ਨੇ, ਭਾਵੇਂ ਅਸੀਂ ਨਿਰਾਸ਼ ਹੁੰਦੇ ਹਾਂ ਪਰ ਉਹ ਡਿੱਗਣ ਨਹੀਂ ਦਿੰਦੀਆਂ, ਜਿਨ੍ਹਾਂ ਨੂੰ ਸ਼ਹੀਦੀ ਬੇੜੇ ਵੀ ਕਿਹਾ ਜਾਂਦਾ ਹੈ, ਅਕਾਲੀ ਪਹਿਰੇ ਵੀ ਕਿਹਾ ਜਾਂਦਾ ਹੈ। ਮੈਂ ਤਾਂ ਅੱਜ ਭਾਵੇਂ ਮੇਰਾ ਦਿਲ ਨਹੀਂ ਸੀ ਕਰਦਾ ਇਸ ਸਬਜੈਕਟ ਨੂੰ, ਕਿਉਂਕਿ ਹਰ ਬੰਦਾ ਇਹਦੇ ਨਾਲ ਸਹਿਮਤ ਹੋਣ ਨੂੰ ਤਿਆਰ ਨਹੀਂ ਹੁੰਦਾ, ਪਰ ਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਕਿਰਪਾਲਤਾ ਕੀਤੀ ਹੈ। ਕਹਿਣ ਲੱਗੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ, ਆਤਮਾ ਵਾਸ਼ਨਾ ਦਾ ਵੱਧਾ ਤੁਰਿਆ ਰਹਿੰਦਾ, ਫਿਰ ਵਟਾਈ ਹੈ, ਪਰਤ ਪਰਤ ਕੇ ਜਿਸਮ ਬਦਲੈ, ਗਿਆਨੀ ਹੋਏ ਮਰਮ ਕੋ ਪਾਵੇ, ਜਿਹੜੇ ਗਿਆਨਵਾਨ ਨੇ ਉਹ ਸਿਮਰਨ ਵਿੱਚ ਜੁੜ ਜਾਂਦੇ ਨੇ। ਹੁਣ ਜਦੋਂ ਕਿਸੇ ਦਾ ਆ ਸਥੂਲ ਸਰੀਰ ਹੈ, ਇਹਦੇ ਨਾਲ ਚੰਗੇ ਕਰਮ ਕਰੇ, ਬਾਣੀ ਪੜ੍ਹੇ, ਸਿਮਰਨ ਕਰੇ, ਸਥੂਲ ਸਰੀਰ ਤੋਂ ਬਾਅਦ ਸੂਖਸ਼ਮ ਨੂੰ ਬਹੁਤ ਰਾਹਤ ਮਿਲਦੀ ਹੈ। ਹੁਣ ਜਦੋਂ ਕੋਈ ਕਮਾਈ ਵਾਲਾ ਜਾਂਦਾ ਹੈ, ਕੀ ਉਹਦੇ ਅੰਦਰ ਨੂੰ ਦੁੱਖ ਹੁੰਦਾ ਹੈ? ਕੀ ਉਹਦੇ ਅੰਦਰ ਨੂੰ ਕੋਈ ਪੀੜਾ ਹੁੰਦੀ ਹੈ? ਨਹੀਂ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਿਉਂਕਿ ਉਹ ਗੁਰਸਿੱਖੀ ਨੂੰ ਕਮਾਉਣ ਵਾਲੇ ਨੇ, ਉਹ ਕਹਿੰਦੇ ਨੇ ਕਾਗਜ਼ ਕੋਰਾ, ਇਹਨੂੰ ਕੋਈ ਪਕੜ ਕੇ ਬਾਹਰ ਮੀਂਹ ਪੈਂਦਾ ਹੋਵੇ, ਪਾਣੀ ਦੀਆਂ ਬੂੰਦਾਂ ਥੱਲੇ ਰੱਖ ਦੇ ਤੇ ਕੋਰਾ ਕਾਗਜ਼ ਪਾਣੀ ਵਿੱਚ ਸੱਟੋ, ਜਾਂ ਉਹਦੇ ਉੱਪਰ ਪਾਣੀ ਦੀਆਂ ਬੂੰਦਾਂ ਆਪ ਸੱਟੀਏ ਤੇ ਕੋਰਾ ਕਾਗਜ਼ ਗਲ ਜਾਏਗਾ, ਜਿੱਥੇ ਬੂੰਦ ਪਈ ਕਾਗਜ਼ ਗਲ ਗਿਆ। ਪਰ ਜੇਕਰ ਉਸੇ ਕਾਗਜ਼ ਨੂੰ ਕੋਈ ਘਿਓ ਦੇ ਥਿੰਦੇ ਵਿੱਚ ਭੇਜ ਦੇ, ਉਸੇ ਕਾਗਜ਼ ਨੂੰ ਕੋਈ ਤੇਲ ਦੇ ਥਿੰਦੇ ਵਿੱਚ ਚੰਗੀ ਤਰ੍ਹਾਂ ਚੋਪੜ ਦੇਵੇ,
ਪਰਤ ਕੇ ਉਹਨੂੰ ਪਾਣੀ ਸੱਟ ਕੇ ਦੇਖਿਓ, ਪਾਣੀ ਛੇਤੀ ਕਿਤੇ ਉਸ ਕਾਗਜ਼ ਨੂੰ ਗਾਲ ਨਹੀਂ ਸਕਦਾ। ਆ ਕੀਰਤਨ ਜਿਹੜਾ ਆਪਾਂ ਸੁਣਦੇ ਹਾਂ ਨਾ, ਸਿਮਰਨ ਕੀਰਤਨ ਕਥਾ ਬਾਣੀ ਸੇਵਾ, ਇਹਨੂੰ ਗੁਰਮੁਖੋ ਇਹ ਨਾ ਸਮਝੀਏ ਕਿ ਸ਼ਾਇਦ ਆਪਾਂ ਵਧਿਆ ਚੱਟੀ ਨਹੀਂ, ਜੋ ਕੁਝ ਅਸੀਂ ਕਰ ਰਹੇ ਪਏ ਸਾਡੇ ਸੂਕਸ਼ਮ ਸਰੀਰ ਉੱਪਰ ਅਸਰ ਹੋ ਰਿਹਾ ਹੈ, ਹੁੰਦਾ ਪਿਆ, ਹੁਣ ਵੀ ਹੋ ਰਿਹਾ। ਇਕੱਲਾ ਕੋਰਾ ਕਾਗਜ਼ ਪਾਣੀ ਗਾਲ ਦਏਗਾ, ਪਰ ਜਿਸ ਕਾਗਜ਼ ਨੂੰ ਉੱਥੇ ਅੰਧਿਆਈ ਲੱਗ ਜਾਏ ਉਹਨੂੰ ਪਾਣੀ ਨਹੀਂ ਛੇਤੀ ਗਾਲ ਸਕਦਾ। ਤੂੰ ਕੱਲਾ ਖੌਮੇ ਦੀ ਆਕੜ ਲੈ ਕੇ ਤੁਰਿਓ ਤੇ ਮੌਤ ਤੈਨੂੰ ਜਮਦੂਤ ਗਾਲੇਗਾ। ਜੇ ਤੇਰੇ ਅੰਦਰ ਸੂਕਸ਼ਮ ਸਰੀਰ ਤੇ ਨਾਮ ਦੀ ਥੰਧਿਆਈ ਆ ਗਈ ਤੇ ਉਹਨੇ ਵੀ ਤੈਨੂੰ ਗਾਲ ਨਹੀਂ ਸਕਣਾ, ਉਹਦੀ ਪੇਸ਼ ਨਹੀਂ ਜਾਏਗੀ। ਦੂਸਰਾ ਬਚਨ ਭਾਈ ਗੁਰਦਾਸ ਜੀ ਨੇ ਕੀਤਾ, ਕਹਿਣ ਲੱਗੇ ਕਰੋੜਾਂ ਰੂੰ ਦੀਆਂ ਪੰਡਾਂ ਲੈ ਲਓ, ਗੱਠਾਂ ਲੈ ਲਓ, ਇੱਕ ਨਿੱਕੀ ਜੀ ਚੰਗਿਆਰੀ ਰੱਖਣ ਦੀ ਦੇਰ ਏ, ਇੱਕ ਚਿਣਗ ਕਰੋੜਾਂ ਗੱਠਾਂ ਰੂੰ ਦੀਆਂ ਸਾੜ ਕੇ ਇੱਕ ਖਿੰਨ ਵਿੱਚ ਰਾਹ ਕਰ ਦੇਗੀ। ਪਰ ਕਹਿੰਦੇ ਨੇ ਉਸੇ ਰੂੰ ਦੀ ਗੱਠ ਵਿੱਚੋਂ ਥੋੜਾ ਜਿਹਾ ਰੂੰ ਲੈ ਕੇ ਬੱਤੀ ਵੱਟ ਕੇ ਤੇਲ ਚ ਪਾ ਦਿਓ, ਭੇਂ ਦਿਓ, ਤੇ ਕਈ ਕਈ ਮਹੀਨੇ ਉਹ ਨਿੱਕੀ ਜੀ ਬੱਤੀ ਕੱਢ ਜਾਂਦੀ। ਉਹ ਕਿਉਂ ਨਾ ਛੇਤੀ ਸੜ ਗਈ, ਉਹ ਜਲਦੀ ਕਿਉਂ ਨਾ ਸੜੀ, ਗੱਠਾਂ ਸੜ ਗਈਆਂ, ਨਿੱਕੀ ਜੀ ਬੱਤੀ ਨੂੰ ਅੱਗ ਕਿਉਂ ਨਾ ਸੜ ਗਈ, ਸਾਰੀ ਸਾਰੀ ਰਾਤ ਜਗਿਆ ਦੀਵਾ ਨਹੀਂ, ਜਿਹੜੀ ਤੇਲ ਚ ਭਿੱਜ ਜਾਏ ਉਹਦੇ ਉੱਤੇ ਅੱਗ ਦੀ ਵੀ ਕੋਈ ਪੇਸ਼ ਨਹੀਂ ਜਾਂਦੀ, ਚਾਨਣ ਬਣ ਜਾਂਦੀ ਹੈ ਸਾੜ ਦੀ ਨਿਖੀ। ਤੀਸਰਾ ਬਚਨ ਭਾਈ ਸਾਹਿਬ ਨੇ ਕੀਤਾ, ਕੀ ਹੈ ਸੂਕਸ਼ਮ ਸਰੀਰ ਉੱਤੇ ਸ਼ਬਦ ਦਾ ਅਸਰ। ਕਹਿੰਦੇ ਨੇ ਲੋਹੇ ਇਕੱਲੇ ਨੂੰ ਇੱਕ ਕਿੱਲ ਲੈ ਲਈਏ, ਮੇਖ ਲੈ ਲਈਏ, ਉਹਨੂੰ ਪਾਣੀ ਚ ਸੱਟੋ, ਸੱਟਦਿਆਂ ਸਾਰ ਡੁੱਬ ਗਈ। ਪਰ ਜੇ ਨਿੱਕੇ ਜੇ ਲੱਕੜ ਦਾ ਟੁਕੜਾ ਲੈ ਕੇ ਕੁਝ ਮੇਖਾਂ ਉਸ ਲੱਕੜ ਚ ਗੱਡ ਦਿਓ, ਪਰਤ ਕੇ ਪਾਣੀ ਸੱਟੋ, ਲੱਕੜ ਤਰੇਗੀ ਤੇ ਨਾਲ ਮੇਖਾਂ ਵੀ ਤਰ ਜਾਣਗੀਆਂ ਜਿਹੜੀਆਂ ਗੱਡੀਆਂ ਨੇ। ਬਸ ਆ ਜੇ ਗੁਰੂ ਦੀ ਸੰਗਤ ਦਾ ਸੂਕਸ਼ਮ ਸਰੀਰ ਤੇ ਅਸਰ। ਇਕੱਲਾ ਚੱਲੇਗਾ ਕੋਰਾ ਕਾਗਜ਼ ਬਣੇਗਾ, ਜੇ ਸ਼ਬਦ ਦੀ ਕਮਾਈ ਕਰੇਗਾ ਥੰਧਿਆਈ ਹੋਵੇਗੀ, ਸੂਕਸ਼ਮ ਸਰੀਰ ਨੂੰ ਕਾਲ ਵੀ ਨਹੀਂ ਖਾਏਗਾ, ਗਾਲੇਗਾ ਨਹੀਂ, ਦੁੱਖ ਨਹੀਂ ਦਏਗਾ ਕਹਿਣ ਤੋਂ ਮੁਰਾਦ। ਇਕੱਲਾ ਤੁਰੇਗਾ, ਬੜਾ ਕੁਝ ਇਕੱਠਾ ਕਰੇਗਾ, ਫੁਰਨਿਆਂ ਦੀਆਂ ਪੰਡਾਂ ਹੋਣਗੀਆਂ, ਪਰ ਜੇ ਕਿਤੇ ਬੱਤੀ ਦੀ ਤਰ੍ਹਾਂ ਜ਼ਿੰਦਗੀ ਨੂੰ ਮਰਿਆਦਾ ਵਿੱਚ ਵੱਟ ਚਾੜ ਦਿੱਤਾ ਨਾ, ਮਰਿਆਦਾ ਵਿੱਚ ਰਹਿ ਗਿਓ। ਜਿਹੜੇ ਕਹਿੰਦੇ ਨੇ ਮਰਿਆਦਾ ਦੀ ਲੋੜ ਨਹੀਂ ਕਿਉਂਕਿ ਖੁੱਲੇ ਡੁੱਲੇ ਰਹਿਣਾ ਚਾਹੀਦਾ, ਨਹੀਂ ਪਿਆਰਿਓ, ਜਿਸ ਦਿਨ ਪਰਮਾਤਮਾ ਨੇ ਆਪਣੀ ਮਰਿਆਦਾ ਥੋੜੀ ਜਿਹੀ ਹਿਲਾਉਂਦਾ ਨਾ, ਅੱਧਾ ਕੁ ਸਕਿੰਟ, ਲੱਖਾਂ ਇੱਕੋ ਵੇਲੀ ਤੁਰ ਪੈਂਦੇ ਨੇ। ਪਰ ਅਸੀਂ ਕਹਿੰਦੇ ਹਾਂ ਵੀ ਰੱਬ ਨੇ ਬੜਾ, ਸਾਡੇ ਲੋਕ ਇੱਕ ਸ਼ਬਦ ਵਰਤਦੇ ਨੇ ਉੱਥੇ ਕਰੋਪੀ, ਰੱਬ ਦੀ ਕਰੋਪੀ, ਕੀ ਹੈ ਸੁਨਾਮੀ। ਤੁਸੀਂ ਪਿਛਲੇ ਸਾਲਾਂ ਚ ਦੇਖਦੇ ਹੋ, ਸਮੁੰਦਰ ਚ ਥੋੜੀ ਜੇ ਝਟਕਾ ਦਿੱਤਾ ਉਹਨੇ ਜ਼ਮੀਨ ਨੂੰ, ਇੱਕ ਪਲੇਟ ਹਲਾਈ, ਇੱਕ ਪਲੇਟ ਨੇ ਲੱਖਾਂ ਬੰਦੇ ਸਵਾ ਦਿੱਤੇ, ਪਤਾ ਹੀ ਨਹੀਂ ਲੱਗਾ। ਤੇ ਜੇ ਆਪਾਂ ਸਾਰੇ ਕਹਾਂਗੇ ਬੜਾ ਮਾੜਾ, ਜੇ ਸਮੁੰਦਰ ਬੇਮਰਿਆਦਾ ਹੋ ਜਾਏ ਤੇ ਲੱਖਾਂ ਲੋਕ ਮਰ ਜਾਂਦੇ ਨੇ, ਤੇ ਜਿਸ ਸਰੀਰ ਨੇ ਰੱਬ ਦਾ ਰੂਪ ਬਣਨਾ ਸੀ, ਸੱਚ ਜਾਣੋ ਜੇ ਇਹ ਬੇਮਰਿਆਦਾ ਹੋ ਜਾਏ ਤੇ ਇਹਦੀਆਂ ਤਬਾਹੀਆਂ ਹੋ ਜਾਂਦੀਆਂ ਨੇ। ਬੇਮਰਿਆਦਾ ਨਾ ਹੋਵੇ, ਆ ਸਾਡਾ ਸੁਭਾਅ ਕਿਉਂ ਚੇਂਜ ਹੁੰਦਾ ਹੈ। ਅੱਜ ਪ੍ਰਕਰਨ ਇਹੋ ਜਿਹਾ ਚੱਲ ਪਿਆ, ਪੰਜ ਤੱਤਾਂ ਦੀ ਦੇਹੀ ਏ, ਜਿਹੜਾ ਤੱਤ ਜ਼ਿਆਦਾਤਰ ਪ੍ਰਭਾਵ ਪਾ ਜਾਂਦਾ ਹੈ ਉਹੀ ਸੁਭਾਅ ਉੱਧਰ ਚੱਲ ਪੈਂਦਾ ਹੈ। ਮਿੱਟੀ ਆਪਣਾ ਸੁਭਾਅ ਪਾ ਜਾਏ, ਕਿਤੇ ਅੱਗ ਪਾ ਜਾਏ, ਜੇ ਸਰੀਰ ਬੇਮਰਿਆਦਾ ਹੋ ਗਿਆ ਤੇ ਇਹਦੀ ਮੌਤ ਹੈ। ਕਿਸੇ ਨੇ ਇਹ ਸ਼ਬਦ ਲਿਖੇ ਨੇ, ਕਹਿੰਦਾ ਜ਼ਿੰਦਗੀ ਕਿਆ ਹੈ, ਜ਼ਿੰਦਗੀ ਕਿਆ ਹੈ, ਅਨਾਸਰ ਮੇ ਜ਼ਹੂਰੇ ਤਰਤੀਬ, ਕੀ ਹੈ ਜ਼ਿੰਦਗੀ,
ਕਹਿੰਦਾ ਅਨਾਸਰ ਮੇ ਜ਼ਹੂਰੇ ਤਰਤੀਬ, ਇਹਦਾ ਅਰਥ ਤੱਤਾਂ ਦੀ ਜੜ ਤੇ ਤੱਤਾਂ ਦੀ ਤਰਤੀਬ ਦਾ ਨਾਮ ਹੀ ਜੀਵਨ ਹੈ। ਮੌਤ ਕਿਆ ਹੈ? ਇਨ ਹੀ ਆਜ਼ਾਂ ਕਾ ਪਰੇਸ਼ਾਨ ਹੋਣਾ। ਕਹਿਣ ਲੱਗੇ ਜਦੋਂ ਤੱਤ ਬੇਮਰਿਆਦੇ ਹੋ ਜਾਣ ਤੇ ਉਹਨੂੰ ਮੌਤ ਕਹਿੰਦੇ ਨੇ, ਜਦੋਂ ਮਰਿਆਦਾ ਪੰਧ ਤੱਤ ਰਹਿਣ ਤੇ ਉਹਨੂੰ ਜ਼ਿੰਦਗੀ ਕਹਿੰਦੇ। ਫਿਰ ਬੇਨਤੀ ਸਮਝਿਓ, ਪਾਣੀ ਮੈਲਾ, ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਜੋਰੀ ਮਰਿਆਦਾ, ਪਾਣੀ ਮੈਲਾ, ਪਿਤਾ ਕਾ ਬਿੰਦ, ਮਾਟੀ ਗੋਰੀ, ਮਾਂ ਦਾ ਖੂਨ, ਇਸ ਮਾਟੀ ਕੀ ਪੁੱਤਰੀ ਜੋਰੀ, ਇਸ ਮਿੱਟੀ ਦਾ ਪੰਜ ਤੱਤਾਂ ਦਾ ਸਰੀਰ ਬਣ ਗਿਆ। ਪਰ ਜਿੱਦਣ ਮੌਤ ਹੁੰਦੀ ਏ, ਉਦਣ ਕਹਿੰਦੇ ਨੇ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਤੱਤਾਂ ਦਾ ਮਰਿਆਦਾ ਚ ਰਹਿਣਾ ਹੀ ਜ਼ਿੰਦਗੀ ਹੈ, ਬੇਮਰਿਆਦਾ ਹੋ ਜਾਣਾ ਮੌਤ ਏ। ਤੇ ਪਿਆਰਿਓ, ਸਿੱਖ ਦਾ ਜੀਵਨ ਵੀ ਤਾਂ ਏ ਜੇ ਮਰਿਆਦਾ ਚ ਹੈ, ਬੇਮਰਿਆਦੇ ਜੀਵਨ ਤਾਂ ਕੇਵਲ ਮੌਤ ਨੇ, ਉਹਦੇ ਚ ਰਸ ਨਹੀਂ। ਫਿਰ ਅਸੀਂ ਕਹਿੰਦੇ ਹਾਂ, ਕੁਝ ਕਹਿੰਦੇ ਆ ਮਰਿਆਦਾ ਤੇ ਪਿੰਜਰਾ ਹੈ ਜੀ। ਇੱਕ ਸੱਜਣ ਨੇ ਕਿਹਾ ਵੀ ਪਿੰਜਰੇ ਚ, ਤੇ ਇੱਕ ਦਿਨ ਬਾਬਾ ਜੀ ਦਾ ਬਚਨ ਪੜ੍ਹ ਰਿਹਾ ਸਾਂ, ਕਬੀਰ ਸਾਹਿਬ ਕਹਿੰਦੇ ਨੇ, ਤੋਤੇ ਨੇ ਕਿਹਾ ਉਹ ਮਾਲਕਾ ਤੇਰਾ ਕੋਟਾਨ ਕੋਟ ਸ਼ੁਕਰ ਕਿਉਂ? ਕਹਿਣ ਲੱਗੇ ਮੈਂ ਪਿੰਜਰੇ ਚ ਡੱਕਿਆ ਸਾਂ ਤੇ ਬਿੱਲਾ ਨਹੀਂ ਖਾ ਸਕਿਆ, ਜਿਹੜੇ ਪਿੰਜਰੇ ਤੋਂ ਬਾਹਰ ਸਨ ਉਹ ਸਾਰਿਆਂ ਨੂੰ ਬਿੱਲਾ ਮਰੋੜ ਕੇ ਲੈ ਗਿਆ। ਮਰਿਆਦਾ ਹੈ, ਤੂੰ ਪਿੰਜਰ ਹਉ ਸੌਟਾ ਤੋਰ, ਤੂੰ ਪਿੰਜਰਾ ਹੈ, ਤੇਰੀ ਮਰਿਆਦਾ ਪਿੰਜਰਾ ਹੈ, ਮੈਂ ਤੋਤਾ ਵਾਂ, ਤੂੰ ਪਿੰਜਰ ਹੋ ਛੋਟਾ ਤੋਰ, ਜਮ ਮਝਾਰ ਕਾਂ ਕਰੋ ਮੋਰ, ਕਾਂ ਕਰੇ ਮੋਰ, ਮੈਨੂੰ ਕੀ ਕਹੇਗਾ ਜਮਦੂਤ ਬਿੱਲਾ, ਜਦੋਂ ਤੇਰੇ ਗੁਰਮਤ ਦੇ ਪਿੰਜਰੇ ਚ ਮੈਂ ਡੱਕਿਆ ਹੋਵਾਂ। ਤਾਂ ਦੇਖੋ, ਕੋਈ ਐਵੇਂ ਮਰਿਆਦਾ ਨਹੀਂ ਦਿੱਤੀ ਗੁਰੂ ਜੀ ਨੇ, ਇਹ ਰੂਪ ਵੀ ਨਹੀਂ। ਫਿਰ ਬੇਨਤੀ ਸਮਝੋ, ਕੱਲ ਵੈਸੇ ਬਚਨ ਆਉਣਾ ਕੰਨ ਮੁਸੱਲਾ, ਇਹ ਧਰਮ ਦੀ ਜਿਹੜੀ ਦਾਤ ਇਹਨੇ ਦਿੱਤੀ ਹੈ ਨਾ, ਦਾਤ ਜੇ ਅੰਦਰ ਸਿਮਰਨ ਨਹੀਂ ਤੇ ਬਾਹਰੋਂ ਲਿਸ਼ਕ ਪੁਸ਼ਕ ਕੇ ਏਡੀ ਵੱਡੀ ਕਿਰਪਾਨ ਪਾਲੀ, ਉੱਤੇ ਪੰਜ ਛੇ ਚੱਕਰ ਲਾ ਲੈ, ਪੰਜ ਸੱਤ ਮਾਲਾ ਗਲ ਚ ਪਾ ਲਈਆਂ, ਮੈਨੂੰ ਬਖਸ਼ਿਆ ਜੇ, ਫੈਸ਼ਨ ਪ੍ਰਸਤੀ ਨਾ ਬਣ ਕੇ ਰਹਿ ਜੇ, ਜੇ ਅੰਦਰ ਗੁਰੂ ਨਾਨਕ ਨਹੀਂ ਵਸਿਆ। ਤੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਪਿਆਰਿਓ ਕਿ ਦੇਖੋ ਸ਼ਬਦ ਸੀ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੈ, ਕਿਰਤਾਸ ਕਾਗਜ਼ ਸੜ ਜਾਂਦਾ ਪਾਣੀ ਦੀਆਂ ਬੂੰਦਾਂ ਪੈਣ, ਕਿਰਤ ਸੰਬੰਧ ਜਲ ਮੱਧੇ ਸਾਵਧਾਨ ਹੈ, ਜੈਸੇ ਕੋਟ ਭਾਰ ਤੂਲ ਤਨਕ ਚਿਨਗ ਪਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ, ਜੈਸੇ ਲੋੜ ਬੂਡ ਜਾਤ ਸਲਲ ਮੈਂ ਡਾਰਤ ਹੀ, ਕਾਸ਼ਤ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਾਸੈ, ਸਤਿਗੁਰ ਭੇਟਤ ਹੀ ਦਸਮ ਦਸਾਨ ਹੈ। ਜਿਹੜੀ ਮੌਤ ਸੂਖਸ਼ਮ ਸਰੀਰ ਨੂੰ ਦੁੱਖ ਦਿੰਦੀ ਏ, ਜਦੋਂ ਕੋਈ ਗੁਰੂ ਦੇ ਸ਼ਬਦ ਦਾ ਨਾਮ ਦਾ ਪੱਲਾ ਲੈਂਦਾ ਹੈ, ਸੱਚ ਜਾਣੋ ਮੌਤ ਵੀ ਉਹਦੀ ਦਾਸ ਬਣ ਜਾਂਦੀ ਹੈ। ਸਤਿਗੁਰੂ ਜੀ ਦੇ ਅੱਜ ਇਸ ਅੰਮ੍ਰਿਤ ਬਚਨ ਵੱਲ ਜ਼ਰੂਰ ਜਾਇਓ, ਇਹ ਬਹੁਤ ਲੋੜ ਹੈ, ਇੱਥੇ ਵੀ ਮੈਨੂੰ ਵੀ ਆਪ ਜੀ ਨੂੰ ਵੀ ਹਰ ਸਿੱਖ ਨੂੰ ਨਹੀਂ ਕੇਵਲ ਹਰ ਮਨੁੱਖ ਨੂੰ। ਬਾਬਾ ਫਰੀਦ ਸਾਹਿਬ ਅੱਜ ਉੱਚੀ ਸਾਰੀ ਹੋਕਾ ਦੇ ਕੇ, ਉੱਚੀ ਸਾਰੀ ਕੂਕ ਕੇ ਕਹਿ ਰਹੇ ਨੇ, ਤੇ ਪੰਜਾਬ ਦੀਆਂ ਉਦਾਹਰਨਾਂ ਇਸ ਮਹਾਂਪੁਰਸ਼ ਤੋਂ ਕੁਰਬਾਨ ਜਾਈਏ। ਜਿਹੜੀ ਸਾਡੀ ਮਾਤਰੀ ਬੋਲੀ ਹੈ ਨਾ, ਪਹਿਲਾਂ ਗੋਰਖਨਾਥ ਨੇ ਗੱਲ ਕੀਤੀ ਪੰਜਾਬੀ ਦੀ, ਪਰਤ ਕੇ ਬਾਬੇ ਫਰੀਦ ਨਾਲ ਸੰਬੰਧਿਤ ਹੈ। ਹਾਲਾਂਕਿ ਬਾਬਾ ਜੀ ਦੇ ਕਈ ਬਚਨ ਵਿਦਵਾਨਾਂ ਦੀ ਰਾਏ ਹੈ ਕਿ ਫਾਰਸੀ ਵਿੱਚ ਵੀ ਨੇ, ਪਰ ਜਦੋਂ ਸ਼ੱਕਰ ਵਰਗੀ ਮਿੱਠੀ ਜ਼ਬਾਨ ਵਾਲੇ ਸੰਤ ਨੇ ਰੱਬ ਦੇ ਗੀਤ ਗਾਏ ਤੇ ਉਹਨੇ
ਆਪਣੀ ਮਾਤਰੀ ਬੋਲੀ ਚ ਗਾਏ। ਉਸ ਮਹਾਂਪੁਰਸ਼ ਦੇ ਸਾਹਮਣੇ ਜਿਹੜੀਆਂ ਉਦਾਹਰਨਾਂ ਨੇ ਉਹ ਪੰਜਾਬ ਦੀਆਂ ਨੇ। ਉਹ ਕੀ ਉਦਾਹਰਨਾਂ ਨੇ? ਕਹਿਣ ਲੱਗੇ ਫਰੀਦਾ ਵੇਖ ਕਪਾਹ ਹੈ, ਪਤਾ ਨਹੀਂ ਉਹਨਾਂ ਨੂੰ ਤਾਂ ਬਾਹਰ ਦੀ ਨਿੱਕੀ ਨਿੱਕੀ ਘਟਨਾ ਵਿੱਚੋਂ ਵੀ ਰੱਬ ਚੇਤੇ ਆਈ ਜਾਂਦਾ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਢਿਲਾਂ ਕਾ ਮਾਦ ਅਰ ਕਾਗ ਦੇ ਕੁੰਨੇ ਕੋਇਲਿਆਂ। ਵੇਖ ਕਪਾਹ ਹੈ ਜੇ ਥੀਆ, ਤੇ ਆਪਾਂ ਸਾਰਿਆਂ ਨੂੰ ਪਤਾ ਕਪਾਹ ਨਾਲ ਕੀ ਥੀਆ ਕੀ ਬਣਿਆ। ਜਿਸ ਦਿਨ ਕਪਾਹ ਬੀਜੀ ਨਾ, ਪਹਿਲਾਂ ਵੜੇਵਿਆਂ ਨੂੰ ਮਲਿਆ ਸੀ। ਸਿਰ ਮੈਂ ਇਹਦੇ ਸੰਖੇਪ ਜੇ ਅਰਥ ਕਰਾਂ, ਵੜੇਵੇਂ ਪਹਿਲਾਂ ਕਪਾਹ ਦੇ ਬੀਜ ਨੂੰ ਸਵਾਹ ਚ ਮਲਣਾ ਜਾਂ ਮਿੱਟੀ ਚ ਮਲਣਾ, ਨਿਖੜ ਜਾਣ, ਪਾ ਦਿੱਤਾ ਵੜੇਵਾਂ ਜ਼ਮੀਨ ਦੇ ਵਿੱਚ, ਦੱਬ ਦਿੱਤਾ ਬੀਜ ਪਾ ਦਿੱਤਾ, ਕਪਾਹ ਦਾ ਬੂਟਾ ਨਿਕਲਿਆ। ਬੀਜਿਆ ਜਾਂਦਾ ਸੀ ਚੇਤ ਚ ਮਾਰਚ ਦੇ ਨੇੜੇ, ਕਪਾਹ ਦਾ ਪੇਡਾ ਨਿਕਲਿਆ। ਇਹਨੇ ਬਹੁਤ ਗਰਮੀ ਜਰੀ ਜੇਠ ਦੀ, ਹਾਰ ਤੇ ਜੇਠ ਬਹੁਤ ਤਪਸ਼ ਜਰੀ, ਸਾਉਣ ਭਾਦੋ ਚ ਖਿੜਨ ਲੱਗੀ ਕਪਾਹ। ਜਦੋਂ ਖੇੜਾ ਆਇਆ ਤੇ ਬੀਬੀਆਂ ਘਰੋਂ ਆਈਆਂ ਚੋਣੀਆਂ ਬਣ ਕੇ, ਉਹਨਾਂ ਨੇ ਸਾਰੀ ਖਿੜੀ ਹੋਈ ਕਪਾਹ ਚੁਣ ਕੇ ਆਪਣੀ ਝੋਲੀ ਚ ਪਾ ਲਈ। ਇੱਥੇ ਕਹਾਣੀ ਮੁੱਕੀ ਨਹੀਂ। ਕਹਿੰਦੇ ਫਰੀਦ ਕੀ ਬਣੇਗਾ, ਇਹਨਾਂ ਗਰੀਬਾਂ ਦਾ ਕੀ ਕਸੂਰ, ਕੋਈ ਦੋਸ਼ ਨਹੀਂ, ਇੰਨਾ ਦੁੱਖ ਪਾਉਂਦੇ ਪਏ ਨੇ, ਤੇਰੇ ਨਾਲ ਕੀ ਬਣੇਗਾ। ਤੇ ਸੱਚ ਜਦੋਂ ਆਤਮਕ ਜੀਵਨ ਵੱਲ ਕੋਈ ਤੁਰਦਾ ਹੈ ਨਾ ਪਿਆਰਿਓ, ਧਰਤੀ ਦੀ ਕੋਈ ਚੀਜ਼ ਐਸੀ ਨਹੀਂ ਜਿਹੜੀ ਸਾਨੂੰ ਪਰਮਾਰਥ ਨਾਲ ਨਹੀਂ ਜੋੜਦੀ। ਜਦੋਂ ਤੁਰੇ ਅੰਦਰੋਂ ਕੋਈ, ਤੇ ਜਦੋਂ ਬੰਦਾ ਅੰਦਰੋਂ ਵਿਸ਼ਈ ਹੋ ਜਾਏ, ਤੇ ਜੋ ਕੁਝ ਬਾਹਰੋਂ ਦੇਖੇਗਾ ਉਹਨੂੰ ਹਰ ਚੀਜ਼ ਵਿੱਚੋਂ ਵਾਸ਼ਨਾ ਦਿਸੇਗੀ। ਹਕੀਕਤ ਹੈ। ਮੈਂ ਕਈ ਵਾਰੀ ਬੇਨਤੀ ਕਰਨਾ, ਦੇਖੋ ਬਾਣੀ ਪੜ੍ਹਦੇ ਹਾਂ ਨਾ, ਕਈ ਸੱਜਣ ਬੈਠੇ ਮਿਲਦੇ, ਇਹਨੂੰ ਮਹਿਸੂਸ ਨਾ ਕਰੇ ਕੋਈ, ਉਹ ਬਾਣੀ ਦੀਆਂ ਤੁਕਾਂ ਦੇ ਅਰਥ ਖਿੱਚ ਕੇ ਵਾਸ਼ਨਾ ਵਾਲੇ ਪਾਸੇ ਲੈ ਜਾਂਦੇ ਨੇ। ਤੇ ਮੈਂ ਸੋਚਦਾ ਇਹਨਾਂ ਨੂੰ ਪਤਾ ਹੀ ਨਹੀਂ, ਉਹ ਮਹਾਂਪੁਰਸ਼ ਤਾਂ ਇੱਕ ਸਰੀਰ ਦੀ ਖੇਡ ਨੂੰ ਵੀ ਰੱਬ ਵਾਲੇ ਪਾਸੇ ਲੈ ਜਾਂਦਾ। ਫਰੀਦਾ ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਉਹਨਾਂ ਦਾ ਨਜ਼ਰੀਆ ਕੀ ਹੈ? ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਗੁਰਮੁਖੋ ਸਿਰਫ ਅੰਦਰ ਦਾ ਸ਼ੀਸ਼ਾ ਜਿਹੋ ਜਿਹਾ ਉਹੋ ਜਿਹਾ ਪ੍ਰਤੀਬਿੰਬ ਦਿਸਦੇ ਪਏ ਨੇ। ਬਾਬੇ ਫਰੀਦ ਨੇ ਮਹਾਲੁਕ ਦੇ ਸਾਹਮਣੇ ਉਲੰਘੇ ਨੇ, ਤੇ ਇੱਕੋ ਦਮ ਸੰਤਰੀ ਨੇ ਘੜਿਆਲ ਤੇ ਚੋਟ ਮਾਰੀ, ਤੇ ਉਸ ਮਹਾਂਪੁਰਸ਼ ਦਾ ਅੰਦਰ ਭਰ ਆਇਆ। ਕਹਿਣ ਲੱਗੇ ਇਸ ਘੜਿਆਲ ਨੇ ਤਾਂ ਕਿਸੇ ਦਾ ਪਰਾਇਆ ਰੂਪ ਵੀ ਨਹੀਂ ਸੀ ਦੇਖਿਆ। ਇਸ ਧਾਤ ਦੇ, ਇਸ ਪਿੱਤਲ ਦੇ ਬਣੇ ਘੜਿਆਲ ਨੇ, ਘੰਟੇ ਨੇ ਕਿਸੇ ਨੇ, ਘੜਿਆਲ ਨੇ ਕਿਸੇ ਦੀ ਨਿੰਦਿਆ ਨਹੀਂ ਕੀਤੀ, ਕਿਸੇ ਦਾ ਬੁਰਾ ਨਹੀਂ ਕੀਤਾ, ਕਿਸੇ ਦਾ ਹੱਕ ਨਹੀਂ ਖੋਇਆ। ਫਰੀਦ ਜੇ ਹਰ ਪੈਰ ਪਿੱਛੇ ਇਹਨੂੰ ਇੰਨੀਆਂ ਸੱਟਾਂ ਪੈਂਦੀਆਂ ਨੇ, ਤੇਰਾ ਕੀ ਬਣੇਗਾ, ਤੂੰ ਤਾਂ ਕੰਮ ਹੀ ਕੋਈ ਨਹੀਂ ਚੰਗਾ ਕੀਤਾ। ਰੋ ਪਏ ਉੱਥੇ, ਉਹਨੂੰ ਬਾਣੀ ਚ ਕਹਿ ਦਿੱਤਾ, ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਘੜਿਆਲ, ਕਦੀ ਦੇਖੀ ਘੜਿਆਲ ਨੂੰ? ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਘੜਿਆਲ, ਉਹ ਨੇ ਦੋਸ਼ਾਂ ਮਾਰੀਆਂ, ਵੇਖ ਕਪਾਹ ਹੈ ਜੇਥੀਆ, ਉਹ ਨੇ ਦੋਸ਼ਾਂ, ਇਹਨਾਂ ਦਾ ਕਿਸੇ ਦਾ ਕੋਈ ਦੋਸ਼ ਨਹੀਂ। ਵੇਖ ਕਪਾਹ ਹੈ ਜੇਥੀਆ, ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਘੜਿਆਲ, ਉਹ ਨੇ ਦੋਸ਼ਾਂ ਮਾਰੀਆਂ, ਹਮ ਦੋਸ਼ਾਂ ਦਾ ਕਿਆ ਹਾਲ, ਸਾਡਾ ਕੀ ਬਣੇਗਾ। ਗੁਰਮੁਖੋ ਇੱਥੇ ਅਰਦਾਸੀ ਕਰੀਏ, ਆ ਜਿਹੜੇ ਸ਼ਬਦ ਭਾਈ ਸਾਹਿਬ ਹੋਰੀ ਪੜ੍ਹਦੇ ਨਾ, ਬੜੇ ਤਰਜ ਨਾਲ ਅਸੀਂ ਸਾਰੇ ਪੜ੍ਹਦੇ ਹਾਂ, ਨਾਲ ਅੰਦਰੋਂ ਚੱਲੀਏ।
ਕਬੀਰ ਜੈਸਾ ਮਹਾਂਪੁਰਸ਼ ਕੋਈ ਹੋਵੇਗਾ ਜਿਹੜਾ ਕਹਿੰਦਾ ਅਬ ਤੋ ਜਾਇ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈਖ ਹੈ ਕੋ ਨਾ ਸਕੈ ਪਛਾਨੀ। ਉਹ ਕਹਿੰਦਾ ਜਿਸ ਰੱਬ ਨੂੰ ਤੁਸੀਂ ਮੰਦਰਾਂ ਚ ਲੱਭਦੇ ਹੋ ਮੇਰੇ ਰੱਬ ਮੇਰੇ ਪਿੱਛੇ ਤੁਰਿਆ ਫਿਰਦਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰਿਆ ਕਹਿਤ ਕਬੀਰ ਕਬੀਰ। ਪਰ ਜਿੱਦਣ ਜਾਣ ਦੀ ਗੱਲ ਆਈ ਕਹਿੰਦੇ ਨੇ ਵਾਹਿਗੁਰੂ ਜੀ ਦਾਵਾ ਕੋਈ ਨੀ, ਥਰ ਹਰ ਕੰਪੈ ਬਾਲਾ ਜੀਓ, ਮੇਰੀ ਬਾਲਕੀ ਦੀ ਜਿੰਦ ਕੰਬਦੀ ਪਈ ਏ, ਨਾ ਜਾਣੋ ਕਿਆ ਕਰ ਸੀ ਪੀਓ, ਪਤਾ ਨੀ ਸਾਈ ਨੇ ਕੀ ਬਣਾਉਣਾ ਮੇਰਾ, ਉਹਨੇ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਏ, ਘੜੀ ਪਿੱਛੋਂ ਨਿੱਕੀ ਕੜਿਆਲ ਛੋਟੀ ਆਵਾਜ਼ ਪੈਰ ਬਾਦ ਵੱਡੀ, ਕੜੀਏ ਕੜੀਏ ਮਾਰੀਏ ਪੈਰੀ ਲੈ ਸਜਾਏ ਸੋਹੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਖਾਏ। ਉਹਨਾਂ ਨੂੰ ਕੜਿਆਲ ਵਿੱਚੋਂ ਪਾਪ ਕੰਬਦੇ ਦਿਸੇ। ਮੇਰੇ ਗੁਰੂ ਅਰਜੁਨ ਦੇਵ ਦੇਖਿਆ ਸਵੇਰੇ ਮਧਾਣੀ ਪਈ ਘਰ, ਦੁੱਧ ਜੰਮਿਆ ਸੀ, ਮਧਾਣੀ ਦੇ ਫੁੱਲ ਨੇ ਉਸ ਦੁੱਧ ਜੰਮੇ ਹੋਏ ਦਹੀਂ ਨੂੰ ਰਗੜ ਦਿੱਤਾ, ਰਿੜਕ ਦਿੱਤਾ, ਮੱਖਣ ਨੂੰ ਐ ਚੰਗੀ ਤਰ੍ਹਾਂ ਪਿਘਲਾ ਦਿੱਤਾ। ਮੇਰੇ ਬਾਬਾ ਜੀ ਨੇ ਦੇਖ ਕੇ ਕਿਹਾ, ਕਹਿਣ ਲੱਗੇ ਕਿ ਪਾਪੀ ਪਰ ਕਰਮ ਕਮਾਮ ਦੇ, ਉਹਨਾਂ ਵਿੱਚੋਂ ਵੀ ਸਿੱਖਿਆ ਲਈ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮਥੈ ਧਰਮ ਰਾਏ। ਵੇਖ ਬਾਬਾ ਜੀ ਕਹਿ ਰਹੇ ਨੇ, ਵੇਖ ਕਪਾਹ ਹੈ ਜੇ ਥੀਆ, ਕਪਾਹ ਖਿੜੀ ਚੁਣ ਕੇ ਆਂਦੀ ਤੇ ਚੁਣ ਕੇ ਜਦੋਂ ਲਿਆਂਦੀ ਪਰਤ ਕੇ ਸੁੱਕਣੇ ਪਾਈ, ਕਈ ਦਿਨ ਸੁੱਕ ਗਈ ਨਾ ਚੰਗੀ ਤਰ੍ਹਾਂ। ਫਿਰ ਕਹਿੰਦੇ ਸਨ ਤੂਤ ਦੀ ਛਮਕ ਲੈ ਕੇ ਆਹੋ, ਤੂਤ ਦੀ ਸੋਟੀ ਲਿਆਉਣੀ, ਉਹਦਾ ਛਿਲਕਾ ਲਾ ਕੇ ਉਹਨੂੰ ਬੰਨ ਕੇ ਕਮਾਨ ਟਾਈਪ ਟੇਢਾ ਜਿਹਾ ਕਰ ਲੈਣਾ ਤੇ ਪਰਤ ਕੇ ਸਵਾਣੀਆਂ ਨੇ ਸੁੱਕੀ ਉਸ ਕਪਾਹ ਨੂੰ ਝੰਬੜੀ ਦੇ ਨਾਲ ਝੰਬਣਾ, ਪੱਤੇ ਵੱਖ ਹੋ ਜਾਣ, ਝੰਬਣਾ, ਝੰਬਣ ਤੋਂ ਬਾਅਦ ਫਿਰ ਉਹਨੂੰ ਵੇਲਣੇ ਵਿੱਚ ਪਾ ਕੇ ਵੇਲਣਾ, ਵੜੇਵੇਂ ਇੱਕ ਪਾਸੇ ਤੇ ਰੂਈ ਇੱਕ ਪਾਸੇ। ਇੱਥੇ ਕਹਾਣੀ ਨਾ ਮੁੱਕੀ, ਕਹਿਣ ਲੱਗੇ ਵੇਲ ਤਾਂ ਆਪਾਂ ਲਿਆ ਪਰ ਹੁਣ ਪਿੰਜੇ ਕੋਲ ਲੈ ਚੱਲੀਏ। ਉਹਨੇ ਮਸ਼ੀਨ ਚ ਰੱਖ ਕੇ ਰੂੰ ਪਿੰਜਣਾ, ਪਿੰਜਦਿਆਂ ਵੀ ਕਹਾਣੀ ਨਾ ਮੁੱਕੀ, ਪਰਤ ਕੇ ਪੂਣੀਆਂ ਬਣਾਈਆਂ, ਪੂਣੀਆਂ ਨੂੰ ਕੱਤਿਆ, ਕੱਤਣ ਤੋਂ ਬਾਅਦ ਸੂਤ ਨੂੰ ਫਿਰ ਪੂਣੀਆਂ ਦਾ ਸੂਤ, ਸੂਤ ਤੋਂ ਕੱਪੜਾ, ਕੱਪੜੇ ਨੂੰ ਲੈ ਗਿਆ ਫਿਰ ਧੋਬੀ ਕੋਲ, ਉਹਨੇ ਕੁੱਟ ਕੁੱਟ ਕੇ ਨਾਲੇ ਪਾਣੀ ਗਰਮ ਚ ਡੋਬ ਕੇ ਰੰਗ ਚਾੜਿਆ, ਕੈਂਚੀ ਨਾਲ ਕੱਟਿਆ। ਕਹਿਣ ਲੱਗੇ ਫਰੀਦ ਇਸ ਗਰੀਬਨੀ ਨੇ ਕੀ ਕਸੂਰ ਕੀਤਾ ਸੀ, ਇੰਨਾ ਦੁੱਖ ਚੰਬੀ ਗਈ, ਵੇਖ ਕਪਾਹ ਹੈ ਜੇਥੀਆ, ਕੀ ਕਸੂਰ ਸੀ, ਇੰਨਾ ਵੱਡਾ ਦੁੱਖ ਤੇ ਤਿਲਾਂ ਨਾਲ ਕੀ ਵਾਪਰਦੀ ਹੈ। ਮੋਹਲੀ ਚ ਕੁੱਟਦੇ ਸਨ ਜਾਂ ਕਹਾਣੀ ਬਣਾ ਕੇ ਤਿਲਾਂ ਨੂੰ ਕੋਲੂ ਚ ਪੀੜ ਨਾ ਪੀੜ ਕੇ ਤੇਲ ਕੱਢਣਾ। ਉਸ ਤੋਂ ਅਗਲਾ ਬਚਨ, ਵੇਖ ਕਪਾਹ ਹੈ ਜੇਥੀਆ, ਜੇ ਸਿਰ ਥੀਆ ਤਿਲਾਂ, ਕਾ ਮਾਦੈ, ਕਮਾਦ ਨਾਲ ਕੀ ਵਾਪਰੀ। ਕਮਾਦ ਨੂੰ ਤਾਂ ਆਪਾਂ ਬੀਜ ਨੇ ਵੀ ਪੋਰੀਆਂ ਕੱਟ ਗਏ ਹਾਂ, ਸਿੱਧਾ ਕਦੀ ਕਿਸੇ ਨੇ ਇੱਕੋ ਕਮਾਦ ਦਾ ਬੂਟਾ ਨਹੀਂ ਬੀਜਿਆ। ਉਸ ਕਮਾਦ ਦੀਆਂ ਪੋਰੀਆਂ ਉੱਥੋਂ ਬਣਾਉਂਦੇ ਆ ਜਿੱਥੋਂ ਦੀ ਗੱਠ, ਉਹਦੀ ਅੱਖ ਨਿਕਲਣੀ ਸੀ ਗੰਢ ਤੋਂ, ਪਹਿਲੇ ਵਿਚਾਰੇ ਜੰਮਦੇ ਨੂੰ ਕੱਟ ਦਿੱਤਾ। ਇਹ ਸਾਰੀ ਜ਼ਿੰਦਗੀ ਕਟਿੰਦਾ ਹੀ ਰਿਹਾ, ਬੀਜਣ ਲੱਗੇ ਕੱਟਿਆ, ਕੱਟਣ ਤੋਂ ਬਾਅਦ ਉਹਦਾ ਅੰਕੁਰ ਬਾਹਰ ਨਿਕਲਿਆ, ਕਮਾਦ ਨੂੰ ਬੰਨਿਆ। ਜਿੱਦਣ ਪੱਕ ਗਿਆ ਰਸ, ਕਮਾਦ ਮਾਣ ਕਰੀ ਬੈਠਾ ਗੰਨਾ, ਮੇਰੇ ਚ ਰਸ ਬੜਾ ਹੈ, ਬਾਣੀ ਚ ਵੀ ਬਚਨ ਆਇਆ ਗੁਰੂ ਨਾਨਕ ਸਾਹਿਬ ਦੀ ਚ, ਮੇਰੇ ਕੋਲ ਮਿੱਠਾ। ਉਹਨੇ ਕਾਨਿਆਂ ਦੀ ਪਰਵਾਹ ਨਾ ਕੀਤੀ, ਬਾਕੀਆਂ ਦੀ ਪਰਵਾਹ ਨਾ ਕੀਤੀ। ਜਿੱਦਣ ਪੱਕਿਆ, ਜ਼ਿਮੀਦਾਰ ਨੇ ਕਿਹਾ ਲਓ ਟੋਕਾ, ਇਹਨੂੰ ਪੈਰ ਤੋਂ ਵੱਢ ਲਓ, ਇਹਨੂੰ ਜੜ ਤੋਂ ਪੱਟਿਆ ਜੇ ਨਾ। ਕੱਟੇ ਹੀ ਬੀਜਿਆ,
ਜਿੱਦਣ ਪੱਕਿਆ ਉਦਣ ਫਿਰ ਪੈਰਾਂ ਤੋਂ ਕੱਟਿਆ, ਕੱਟਣ ਤੋਂ ਬਾਅਦ ਦਾਤੀ ਲੈ ਕੇ ਇਹਦੀ ਛੋਈ ਵੱਖਰੀ ਕੀਤੀ, ਆਗ ਇਹਦਾ ਵੱਖਰਾ ਕਰ ਦਿੱਤਾ। ਉੱਪਰ ਵਾਲਾ ਸ਼ੁਰਾ ਮੈਂ ਪੇਂਡੂ ਸ਼ਬਦ ਵਰਤ ਰਿਹਾ, ਆਗ ਅਸੀਂ ਕਹਿੰਦੇ ਹੁੰਦੇ ਸੀ, ਉਹ ਵੱਖਰਾ ਕਰ ਦਿੱਤਾ। ਆਗ ਡੰਗਰਾਂ ਨੂੰ ਸਿਆਲ ਚ ਪਾਵਾਂਗੇ, ਛੋਈ ਵੱਖ ਕਰ ਦਿਓ, ਕੱਲ ਨੂੰ ਚੁੰਬੇ ਚ ਫੂਕਾਂਗੇ, ਇਹਨੂੰ ਗੰਨੇ ਦਾ ਗੁੜ ਵੀ ਬਣਾਉਣਾ, ਪਰਤ ਕੇ ਇਹਨੂੰ ਕੱਟ ਕੇ ਇਹਦੀਆਂ ਬਣਾਈਆਂ ਗੱਠਾਂ। ਗੰਨੇ ਨੇ ਸੋਚਿਆ ਕਹਾਣੀ ਮੁੱਕ ਗਈ, ਨਹੀਂ, ਪਰਤ ਕੇ ਕੋਲੂ ਚ ਰੱਖ ਕੇ ਪੀੜਿਆ, ਰਸ ਵੱਖਰੀ ਹੋ ਗਈ ਤੇ ਪੱਛੀਆਂ ਛਿਲਕਾ ਵੱਖਰਾ ਹੋ ਗਿਆ। ਤੇ ਜ਼ਿਮੀਦਾਰ ਕਹਿੰਦਾ ਹੁੰਦਾ ਸੀ, ਜਾਂ ਵੇਲਣੇ ਵਾਲੇ ਕਹਿੰਦੇ ਸਨ, ਉਹ ਮੁੰਡਿਓ ਇਹਦੀਆਂ ਪੱਛੀਆਂ ਨੂੰ ਖਿਲਾਰ ਦਿਓ, ਕੱਲ ਨੂੰ ਫੂਕ ਕੇ ਇਹਨੂੰ ਅੱਗ ਬਾਲਾਂਗੇ। ਰਸ ਨੂੰ ਪਾਇਆ ਕੜਾਏ ਚ, ਥੱਲੇ ਪਾਈਆਂ ਉਹਦੇ ਛਿਲਕੇ ਦੀਆਂ, ਉਹਦੀਆਂ ਪੱਛੀਆਂ, ਉਹਦੀਆਂ ਛਿਲੜਾਂ, ਅੱਗ ਬਾਲੀ। ਤੇ ਬਾਬਾ ਜੀ ਕਹਿੰਦੇ ਨੇ, ਕਦੀ ਉਸ ਕੜਾਏ ਕੋਲੋਂ ਦੇਖਿਓ, ਨਿੱਕੇ ਨਿੱਕੇ ਬੁਲਬਲੇ ਨਿਕਲਦੇ ਸਨ ਬੁਦਬੁਦੇ। ਉਹ ਗੁੜ ਬਣਨ ਤੋਂ ਪਹਿਲਾਂ ਰਸ ਨੇ ਉਬਾਲੇ ਖਾਣੇ ਬੁਲਬਲੇ, ਤੇ ਉਹਦੇ ਵਿੱਚੋਂ ਆਵਾਜ਼ ਆਉਣੀ। ਮੇਰੇ ਬਾਬੇ ਨਾਨਕ ਨੇ ਕਿਹਾ, ਲੋ ਵੇਖ ਕੇ ਕਹਿੰਦੇ ਸਨ, ਧਾਰ ਬਣ ਲੱਗੀ, ਗੁੜ ਬਣ ਲੱਗਾ। ਕਹਿੰਦੇ ਨੇ, ਕਦੀ ਉਹਨੂੰ ਅੰਦਰੋਂ ਸੁਣ ਕੇ ਦੇਖੋ, ਉਹ ਇੱਕ ਇੱਕ ਅੱਖ ਕੱਢ ਕੇ ਕਹਿੰਦਾ ਸੀ, ਜ਼ਬਾਨ ਨਾਲ ਬੋਲ ਕੇ ਕਹਿੰਦਾ ਸੀ, ਲੋਕੋ ਮੈਂ ਮਿੱਠੇ ਦਾ 4 ਮਹੀਨੇ ਮਾਣ ਕੀਤਾ, ਮੇਰੇ ਨਾਲ ਇਹ ਕੁਝ ਹੋਇਆ, ਤੇ ਜਿਹੜਾ ਸਾਰੀ ਜ਼ਿੰਦਗੀ ਵਿਸ਼ੇ ਨੂੰ ਮਿੱਠਾ ਬਣਾ ਖਾਂਦਾ ਰਿਹਾ, ਉਹਦਾ ਕੀ ਬਣੇਗਾ, ਉਹਨੇ ਕਿਹੜੇ ਕੜਾਏ ਚ ਤਪਣਾ ਹੈ। ਬਾਬਾ ਜੀ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ, ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸ ਕਸ ਟੱਟਰ ਪਾਈਐ, ਤਪੈ ਤੈ ਵਿਲ ਲਾਏ, ਪੀ ਸੋ ਫੋਗ ਸੰਭਾਲੀਐ, ਦਿੱਚੈ ਅੱਗ ਜਲਾਏ, ਨਾਨਕ ਮਿੱਠੇ ਪੱਤਰੀਐ, ਵੇਖੋ ਲੋਕਾ ਆਏ, ਲੋਕੋ ਵੇਖੋ, ਵੇਖ ਪਾਹੈ ਜੇਥੀਆ, ਵੇਖੋ ਵੇਖ ਪਾਹੈ ਜੇਥੀਆ, ਜੇ ਸਿਰਥੀਆ ਤਿਲਾਂ ਕੰਮ ਆਦੈ ਅਰ ਕਾਗਦ ਹੈ, ਕਾਗਜ਼ ਸਣ ਨੂੰ ਕੁੱਟ ਕੁੱਟ ਕੇ ਗਾਲ ਗਾਲ ਕੇ ਬਣਾਉਣਾ, ਤਾੜੀ ਦੇ ਰੁੱਖ ਨੂੰ ਕੱਟ ਕੇ ਉਹਦਾ ਬੂਰਾ ਬਣਾ ਬਣਾ ਕੇ ਉਹਦਾ ਬਣਾਉਣਾ। ਕਹਿਣ ਲੱਗੇ, ਕਾਗਜ਼ ਵਿਚਾਰਾ ਗਲਦਾ ਹੈ, ਫਿਰ ਬਣਦਾ ਹੈ, ਫਿਰ ਗਲਦਾ ਹੈ, ਫਿਰ ਬਣਦਾ ਹੈ, ਕੰਮ ਆਦੈ ਅਰ ਕਾਗਦੇ ਕੁੰਨੇ, ਕੁੰਨਾ ਆਪ ਸਮਝਦੇ ਹੋ, ਹਾਂਡੀ ਸ਼ਬਦ ਵੀ ਵਰਤਦੇ ਨੇ, ਵਲਟੋਇਆ ਸ਼ਬਦ ਵੀ ਵਰਤਦੇ ਸਨ, ਤੌੜੀ ਸ਼ਬਦ ਵੀ ਵਰਤਦੇ ਸਨ। ਹੁਣ ਉਹਨਾਂ ਕੀ ਕੀਤਾ, ਮਿੱਟੀ ਲਿਆਂਦੀ, ਮਿੱਟੀ ਦਾ ਬਣਾਇਆ ਕੁੰਨਾ, ਪਹਿਲਾਂ ਮਿੱਟੀ ਚ ਪਾਣੀ ਪਾਇਆ, ਗੁੰਨਿਆ ਬਣਾ ਦਿੱਤਾ, ਜਦੋਂ ਬਣ ਗਿਆ ਪਰਤ ਕੇ ਅੱਗ ਦੇ ਆਵੇ ਚ ਰੱਖ ਕੇ ਤਪਾਇਆ, ਇਹੋ ਜਿਹਾ ਤਪਾ ਦਿੱਤਾ, ਪਰਤ ਕੇ ਜਿੰਨੀ ਦੇਰ ਤੱਕ ਟੁੱਟਿਆ ਨਹੀਂ, ਇਹ ਚੌਂਕੇ ਚ ਇਹਦੇ ਥੱਲੇ ਅੱਗ ਹੀ ਬਲਦੀ ਰਹੀ, ਤਪਦਾ ਹੀ ਰਿਹਾ। ਕਹਿੰਦੇ ਨੇ, ਇਹਨੇ ਕਿਹੜਾ ਪਾਪ ਕੀਤਾ ਸੀ, ਕੰਮ ਆਦੈ ਅਰ ਕਾਗਦੇ ਕੁੰਨੇ। ਅਗਲੀ ਤੋਕੇ, ਕੋਇਲਿਆਂ, ਕੋਲਿਆਂ ਦਾ ਕੀ ਕਸੂਰ ਸੀ, ਕੋਲਾ ਲੱਕੜ ਨੂੰ ਕੱਟ ਕੇ ਪਹਿਲਾਂ ਕੋਲਾ ਬਣਾਇਆ ਜਾਂਦਾ ਸੀ, ਤੇ ਜਦੋਂ ਕੋਲਾ ਬਣ ਜਾਂਦਾ ਸੀ, ਭੱਠੀ ਚ ਪਾ ਕੇ ਅੰਗੀਠੀ ਚ ਫੂਕਦੇ ਸਾਂ, ਫਿਰ ਕਹਿੰਦੇ ਸਨ, ਕੋਈ ਗੱਲ ਨੀ, ਜੇ ਅੱਜ ਬਾਲਿਆ ਤੈਨੂੰ ਰੱਖ ਦਿਓ, ਕੱਲ ਨੂੰ ਠੰਡੇ ਹੋਏ ਪਰਤ ਕੇ ਫਿਰ ਬਾਲਾਂਗੇ, ਵਾਰ ਵਾਰ ਬਲਿਆ। ਬਾਬਾ ਜੀ ਦੇ ਇਹ ਵੀ ਅਰਥ ਮਹਾਂਪੁਰਸ਼ਾਂ ਨੇ ਕੀਤੇ ਨੇ ਕਿ ਵਾਰ ਵਾਰ ਜਨਮ ਦੇ ਅਰਥ ਵੀ ਨੇ ਦੇ। ਵੇਖ ਕਪਾਹ ਹੈ ਜੇ ਥੀਆ ਜੇ ਸਿਰਥੀਆ ਤਿਲਾਂ ਕੰਮ ਆਦੈ ਅਰ ਕਾਗਦੇ ਕੁੰਨੇ ਕੋਇਲਿਆਂ। ਬਾਬਾ ਜੀ ਕਹਿਣ ਲੱਗੇ, ਇਹ ਕਿਹਨਾਂ ਲਈ, ਮੰਦੇ ਅਮਲ ਕਰਿੰਦੇ ਆ, ਜਿਹੜੇ ਮੰਦੇ ਅਮਲ ਕਰਦੇ ਨੇ ਨਾ। ਹੁਣ ਮੰਦੇ ਅਮਲ ਵਿੱਚ ਕੀ ਹੈ, ਵੇਖੋ, ਮੰਦੇ ਅਮਲ ਹਰ ਉਹ ਅਸ਼ੁਭ ਕੰਮ ਜਿਹਦੇ ਨਾਲ ਜ਼ਬਾਨ ਕਰਕੇ ਕਿਸੇ ਨੂੰ ਸੱਟ ਪਹੁੰਚਾਉਣੀ, ਸਿੱਧੀ ਜੀ ਗੱਲ, ਆਰਥਿਕ ਪੱਖੋਂ ਕਿਸੇ ਨਾਲ ਧੱਕਾ ਕਰਕੇ ਸੱਟ ਪਹੁੰਚਾਉਣੀ,
ਤਨ ਕਰਕੇ ਕਿਸੇ ਉੱਤੇ ਵਾਰ ਕਰਨਾ, ਵਾਸ਼ਨਾ ਦੀ ਖਾਤਰ ਝੂਠ ਬੋਲਣਾ, ਦਗਾ ਕਮਾਉਣਾ, ਨਿੰਦਿਆ ਕਰਨੀ, ਛਲ ਕਰਨਾ, ਕਪਟ ਕਰਨਾ, ਤੇ ਮਤ ਕੋਈ ਸੋਚੇ ਵੀ ਅਸੀਂ ਕੋਈ ਗੱਲ ਨਹੀਂ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਸਾਨੂੰ ਕੀ ਪਰਵਾਹ। ਮੇਰੇ ਬਾਬਾ ਜੀ ਨੇ ਉਸ ਥਾਂ ਤੇ ਖਲੋ ਕੇ ਜਿੱਥੇ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਦੂਜਾ ਬੰਦਾ ਜਾ ਸਕੇ, ਉੱਥੇ ਖਲੋ ਕੇ ਕਿਹਾ ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕਿਆ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮ ਲੋਈ। ਬਾਬੇ ਨੇ ਕਿਹਾ ਬਾਬਾ ਕੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ, ਮੰਦੇ ਅਮਲ ਕਰਿੰਦਿਆਂ, ਜੇ ਮੰਦੇ ਅਮਲ ਨੇ ਇਹ ਸਜ਼ਾ ਹੈ। ਸਿਰਫ ਇੱਕ ਦੋ ਉਦਾਹਰਨਾਂ ਮੈਂ ਦੇ ਕੇ ਸੰਪੂਰਨਤਾ ਵਲਾਵਾਂ ਗੁਰੂ ਕਲਗੀਧਰ ਜੀ ਦੇ ਜੀਵਨ ਵਿੱਚੋਂ ਨੇ। ਯਤਨ ਕਰੀਏ ਆਪਣੇ ਅੰਦਰ ਉੱਤੇ ਨਾ ਵਾਸ਼ਨਾਵਾਂ ਦੀ ਪੰਡਾਂ ਲੱਦੀ ਜਾਈਏ, ਕਿਉਂਕਿ ਕੱਪੜ ਰੂਪ ਸੁਹਾਵਣਾ ਸਥੂਲ ਛੱਡਣਾ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਸਥੂਲ ਉੱਤੇ ਜੋ ਕੁਝ ਹੈ ਉਹ ਉਕਰਿਆ ਜਾ ਰਿਹਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਹੈ ਮਨ ਭਾਵ ਦੇ ਮੰਦੇ ਅਮਲ, ਫਲਾਣੇ ਨੂੰ ਮਾਰ ਦਿਓ, ਫਲਾਣੇ ਨੂੰ ਕੱਢ ਦਿਓ, ਮੰਦੇ ਅਮਲ ਹਰ ਉਹ ਆਪਣੀ ਗੱਲ ਚਲਾਈ, ਹੁਕਮ ਕੀ ਹੈ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ, ਸਥੂਲ ਰਹਿ ਗਿਆ ਨੰਗਾ ਦੋਜਕ ਚਾਲਿਆ, ਤਾਂ ਦਿਸ ਹੈ ਖਰਾ ਡਰਾਵਣਾ, ਕਰ ਅਵਗੁਣ ਪਛੋਤਾਵਣਾ। ਬਾਬਾ ਜੀ ਨੇ ਕਿਹਾ ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਐ, ਇਹੋ ਜੀ ਕਲਾ ਨਾ ਖੇਡੀ। ਦੋ ਕੁ ਉਦਾਹਰਨਾਂ ਨੇ ਅਨੰਦਪੁਰ ਸਾਹਿਬ ਦੀਆਂ ਘਟਨਾਵਾਂ ਨੇ ਦੋਨੋਂ, ਲਾਹੌਰਾ ਸਿੰਘ ਗੁਰੂ ਕਲਗੀ ਵਾਲੇ ਦੇ ਸਾਹਿਬਜ਼ਾਦਿਆਂ ਦਾ ਖਿਡਾਵਾ ਹੈ ਤੇ ਮਾਲਾ ਸਿੰਘ ਸ਼ਾਹੂਕਾਰ ਹੈ, ਸਿਰਫ ਸੰਖੇਪ ਚ। ਤੇ ਜਿਹੜਾ ਗੁਰੂ ਦੇ ਪੁੱਤਰਾਂ ਨੂੰ ਖਿਡਾਉਂਦਾ ਹੈ ਅਸੀਂ ਉਹਦਾ ਮਾਣ ਵੀ ਕਰਨੇ ਆ। ਸਿੱਖ ਕਹਿੰਦਾ ਕਿੰਨਿਆਂ ਭਾਗਾਂ ਵਾਲਾ ਹੈ ਕਿ ਜਿਹੜਾ ਗੁਰੂ ਦੇ ਪੁੱਤਰਾਂ ਨੂੰ ਖਿਡਾਉਂਦਾ ਹੈ, ਸਾਹਿਬਜ਼ਾਦਿਆਂ ਦਾ ਖਿਡਾਵਾ। ਇਹਦੀ ਪਿੱਠ ਤੇ ਬਾਬਾ ਫਤਿਹ ਸਿੰਘ ਬਹਿੰਦੇ ਨੇ, ਇਹਦੇ ਹੱਥ ਵਿੱਚ ਹੱਥ ਪਾ ਕੇ ਬਾਬਾ ਜ਼ੋਰਾਵਰ ਸਿੰਘ ਤੁਰਦੇ ਨੇ, ਕਿੰਨਿਆਂ ਭਾਗਾਂ ਵਾਲਾ। ਮਾਲਾ ਸਿੰਘ ਕੋਲ ਗਿਆ, ਕਹਿੰਦਾ ਮੈਨੂੰ ਧਨ ਦੀ ਲੋੜ ਹੈ। ਉਹਨੇ ਕਿਹਾ ਜਾ ਜਿਤਨਾ ਚਾਹੀਦਾ ਲੈ ਜਾ, ਕਹਿੰਦਾ ਮੈਂ ਉਧਾਰ ਲੈਣ ਲੱਗਾ ਵਾਪਸ ਕਰਾਂਗਾ। ਉਹਨੇ ਕਿਹਾ ਚਲੋ ਮੈਂ ਸ਼ਾਹੂਕਾਰਾ ਕਰਨਾ, ਤੇਰੇ ਤੋਂ ਕੁਛ ਨਹੀਂ ਤੈਨੂੰ ਦੇ ਦਿੱਤੇ। ਕਈ ਮਹੀਨੇ ਲੰਘ ਗਏ, ਲਾਹੌਰਾ ਸਿੰਘ ਉਹਨਾਂ ਨੂੰ ਚੇਤੇ ਹੀ ਨਾ, ਚੇਤਾ ਵੀ ਸੀ ਤੇ ਤਾਂ ਕਿਹੜੀ ਪਰਵਾਹ, ਮੈਂ ਤੇ ਗੁਰੂ ਦੇ ਪੁੱਤਰਾਂ ਦਾ ਖਿਡਾਵਾ ਵਾ। ਅਖੀਰ ਤੇ ਭਾਈ ਮਾਲਾ ਸਿੰਘ ਭਾਦੋ ਦਾ ਮਹੀਨਾ ਸੀ, ਗੁਰੂ ਜੀ ਛੱਤ ਤੇ ਮੰਜਾ ਡਾਇਆ ਵਿਸ਼ਰਾਮ ਲਈ ਗਏ। ਮਾਲਾ ਸਿੰਘ ਲਾਹੌਰਾ ਸਿੰਘ ਦੇ ਘਰ ਗਿਆ ਤੇ ਖਜ਼ੂਰ ਦੇ ਘਰ ਦੇ ਨੇੜੇ ਖਿਡਾਵੇ ਦਾ ਘਰ ਸੀ। ਉਹਨੇ ਜਾ ਕੇ ਕਿਹਾ ਭਰਾਵਾ ਮੈਨੂੰ ਬਖਸ਼ ਦੀ, ਮੈਂ ਤੇਰੇ ਕੋਲ ਮੰਗਣ ਨਹੀਂ ਸੁਣਾਉਣੇ, ਪਰ ਮੈਨੂੰ ਟੋਟਾ ਪੈ ਗਿਆ, ਘਾਟਾ ਪੈ ਗਿਆ, ਤੇ ਜਿਹੜੇ ਮਾਇਆ ਮੈਨੂੰ ਵਾਪਸ ਕਰ ਦੇ। ਉਹਨੇ ਅੱਗੋਂ ਟਿੱਚਰ ਕਰ ਦਿੱਤੀ ਲਾਹੌਰਾ ਸਿੰਘ ਨੇ, ਕਹਿਣ ਲੱਗਾ ਸਿੱਖ ਸਿੱਖ ਕਾ ਖਾਏ ਕਹਿ ਚਿੰਤਾ ਕਰੀਏ ਦੂਰ। ਸਿੱਖ ਸਿੱਖ ਦਾ ਖਾ ਗਿਆ, ਕਹਿੰਦਾ ਆਪਣਾ ਕੰਮ ਕਰ, ਇਹਦੇ ਚ ਕਿਉਂ ਲੱਗਾ, ਹੱਸ ਪਿਆ ਅੱਗੋਂ ਮਜ਼ਾਕ ਉਡਾਇਆ। ਕਹਿੰਦੇ ਨੇ ਪਰਤ ਕੇ ਉਹਨੇ ਕਿਹਾ, ਕਹਿੰਦਾ ਮੇਰਾ ਸੱਚੀ ਮੁੱਚੀ ਗੁਜ਼ਾਰਾ ਨਹੀਂ ਚੱਲਦਾ ਪਿਆ, ਤੇ ਮੈਂ ਬੇਨਤੀ ਵੀ ਨਹੀਂ ਕੀਤੀ ਗੁਰੂ ਜੀ ਅੱਗੇ, ਸੋਚਣਾ ਵਾ ਚਲੋ ਕੋਈ ਨੀ, ਅੱਜ ਤੋਟਾ ਕੱਲ ਨੂੰ ਗੁਰੂ ਜੀ ਲਾਹਾ ਦੇਣਗੇ, ਕਿਉਂ ਤੂੰ ਕਹਿਣਾ। ਉਹਨੇ ਫਿਰ ਕਿਹਾ, ਕਹਿਣ ਲੱਗਾ ਸਿੱਖ ਸਿੱਖ ਆ ਖਾਏ ਕਹਿ ਚਿੰਤਾ ਕਰੀਏ ਦੂਰ। ਤੇ ਅੱਗੋ ਮਾਲਾ ਸਿੰਘ ਬੋਲਿਆ, ਕਹਿਣ ਲੱਗਾ ਨਹੀਂ, ਉੱਥੇ ਸਜਾਵਾਂ ਮਿਲਦੀਆਂ ਨੇ ਜਿਹੜਾ ਕਿਸੇ ਦਾ ਅੱਖ ਖਾ ਜਾਏ। ਇਹਨੇ ਨਾਲ ਹੀ ਤੁਕ ਬੋਲ ਦਿੱਤੀ ਜੀ ਲਾਹੌਰਾ ਸਿੰਘ ਨੇ, ਕਹਿਣ ਲੱਗਾ ਲੇਖਾਂ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ, ਤੋਕੇ ਵੀ ਉੱਥੇ ਉਹਨੇ ਕਿਹਾ ਗੁਰ ਬਖਸ਼ੰਦਾ।
ਲੇਖਾ ਕੋਈ ਨਾ ਪੁੱਛੀ। ਮਾਲਾ ਸਿੰਘ ਕਹਿੰਦਾ ਸੱਚੀ ਮੁੱਚੀ ਹੋ ਸਕਦਾ ਤੇਰਾ ਨਾ ਪੁੱਛਿਆ ਜਾਏ, ਪਰ ਮੇਰਾ ਕੰਮ ਬੜਾ ਵਿਗੜਨਾ। ਉੱਤੋਂ ਗੁਰੂ ਜੀ ਬੋਲੇ ਰਾਤ ਨੂੰ, ਕਹਿਣ ਲੱਗੇ ਲੌਰਾ ਸਿੰਘਾ, ਬੱਚਿਆਂ ਨੂੰ ਖੜਾ ਕੇ ਲੋਕਾਂ ਦੇ ਹੱਕ ਖਾਣਾ ਪਿਆ, ਆਹ ਤੁਕ ਨਾਲ ਪੜ੍ਹ ਕੇ ਜ਼ਰੂਰ ਸੁਣਾ ਦੇ। ਸੂ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਤੇਰੇ ਝੂਠੇ ਦੀ ਹਾਮਾ ਭਰਾਂਗੇ ਸੀ, ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਸਵੇਰੇ ਹੀ ਉਹਦੇ ਘਰ ਜਾ ਕੇ ਮਾਇਆ ਦੇ ਕੇ ਹੱਥ ਜੋੜ ਕੇ ਆਇਆ। ਸਵੇਰੇ ਆਇਆ ਗੁਰੂ ਜੀ ਨੇ ਕਿਹਾ ਕਿ ਤੁਸੀਂ ਮੇਰੇ ਨੇੜੇ ਰਹਿ ਕੇ ਮੇਰੇ ਬੱਚਿਆਂ ਨੂੰ ਖੜਾ ਕੇ ਲੋਕਾਂ ਤੇ ਇਹ ਪ੍ਰਭਾਵ ਪਾਉਣਾ ਚਾਹੁੰਦੇ ਹੋ ਪਰਾਇਆ ਹੱਕ ਖਾਣ ਲਈ, ਤੁਹਾਡਾ ਤਾਂ ਜੀਵਨ ਇਤਨਾ ਉੱਚਾ ਹੋਣਾ ਚਾਹੀਦਾ ਹੈ ਕਿ ਜਿਹੜਾ ਤੁਹਾਡੇ ਕੋਲ ਬੈਠੇ ਉਹ ਆਪਣੇ ਆਪ ਹੀ ਸਿੱਖ ਬਣ ਜਾਏ। ਸਿੱਖਿਆ ਦਿੱਤੀ, ਇਹ ਸਿਰਫ ਸੰਖੇਪ ਮਾਤਰ ਨੇ। ਦੂਜੀ ਵਾਰ ਕਿਉਂ ਕਿਹਾ, ਪੁਰਾਣੇ ਰਹਿਤਨਾਮਿਆਂ ਚ ਇੱਕ ਸ਼ਬਦ ਹੁੰਦਾ ਹੈ, ਸਿੱਖ ਤੁਰਕਣੀ ਕਾ ਸੰਗ ਨਾ ਕਰੇ, ਜਿਹਨੂੰ ਪਾਰਿਸਤਰੀ ਹੁਣ ਕਹਿ ਦਿੱਤਾ ਗਿਆ। ਕਿਉਂ? ਉਹਦਾ ਕਾਰਨ ਸੀ, ਜਦੋਂ ਬੰਦੇ ਉੱਤੇ ਕੋਈ ਬੰਦਾ ਜ਼ੁਲਮ ਕਰਦਾ ਨਾ, ਤੇ ਜੇ ਉਹ ਜ਼ੁਲਮ ਕਰਦਾ ਗੁੱਸੇ ਵਿੱਚ ਆਇਆ ਹੋਇਆ ਬੰਦਾ, ਫਿਰ ਉਹ ਹੋ ਜਾਏ ਬਦਲੇ ਲੈਣ ਲੱਗ ਪੈਂਦਾ, ਹੁਕਮ ਕਰ ਦਿੱਤਾ ਕਿਉਂਕਿ ਉਹ ਜ਼ੁਲਮ ਕਰ ਰਹੇ ਸਨ। ਗੁਰੂ ਜੀ ਨੇ ਕਿਹਾ ਐਸਾ ਵੀ ਨਹੀਂ ਕਰਨਾ। ਪਰ ਇੱਕ ਮੌਕਾ ਆਇਆ ਜਿਸ ਦਿਨ ਜਿੰਗ ਸਿੱਖ ਜਿੱਤ ਕੇ ਆਏ ਤੇ ਡੋਲਾ ਇੱਕ ਹੱਥ ਚ ਆ ਗਿਆ, ਕਿਆ ਕੁਛ ਨਹੀਂ ਲੈ ਕੇ ਆ ਗਏ। ਮਹਾਰਾਜ ਜੀ ਨੇ ਦੇਖਿਆ ਵੀ ਜਿੱਤ ਕੇ ਆਏ, ਸ਼ਾਬਾਸ਼ ਦਿੱਤੀ, ਕਹਿਣ ਲੱਗੇ ਇਹ ਕੀ? ਮਹਾਰਾਜ ਉੱਥੇ ਉਹਨਾਂ ਕਿਹਾ, ਮਹਾਰਾਜ ਪੁਨ ਸਿੰਘਨ ਗੁਰਪ੍ਰਤਾਪ ਸੂਰਜ, ਪੁਨ ਸਿੰਘਨ ਬੂਝੇ ਗੁਰਖਾਨੀ ਸਕਲ ਤੁਰਕ ਭੁਗਵੇ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੇ, ਗੁਰ ਸ਼ਾਸਤਰ ਕਿਉਂ ਵਰਜ ਹਟਾਵੇ। ਦੇਖੋ ਉਹ ਲੋਕ ਜ਼ੁਲਮ ਕਰਦੇ ਨੇ ਤੇ ਅਸੀਂ ਬਦਲਾ ਨਹੀਂ ਲੈ ਸਕਦੇ। ਉਸ ਵੇਲੇ ਇਤਿਹਾਸ ਕਹਿੰਦਾ ਜਿਹੜੀ ਜਿੱਤ ਦੀ ਖੁਸ਼ੀ ਸੀ ਨਾ, ਹਜ਼ੂਰ ਇੱਕੋ ਦਮ ਤਖਤ ਉੱਠੇ, ਸੁਣ ਸਤਿਗੁਰ ਬੋਲੇ, ਤਿਸ ਬੇਰੇ ਖਮਲੇ ਜਾਨੋ ਪੰਥ ਉਚੇਰੇ। ਕਹਿਣ ਲੱਗੇ ਮੈਂ ਇਸ ਪੰਥ ਨੂੰ ਗੰਦੇ ਨਾਲੇ ਚ ਰੋਲਣ ਵਾਸਤੇ ਨਹੀਂ, ਮੈਂ ਇਸ ਪੰਥ ਨੂੰ ਸਭ ਤੋਂ ਸਰਮੋਰ ਲਿਜਾਣਾ ਚਾਹੁੰਦਾ। ਡੋਲੇ ਤੋਂ ਨਿਕਲੀ ਕੋਈ ਬੱਚੀ ਦੇ ਸਿਰ ਤੇ ਤੀਰ ਨਾਲ ਪਿਆਰ ਦਿੱਤਾ, ਬੇਟਾ ਇਹ ਤੇਰਾ ਆਪਣਾ ਕਰਖ ਹੈ, ਤੋਰਿਆ ਬਹੁਤ ਕੁਛ ਦੇ ਕੇ। ਪਿਆਰਿਓ, ਮੇਰੇ ਸਤਿਗੁਰੂ ਕਹਿੰਦੇ ਨੇ ਸਿੱਖ ਦਾ ਅਮਲ ਇਹਦੀ ਕਰਨੀ ਹੋਵੇ, ਪਰ ਜੇ ਨਹੀਂ ਤੇ ਬਾਬਾ ਜੀ ਨੇ ਕਿਹਾ ਫਰੀਦਾ ਵੇਖ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕੰਮ ਮਦ ਹੈ ਅਰ ਕਾਗਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਫਿਰ ਉਹ ਸਜ਼ਾ ਕੈਸੀ ਹੈ? ਬਾਬਾ ਜੀ ਨੇ ਕਿਹਾ ਨਾਨਕ ਆਖੇ ਰੇ ਮਣਾ, ਸੁਣੀਐ ਸਿੱਖ ਸਹੀ, ਲੇਖਾਂ ਰੱਬ ਮੰਗੇਸੀਆ ਬੈਠਾ ਕੱਢ ਵਹੀ, ਮੰਦੇ ਅਮਲ ਕਰਿੰਦਿਆਂ ਵਹੀ ਕੱਢੀ। ਤੇ ਬਾਬਾ ਜੀ ਨੇ ਇਸ਼ਾਰਾ ਵੀ ਕੀਤਾ ਸੂਖਮ ਸਰੀਰ ਦਾ, ਕਹਿਣ ਲੱਗੇ ਧਰਮ ਰਾਏ ਜਬ ਲੇਖਾਂ ਮੰਗੈ, ਬਾਕੀ ਨਿਕਸੀ ਭਾਰੀ, ਪੰਚ ਕਿਰਸਾਨ ਵਾ ਭਾਗ ਗਏ, ਸਥੂਲ ਭੱਜ ਗਿਆ, ਲੈ ਬੰਧਿਓ ਜੀਓ ਤਰਬਾਰੀ। ਨਾਨਕ ਆਖੇ ਰੇਮਣਾ, ਸੁਣੀਐ ਸਿੱਖ ਸਹੀ, ਲੇਖਾਂ ਰੱਬ ਮੰਗੇਸੀਆ ਬੈਠਾ ਕੱਢ ਵਈ, ਤਲਬਾਂ ਪੌਸਨ ਆਕੀਆਂ। ਸਾਰਿਆਂ ਨੂੰ ਨੀ ਤਲਬਾਂ ਆਉਂਦੀਆਂ, ਤਲਬਿਆ ਸਾਰਿਆਂ ਨੂੰ ਜਾਂਦਾ, ਆਕੀਆਂ ਜਿਹੜੇ ਕਹਿੰਦੇ ਅਸੀਂ ਨੀ ਮੰਨਦੇ, ਰੱਬ ਕਹਿੰਦਾ ਬੁਲਾਓ ਇਹਨਾਂ ਨੂੰ, ਜਿਹੜੇ ਨਿਮਰਤਾ ਚ ਰਹਿੰਦੇ ਨੇ ਕਹਿੰਦੇ ਛੱਡੋ ਪਰ ਇਹਨਾਂ ਦਾ ਲੇਖਾ ਨਹੀਂ। ਤਲਬਾਂ ਪੌਸਨ ਆਕੀਆਂ, ਬਾਕੀ ਜਿੰਨਾ ਰਹੀ, ਅਜ਼ਰਾਇਲ ਫਰਿਸ਼ਤਾ ਹੋਸੀ ਆਏ ਤਈ, ਕੂੜਨ ਖੁੱਟੇ ਨਾਨਕਾ ਔੜਕ ਸੱਚ ਰਹੀ, ਆਵਣ ਜਾਣ ਨਾ ਸੁਝੀ ਭੀੜੀ ਗਲੀ ਫਹੀ। ਜੇ ਸਿਮਰਨ ਕਰੇਗਾ ਫਿਰ ਚੇਤੇ ਰੱਖੀ, ਕੂੜਨ ਖੁੱਟੇ ਨਾਨਕਾ ਔੜਕ ਸੱਚ ਰਹੀ, ਔੜਕ ਸਥੂਲ ਸਰੀਰ ਤੋਂ ਬਾਅਦ ਸੂਖਸ਼ਮ
ਜਿੱਥੇ ਅੰਤ ਉੱਤੇ ਸੱਚ ਹੀ ਰਹੇਗਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਮਿਹਰ ਕਰੇ ਪਿਆਰਿਓ, ਇਹਨਾਂ ਬਚਨਾਂ ਨੂੰ ਆਪਾਂ ਸਾਰੇ ਜ਼ਿੰਦਗੀ ਵਿੱਚ ਢਾਲਣ ਦਾ, ਕਮਾਉਣ ਦਾ ਯਤਨ ਕਰੀਏ। ਕੱਲ ਨੂੰ ਬਾਬਾ ਜੀ ਨੇ ਕਹਿਣਾ, ਨਮਾਜ਼ ਵਾਲਾ ਕੱਪੜਾ ਵੀ ਮੋਢੇ ਤੇ, ਚੋਲੇ ਵੀ ਦੋ ਕਾਲੇ, ਮਿੱਠਾ ਵੀ ਬੋਲਣਾ, ਕੀ ਕਰਨਗੇ ਤੇਰੇ ਬਾਹਰ ਦੇ ਭੇਖ ਜੇ ਅੰਦਰ ਦੀ ਕੈਂਚੀ ਬਾਣੀ ਨਹੀਂ ਛੱਡਦਾ। ਇਹ ਅਸੀਂ ਕੱਲ ਨੂੰ ਵਿਚਾਰਾਂਗੇ, ਖੋਈਆਂ ਭੁੱਲਾਂ ਬਖਸ਼ ਦੇਣੀਆਂ। ਆਓ ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹਿਗੁਰੂ ਗੁਰੂ, ਵਾਹਿਗੁਰੂ ਗੁਰੂ, ਵਾਹਿਗੁਰੂ ਗੁਰੂ, ਵਾਹਿਗੁਰੂ ਗੁਰੂ, ਵਾਹਿਗੁਰੂ ਵਾਹ।